ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਜੀ ਹਾਂ ਆਖਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਸ ਨੌਜਵਾਨ ਦੀ ਜਿਨ੍ਹਾਂ ਨੇ 2012 ਦੇ ਵਿੱਚ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਰੁਕਵਾਉਣ ਵਾਸਤੇ ਜਿੱਥੇ ਸਾਰੇ ਪੰਜਾਬ ਨੇ ਉਸ ਮੂਵਮੈਂਟ ਦੇ ਵਿੱਚ ਲਹਿਰ ਦੇ ਵਿੱਚ ਹਿੱਸਾ ਪਾਇਆ, ਭਾਈ ਜਸਪਾਲ ਸਿੰਘ ਜੀ ਚੌੜਸਿਦਮਾ ਜਿਹੜੇ ਉਸ ਵੇਲੇ ਮਤਲਬ ਉਹਨਾਂ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ, ਉਹ ਸ਼ਹੀਦ ਹੋ ਗਏ। ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਆ, ਉਹਨੂੰ ਮੁੱਖ ਰੱਖ ਕੇ ਆਪਾਂ ਉੱਤੇ ਗੱਲਬਾਤ ਕਰਾਂਗੇ, ਪੂਰੀ ਡਿਟੇਲ ਜਾਣਾਂਗੇ। ਕਿਉਂਕਿ ਉਸ ਵੇਲੇ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਜਥੇਦਾਰ ਸਿੰਘ ਸਾਹਿਬ, ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਉੱਥੇ ਸਨ। ਇਹਨਾਂ ਨੇ ਉਸ ਮੂਵਮੈਂਟ ਦੇ ਵਿੱਚ ਵੀ ਕਾਫੀ ਯੋਗਦਾਨ ਪਾਇਆ ਸੀ। ਅਤੇ ਅੱਜ ਆਪਾਂ ਭਾਈ ਜਸਪਾਲ ਸਿੰਘ ਜੀ ਚੌੜਸਿਦਮਾ ਦੇ ਸੰਬੰਧ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਉਹ ਲਾਈਨ 'ਤੇ ਹਾਜ਼ਰ ਹਨ। ਸਭ ਤੋਂ ਪਹਿਲਾਂ ਜੀ ਆਇਆਂ ਆਖਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਘਵੀਰ ਸਿੰਘ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਹਾਂਜੀ ਜਹਿਦਾ ਜੀ, ਜਿਹੜਾ ਅੱਜ ਮਤਲਬ 29 ਮਾਰਚ ਆ ਅਤੇ 2012 ਦਾ ਉਹ ਦਿਨ ਵੀ ਯਾਦ ਆ ਰਿਹਾ ਹੈ ਜਦੋਂ ਮਤਲਬ ਉਸ ਵੇਲੇ ਪੰਜਾਬ ਦੇ ਵਿੱਚ ਪੂਰੀ ਮੂਵਮੈਂਟ ਮਤਲਬ ਸਾਰਾ ਪੰਜਾਬ ਜਿਹੜਾ ਕੋਠਿਆਂ 'ਤੇ ਵੀ ਕੇਸਰੀ ਝੰਡੇ ਅਤੇ ਸੜਕਾਂ 'ਤੇ ਵੀ ਕੇਸਰੀ ਝੰਡੇ 'ਤੇ, ਪਰ ਇੱਕ ਇਹੋ ਜਿਹਾ ਭਾਣਾ ਵੀ ਵਾਪਰਿਆ ਕਿ ਉਹ ਨੌਜਵਾਨ ਜਸਪਾਲ ਸਿੰਘ ਚੌੜਸਿਦਮਾ ਉਹਨਾਂ ਨੂੰ ਪੁਲਿਸ ਨੇ ਜਾਣ ਬੁੱਝ ਕੇ ਮਤਲਬ ਉਸ ਵੇਲੇ ਗੋਲੀ ਮਾਰੀ, ਜਿਹੜੇ ਉਸ ਆਪਣੀ ਮਤਲਬ ਜਾਨ ਦੇ ਗਏ, ਸ਼ਹੀਦ ਹੋ ਗਏ। ਉਹਨਾਂ ਦੇ ਸੰਬੰਧ ਦੇ ਵਿੱਚ ਉਸ ਵੇਲੇ ਕੀ ਹੋਇਆ ਸੀਗਾ, ਕੀ ਸੀ ਪੂਰੀ ਗੱਲ, ਅਤੇ ਅੱਜ ਇਹ ਜਿਹੜੀ ਮਤਲਬ ਅੱਜ ਤੱਕ ਵੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਉਹਦਾ ਜਿਹੜਾ ਕਤਲ ਹੋਇਆ ਜੋ ਪੁਲਿਸ ਨੇ ਕੀਤਾ, ਉਹਦੇ ਬਾਰੇ ਕੀ ਕਹੋਗੇ? ਦੇਖੋ ਭਾਈ ਰਘਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਅਮਰ ਸ਼ਹੀਦ ਭਾਈ ਜਸਪਾਲ ਸਿੰਘ ਚੌੜਸਿਦਮਾ ਨੂੰ ਨਤਮਸਤਕ ਆ, ਨਮਸਕਾਰ ਕਰਦਾ ਉਹਨਾਂ ਦੀ ਸ਼ਹਾਦਤ ਨੂੰ। ਹਾਂਜੀ, ਤੇ ਮੈਂ ਉਹਦੇ ਥੋੜਾ ਜਿਹਾ ਪਿਛੋਕੜ ਚ ਜਾਣਾ ਚਾਹੁੰਦਾ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀ ਬੇਅੰਤ ਸਿਓ, ਹਾਂਜੀ, ਜਿਹੜਾ ਕੁਝ ਕੁ ਵੋਟਾਂ ਲੈ ਕੇ, ਕਿਉਂਕਿ ਜਿਹੜੇ ਸਾਰਾ ਪੰਜਾਬ ਨੇ ਸਿੱਖ ਜਥੇਬੰਦੀਆਂ ਨੇ ਉਹ ਇਲੈਕਸ਼ਨ ਦਾ ਬਾਈਕਾਟ ਕੀਤਾ ਸੀਗਾ, ਠੀਕ ਹੈ, ਕੁਝ ਕੁ ਪਰਸੈਂਟ ਵੋਟਾਂ ਜਿਹੜੀਆਂ ਉਸ ਵੇਲੇ ਜਿੱਦਾਂ ਇੱਕ ਸਰਪੰਚ ਤੋਂ ਵੀ ਘੱਟ ਵੋਟਾਂ, ਜਿਹੜਾ ਪਿੰਡ ਦਾ ਸਰਪੰਚ ਆ ਉਹ ਵੀ 1500-2000 ਵੋਟ ਲੈਂਦਾ ਤੇ ਫਿਰ ਸਰਪੰਚ ਬਣਦਾ। ਹਾਂਜੀ, ਜਿਹੜੇ ਉਸ ਵੇਲੇ MLA ਬਣੇ ਸੀ ਕੋਈ 700 ਵੋਟ ਨਾਲ, ਕੋਈ 800 ਵੋਟ ਨਾਲ। ਹਾਂਜੀ ਹਾਂਜੀ, ਉਹ ਜਿਹੜੀ ਸਰਕਾਰ ਬਣੀ ਸੀ ਬੇਅੰਤ ਸਿਓ ਮੁੱਖ ਮੰਤਰੀ ਦੀ, ਤੇ ਉਹਨੇ ਉਹ ਦਿੱਲੀ ਦਾ ਥਾਪਿਆ ਸੂਬੇਦਾਰ ਸੀ ਤੇ ਪੰਜਾਬ ਦਾ ਪੁਲਿਸ ਮੁਖੀ ਲਾ ਤਾ ਉਹਨੇ KPS ਗਿੱਲ। ਠੀਕ ਹੈ, ਗਿੱਲ ਤੇ ਬੇਅੰਤ ਸਿਓ ਦੀ ਜੋੜੀ ਨੇ ਪੰਜਾਬ 'ਚ ਜੋ ਕਤਲੇਆਮ ਕੀਤਾ, ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲੇ ਬਣਾਏ, ਬਜ਼ੁਰਗਾਂ ਦੀਆਂ ਬੀਬੀਆਂ ਦਾੜੀਆਂ ਥਾਣਿਆਂ 'ਚ ਰੋਲੀਆਂ, ਧੀਆਂ ਭੈਣਾਂ ਦੀ ਬੇਪੱਤੀ ਕੀਤੀ, ਹਾਂਜੀ, ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਉਹ ਸਾਰੇ ਸੰਸਾਰ ਨੂੰ ਪਤਾ। ਠੀਕ ਹੈ, ਕੋਈ ਵੀ ਮੈਂ ਸਮਝਦਾ ਸਿੱਖ ਤੇ ਗੈਰ ਸਿੱਖ ਇਸ ਤੋਂ ਅਣਜਾਣ ਨਹੀਂ ਹੈ ਜੋ ਬੇਅੰਤ ਸਿਓ ਨੇ ਕੋਹਰਾਮ ਮਚਾਇਆ, ਅੱਤ ਚੱਕੀ ਹੋਈ ਸੀ ਪੰਜਾਬ ਦੇ ਵਿੱਚ। ਠੀਕ ਹੈ, ਉਸ ਅੱਤ ਦਾ ਅੰਤ ਕੀਤਾ ਸੀ ਇਹਨਾਂ ਸਿੱਖ ਨੌਜਵਾਨਾਂ ਨੇ, ਜਿਸ ਟੀਮ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਵਾਣਾ ਵੀ ਸੀ, ਠੀਕ ਹੈ, ਉਹ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਆਪਣਾ ਜਗਤਾਰ ਸਿੰਘ ਭਿਊਰ ਤਾਰਾ, ਭਾਈ ਆਪਣਾ ਭਿਊਰਾ, ਫਿਰ ਆਪਣੇ ਜਿਹੜੇ ਸੀ ਭਾਈ ਗੁਰਮੀਤ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਭਾਈ ਆਪਣਾ ਜਿਹੜੇ ਸੀਗੇ ਸ਼ਮਸ਼ੀਰ ਸਿੰਘ, ਇਹ ਸਾਰੇ ਜਿਹੜੇ ਸਿੰਘ ਸੀਗੇ, ਔਰ ਜਿਹੜਾ ਭਾਈ ਦਲਾਵਰ ਸਿੰਘ ਸੀ ਜੋ ਮਨੁੱਖੀ ਬੰਬ ਬਣਿਆ ਸੀ, ਇਹ ਸਾਰੀ ਟੀਮ ਨੇ ਉਹਦਾ ਅੰਤ ਕੀਤਾ ਸੀਗਾ। ਠੀਕ ਹੈ, ਬੇਅੰਤ ਸਿਓ ਦਾ ਕਾਫੀ ਸਿੰਘ ਜਿਹੜੇ ਸੀਗੇ ਉਹ ਲੰਬੀਆਂ ਸਜਾਵਾਂ ਭੁਗਤ ਰਹੇ ਆ,
ਉਹਦੇ ਵਿੱਚ ਆਪਣਾ ਉਮਰ ਕੈਦਾਂ ਹੋਈਆਂ ਨੇ, ਉਹਦੇ ਵਿੱਚ ਸਜ਼ਾਵਾਂ ਜਿਹੜੀਆਂ ਹੋਈਆਂ, ਉਹਦੇ 'ਚ ਜੇਲ੍ਹ ਬਰੇਕ ਕਾਂਡ ਵੀ ਹੋਇਆ, ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਸਾਥੀ ਫਰਾਰ ਵੀ ਹੋਏ, ਮੁੜ ਗ੍ਰਿਫਤਾਰੀਆਂ ਹੋਈਆਂ, ਤਾਂ ਠੀਕ ਉਸੇ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀਗੀ। ਠੀਕ ਹੈ ਉਹ ਜਿਹੜੀ ਫਾਂਸੀ ਦੀ ਸਜ਼ਾ ਸੀਗੀ, ਉਹ ਪਹਿਲਾਂ ਤਾਂ ਜਿਹੜਾ ਸੀਗਾ ਉਹ ਸਾਰਾ ਸ਼ਾਂਤ ਬਿਲਕੁਲ ਰੱਖਿਆ ਹੋਇਆ ਸੀ, ਪਰ ਜਦੋਂ ਪੰਜਾਬ ਦੇ ਵਿੱਚ ਦੁਬਾਰਾ ਅਕਾਲੀ ਸਰਕਾਰ ਜਿਹੜੀ ਆ ਉਹ ਹੋਂਦ ਵਿੱਚ ਆਈ ਸੀ, ਜਦੋਂ ਉਹਨਾਂ ਨੂੰ ਬਹੁਮਤ ਮਿਲਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ, ਠੀਕ ਹੈ ਉਹ ਸਹੁੰ ਚੁੱਕਣ ਜਾ ਰਹੇ ਸੀਗੇ, ਉਹ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਉਹਨਾਂ ਨੇ ਉੱਥੇ ਰੱਖਿਆ ਸੀ ਆਪਣਾ ਫੰਕਸ਼ਨ ਰੱਖਿਆ ਹੋਇਆ ਸੀ, ਸਹੁੰ ਚੁੱਕ ਸਮਾਗਮ। ਠੀਕ ਹੈ ਉਹਨਾਂ ਨੇ ਕਿਹਾ ਜਿੱਦਣ ਉਹਨਾਂ ਨੇ ਸਹੁੰ ਚੱਕਣੀ, ਉਸੇ ਦਿਨ ਅਖਬਾਰਾਂ ਦੇ ਉੱਤੇ ਜਿਹੜਾ ਸੀ ਫਰੰਟ ਦੇ ਉੱਤੇ ਖਬਰ ਛਪੀ ਸੀ ਕਿ ਭਾਈ ਰਾਜੋਵਾਲਾ ਨੂੰ 31 ਮਾਰਚ ਨੂੰ ਫਾਂਸੀ ਦੇ ਦਿੱਤੀ ਜਾਊਗੀ ਪਟਿਆਲਾ ਦੀ ਜੇਲ੍ਹ ਦੇ ਵਿੱਚ। ਅੱਛਾ ਜੀ ਤੇ ਜਦੋਂ ਇਹ ਖਬਰ ਛਪੀ ਆ ਆਪਣਾ, ਉਧਰੋਂ ਤਾਂ ਜਿਹੜੀ ਅਕਾਲੀ ਵਜ਼ਾਰਤ ਸੀਗੀ ਬਾਦਲ ਦਲ ਦੀ, ਉਹ ਸਹੁੰ ਚੁੱਕ ਰਹੀ ਸੀ, ਉਧਰੋਂ ਉਹ ਖਬਰ ਛਪੀ ਹੋਈ ਸੀ, ਠੀਕ ਹੈ ਤਾਂ ਜਿਹੜੇ ਆਪਣਾ ਸੰਤ ਮਹਾਤਮਾ ਉੱਥੇ ਗਏ ਸੀ ਬਾਬਾ ਹਰਨਾਮ ਸਿੰਘ ਦੀ ਅਗਵਾਈ ਦੇ ਵਿੱਚ ਜਾਂ ਹੋਰ ਜਥੇਬੰਦੀਆਂ ਉੱਥੇ ਬਾਦਲਾਂ ਦੀ ਇਸ ਦੁਬਾਰਾ ਬਣੀ ਸਰਕਾਰ ਨੂੰ ਸਹੁੰ ਚੁਕਾਉਣ ਸਮਾਗਮ ਦੇ ਵਿੱਚ ਉਹ ਉੱਥੋਂ ਬਣੇ ਬਣਾਏ, ਜਿਨ੍ਹਾਂ 'ਚ ਭਾਈ ਜਸਵੀਰ ਸਿੰਘ ਜੀ, ਹਾਂਜੀ ਆਪਣਾ ਸਿੰਘ ਸਾਹਿਬ ਸਾਬਕਾ ਜਥੇਦਾਰ ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਵਰਿਆਮ ਸਿੰਘ, ਹੋਰ ਕਾਫੀ ਜਿਹੜੇ ਬਾਬਾ ਆਪਣਾ ਲਖਵੀਰ ਸਿੰਘ, ਕਾਫੀ ਸਾਧੂ ਸੰਤ ਮਹਾਤਮਾ ਉੱਥੋਂ ਅਕਾਲੀ ਵਜ਼ਾਰਤ ਨੂੰ ਸਹੁੰ ਚੁਕਾ ਕੇ ਸਿੱਧੇ ਪਟਿਆਲਾ ਜੇਲ੍ਹ ਚਲੇ ਗਏ ਸੀਗੇ ਅੱਛਾ ਜੀ ਭਾਈ ਰਾਜੋਵਾਣਾ ਦੀ ਮੁਲਾਕਾਤ ਕਰਨ ਵਾਸਤੇ। ਠੀਕ ਹੈ ਤੇ ਜਦੋਂ ਭਾਈ ਰਾਜੋਵਾਣਾ ਦੀ ਮੁਲਾਕਾਤ ਕਰਨ ਗਏ, ਤੇ ਤੁਹਾਡੇ ਯਾਦ ਹੋਣਾ ਕਿ ਉਦੋਂ ਜਾਖੜ ਉੱਥੇ ਜੇਲ੍ਹ ਸੁਪਰਡੈਂਟ ਸੀ, ਹਾਂਜੀ ਹਾਂਜੀ ਤਾਂ ਹਾਂਜੀ ਉਦੋਂ ਜਾਖੜ ਸਾਹਿਬ ਨੂੰ ਜਦੋਂ ਜਾ ਕੇ ਮਿਲੇ ਕਿ ਮੁਲਾਕਾਤ ਕਰਨੀ, ਨਾ ਪਰਚੀ ਲਿਖ ਕੇ ਭੇਜੀ ਅੰਦਰ ਭਾਈ ਰਾਜੋਵਾਣਾ ਦੀ ਮੁਲਾਕਾਤ ਲਈ, ਤਾਂ ਭਾਈ ਰਾਜੋਵਾਣਾ ਨੇ ਉਸੇ ਪਰਚੀ ਦੀ ਬੈਕ ਸਾਈਡ ਤੇ ਲਿਖ ਕੇ ਭੇਜ ਦਿੱਤਾ ਸੀਗਾ ਕਿ ਇਹ ਜਿਹੜੇ ਅੱਜ ਮੈਨੂੰ ਮਿਲਣ ਵਾਸਤੇ ਆਏ ਨੇ ਸੰਤ ਮਹਾਤਮਾ, ਇਹ 16 ਸਾਲ ਕਿੱਥੇ ਸੀ, ਇਹਨਾਂ ਨੇ ਮੇਰੀ ਕੋਈ ਪੁੱਛ ਪੜਤੀਤ ਨਹੀਂ ਕੀਤੀ, ਠੀਕ ਹੈ ਤਾਂ ਉਹਨਾਂ ਨੇ ਮਿਲਣ ਤੋਂ ਨਾ ਕਰ ਦਿੱਤੀ ਸੀਗੀ। ਠੀਕ ਹੈ ਤੁਹਾਡੇ ਯਾਦ ਹੋਣਾ ਕਿ ਜਦੋਂ ਇਹ ਸਾਰੇ ਫਿਰ ਸਾਧੂ ਸੰਤ ਮਹਾਤਮਾ ਉੱਥੋਂ ਵਾਪਸ ਆ ਗਏ, ਜਥੇਬੰਦੀਆਂ ਦੇ ਆਗੂ ਉੱਥੋਂ ਵਾਪਸ ਆ ਗਏ, ਤਾਂ ਫਿਰ ਜਾਖੜ ਨੇ ਪੁੱਛਿਆ ਸੀਗਾ ਕਿ ਜੇਲ੍ਹ ਸੁਪਰਡੈਂਟ ਨੇ ਵੀ ਹੁਣ ਦੇਖੋ ਤੁਹਾਡੀ ਫਾਂਸੀ ਦਾ ਐਲਾਨ ਹੋ ਗਿਆ, ਤੁਹਾਨੂੰ ਮਿਲਣ ਵਾਸਤੇ ਕਈਆਂ ਨੇ ਕੋਸ਼ਿਸ਼ ਕਰਨੀ ਆ, ਤੇ ਤੁਸੀਂ ਦੱਸੋ ਤੁਸੀਂ ਕਿਹਨੂੰ ਮਿਲਣਾ ਚਾਹੁੰਦੇ ਆ। ਠੀਕ ਹੈ ਤਾਂ ਉਸ ਵੇਲੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੋ ਆਪਣੀ ਇੱਛਾ ਜ਼ਾਹਰ ਕੀਤੀ ਸੀ, ਉਹਨਾਂ ਦੀ ਭੈਣ ਬੀਬੀ ਕਮਲਜੀਤ ਦੇ ਰਾਹੀਂ ਅਖਬਾਰਾਂ 'ਚ ਛਪੀ ਸੀ, ਤੇ ਮੈਨੂੰ ਵੀ ਉਹਦਾ ਫੋਨ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਦਲ ਖਾਲਸਾ ਦੇ ਪ੍ਰਧਾਨ ਆ ਉਹਨਾਂ ਨੇ ਕੀਤਾ ਕਿ ਠੀਕ ਭਾਈ ਬਲਵੰਤ ਸਿੰਘ ਰਾਜੋਆਣਾ ਤੁਹਾਨੂੰ ਮਿਲਣਾ ਚਾਹੁੰਦੇ ਆ। ਓਕੇ ਉਦੋਂ ਸਾਡਾ ਜਿਹੜਾ ਸੰਘਰਸ਼ ਸੀ ਉਹ ਸਰਸੇ ਵਾਲੇ ਦੇ ਖਿਲਾਫ ਜਿਹੜਾ ਜ਼ੋਰਾਂ ਤੇ ਚੱਲ ਰਿਹਾ ਸੀਗਾ, ਹਾਂ ਗੁਰਦੁਆਰਾ ਗਿਆਨ ਗੋਦੜੀ ਦਾ ਸੰਘਰਸ਼ ਵੀ ਚੱਲ ਰਿਹਾ ਸੀ ਉਹਦੀ ਮੁੜ ਪ੍ਰਾਪਤੀ ਦਾ, ਤੇ ਭਾਈ ਰਾਜੋ ਨੇ ਵਾਣੇ ਨੇ ਕਿਹਾ ਸੀ ਕਿ ਮੈਂ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣਾ ਚਾਹੁੰਦਾ। ਠੀਕ ਹੈ ਤਾਂ ਫਿਰ ਜਦੋਂ ਮੈਨੂੰ ਇਹ ਸੁਨੇਹਾ ਮਿਲਿਆ ਤੇ ਉਹ ਕਹਿੰਦੇ ਵੀ ਮਿਲਣ ਦੀ ਮੁਲਾਕਾਤ ਵੀ ਸਵੇਰ ਦਾ ਟਾਈਮ ਹੀ ਰੱਖ ਦਿੱਤਾ ਕਿ ਤੁਸੀਂ ਸਵੇਰੇ ਜਿਹੜਾ ਹੈਗਾ ਉਹਨਾਂ ਨੂੰ ਮਿਲੋ। ਠੀਕ ਹੈ ਤੇ ਜਦੋਂ ਮੈਂ ਮਿਲਣ ਜਾਣਾ ਸੀਗਾ ਤੇ ਉਧਰੋਂ ਮੇਰੀ ਸਕੀ ਮਾਸੀ ਦੇ ਲੜਕੇ ਦਾ, ਮਾਸੀ ਦੇ ਪੁੱਤ ਭਰਾ ਦੀ ਡੈਥ ਹੋ ਗਈ ਇਧਰ ਕਲਕੱਤਾ ਸਾਈਡ ਤੇ, ਉਹਦੀ ਲਾਸ਼ ਜਿਹੜੀ ਸੀ ਉਹ ਐਂਬੂਲੈਂਸ ਰਾਹੀਂ ਪੰਜਾਬ ਆ ਰਹੀ ਸੀਗੀ। ਠੀਕ ਹੈ ਉਸ ਦਿਨ ਉਸਦਾ ਸੰਸਕਾਰ ਵੀ ਸੀ, ਜਿਸ ਦਿਨ ਭਾਈ ਰਾਜੋਆਣਾ ਦੀ ਉਧਰ ਮੁਲਾਕਾਤ ਸੀ ਉਧਰ ਮੇਰੇ ਭਰਾ ਦਾ ਸੰਸਕਾਰ ਸੀਗਾ, ਜਿਹੜੀ ਉੱਥੇ ਫੈਕਟਰੀ ਚੋਂ ਕੰਮ ਕਰਦਾ ਸੀਗਾ ਜਿੱਥੇ ਉੱਥੇ ਉਹਦੀ ਡੈਥ ਹੋ ਗਈ ਸੀ।
ਨੌਜਵਾਨ ਸੀਗਾ, ਮੇਰੀ ਉਮਰ ਦਾ ਹੀ ਹਮ ਉਮਰ ਸੀਗਾ, ਠੀਕ ਹੈ ਤਾਂ ਮੈਂ ਉਹਦੇ ਸੰਸਕਾਰ ਤੇ ਜਾਣਾ ਸੀ, ਪਰ ਮੈਂ ਉਹ ਕੈਂਸਲ ਕਰਕੇ ਸੰਸਕਾਰ ਤੇ ਜਾਣ ਦਾ ਕਿ ਦੇਖੋ ਇਹਨੇ ਕੌਮ ਲਈ ਸ਼ਹੀਦੀ ਪਾਈ ਹੈ, ਚਲੋ ਉਹ ਸਿੰਘ ਦੇ ਤੇ ਮੈਂ ਭੋਗ ਤੇ ਵੀ ਚਲਿਆ ਜਾਊਂਗਾ ਆਪਣੇ ਭਰਾ ਦੇ, ਪਰ ਇੱਧਰ ਮੈਨੂੰ ਜਾਣਾ ਜ਼ਰੂਰੀ ਚਾਹੀਦਾ ਕਿ ਮੈਂ ਉਹ ਸਿੰਘ ਦੀ ਮੁਲਾਕਾਤ ਪਾਵਾਂ ਜਿਹਨੂੰ ਫਾਂਸੀ ਦਾ ਐਲਾਨ ਹੋਇਆ। ਠੀਕ ਹੈ ਤਾਂ ਮੈਂ ਜਿਸ ਵੇਲੇ ਉਹਦੇ ਫਾਂਸੀ ਦੇ ਐਲਾਨ ਤੋਂ ਬਾਅਦ ਅਸੀਂ ਉਹਦੇ ਭਾਈ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਅਤੇ ਉਹਦੇ ਦੋਨੇ ਬੱਚੇ ਅਤੇ ਇੱਕ ਮੈਂ ਜਦੋਂ ਅਸੀਂ ਜੇਲ੍ਹ ਵਿੱਚ ਮੁਲਾਕਾਤ ਵਾਸਤੇ ਗਏ ਠੀਕ ਤਾਂ ਸਾਡੀ ਜਿਹੜੀ ਵੱਖਰੇ ਤੌਰ ਤੇ ਮੁਲਾਕਾਤ ਜਿਹੜੀ ਸੀ ਭਾਈ ਰਾਜੋਆਣਾ ਨਾਲ ਹੋਈ ਸੀ। ਸਭ ਤੋਂ ਪਹਿਲੀ ਮੁਲਾਕਾਤ ਫਾਂਸੀ ਦੇ ਐਲਾਨ ਤੋਂ ਬਾਅਦ ਉਹਦੇ ਪਰਿਵਾਰ ਤੋਂ ਬਿਨਾਂ ਮੇਰੇ ਨਾਲ ਹੀ ਹੋਈ ਸੀਗੀ। ਠੀਕ ਹੈ ਮੇਰੇ ਨਾਲ ਲੰਬੀ ਗੱਲਬਾਤ ਉਹਨੇ ਘੰਟਾ ਦੋ ਘੰਟੇ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਮੈਂ ਕਿਹਾ ਵੀ ਦੱਸੋ ਤੁਸੀਂ ਯਾਦ ਕੀਤਾ, ਤੇ ਉਹ ਕਹਿੰਦੇ ਮੈਂ ਚਾਹੁੰਦਾ ਕਿ ਜਿਹੜਾ ਮੇਰਾ ਸਰੀਰ ਆ ਹਾਂ ਮੇਰੀ ਫਾਂਸੀ ਤੋਂ ਬਾਅਦ ਉਹ ਪੰਥ ਦੀ ਅਮਾਨਤ ਆ ਵੀ ਉਹ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਜਾਵੇ ਤੇ ਜਿਹੜੀਆਂ ਮੇਰੀਆਂ ਅੱਖਾਂ ਨੇ ਉਹ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੂੰ ਦਿੱਤੀਆਂ ਜਾਣ ਤੇ ਬਾਕੀ ਵੀ ਜਿਹੜੇ ਮੇਰੇ ਅੰਗ ਵਰਤੇ ਜਾ ਸਕਦੇ ਆ ਉਹ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਵਰਤੇ ਜਾਣ, ਵੀ ਮੇਰੀ ਵਸੀਅਤ ਤੁਸੀਂ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਜਾਣੀ ਆ ਮੇਰੇ ਪਰਿਵਾਰ ਦੇ ਨਾਲ। ਇਹਨਾਂ ਨੇ ਇੱਕ ਬੱਸ ਜਿਹੜੀ ਆ ਉਹ ਕੀਤੀ ਹੋਈ ਆ ਪਿੰਡ ਦੀ ਸੰਗਤ ਜਿਹੜੀ ਆ ਰਾਜੋਆਣੇ ਦੀ, ਉਹ ਮੇਰੀਆਂ ਮੇਰੀ ਵਸੀਅਤ ਲੈ ਕੇ ਅਕਾਲ ਤਖ਼ਤ ਤੇ ਜਾਣਗੀਆਂ, ਤੁਸੀਂ ਅਗਵਾਈ ਕਰਨੀ ਆ। ਅੱਛਾ ਜੀ ਤੇ ਮੈਂ ਭਾਈ ਰਾਜੋਆਣਾ ਨੂੰ ਕਿਹਾ ਕਿ ਦੇਖੋ ਜੇ ਮੈਂ ਜਾਣਾ ਤੇ ਮੈਂ ਕੇਵਲ ਪਰਿਵਾਰ ਦੇ ਨਾਲ ਨਹੀਂ, ਮੈਂ ਸਿੱਖ ਸੰਗਤਾਂ ਨੂੰ ਜਥੇਬੰਦੀਆਂ ਸਭ ਨੂੰ ਸੱਦਾ ਦਊਂਗਾ ਵੀ ਵੱਡੇ ਕਾਫਲੇ ਦੇ ਰੂਪ ਚ ਅਕਾਲ ਤਖ਼ਤ ਸਾਹਿਬ ਤੇ ਜਾਇਆ ਜਾਵੇ ਤੁਹਾਡੀ ਵਸੀਅਤ ਲੈ ਕੇ। ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਉਹ ਤੁਹਾਡੀ ਮਰਜ਼ੀ ਆ। ਮੈਂ ਜਦੋਂ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਜਿਹੜਾ ਸੀਗਾ ਬਾਹਰ ਨਿਕਲਿਆ, ਉਹਨਾਂ ਨੇ ਕੁਝ ਆਪਣੀਆਂ ਜਿਹੜੇ ਪਰਿਵਾਰ ਦੀ ਆਰਥਿਕ ਤੰਗੀ ਦੀ ਗੱਲ ਕੀਤੀ, ਜਿਹੜਾ ਉਹਨਾਂ ਦੇ ਭੈਣ ਕਮਲਜੀਤ ਕੌਰ ਦਾ ਪਰਿਵਾਰ ਸੀਗਾ, ਠੀਕ ਹੈ ਤਾਂ ਮੈਂ ਕਿਹਾ ਤੁਸੀਂ ਇਸ ਗੱਲ ਦੀ ਕੋਈ ਫਿਕਰ ਨਾ ਕਰੋ, ਜਿੰਨਾ ਹੋ ਸਕਿਆ ਅਸੀਂ ਮਦਦ ਕਰਾਂਗੇ। ਚਲੋ ਉਸ ਦਿਨ ਹੀ ਅਸੀਂ ਆਰਥਿਕ ਮਦਦ ਜਿਹੜੀ ਸੀਗੀ ਉਸ ਪਰਿਵਾਰ ਦੀ ਕੀਤੀ। ਠੀਕ ਹੈ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ ਜੇਲ੍ਹ ਤੋਂ ਤਾਂ ਮੈਂ ਪ੍ਰੈਸ ਨੂੰ ਕਿਹਾ ਕਿ ਅਸੀਂ ਜਿਹੜਾ ਹੈਗਾ ਭਾਈ ਰਾਜੋਆਣਾ ਦੀ ਜਿਹੜਾ ਵਸੀਅਤ ਆ ਉਹ ਅਸੀਂ ਲੈ ਕੇ ਕੱਲ ਨੂੰ ਜਿਹੜਾ ਹੈਗਾ ਜਾਵਾਂਗੇ ਅਕਾਲ ਪਰਸੋਂ ਨੂੰ, ਅਗਲੇ ਤੋਂ ਅਗਲੇ ਦਿਨ ਜਾਣਾ ਸੀਗਾ, ਠੀਕ ਹੈ 18 ਤਰੀਕ ਸੀ ਸ਼ਾਇਦ, 18 ਤਰੀਕ ਬਣਦੀ ਸੀ ਉਦੋਂ 18 ਮਾਰਚ। ਠੀਕ ਹੈ ਤਾਂ ਅਸੀਂ ਕਿਹਾ ਵੀ ਅਸੀਂ ਇਸ ਦਿਨ ਭਾਈ ਰਾਜੋਆਣਾ ਦੀ ਵਸੀਅਤ ਲੈ ਕੇ ਉਹਨਾਂ ਦੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਤੋਂ ਅਸੀਂ ਜਾਵਾਂਗੇ ਵੀ ਸੰਗਤਾਂ ਆਉਣ, ਤੇ ਤੁਹਾਡੇ ਧਿਆਨ ਚ ਹੋਣਾ ਕਿ 400-500 ਗੱਡੀ ਜਿਹੜੀ ਸੀ ਹਾਂਜੀ ਹਾਂਜੀ ਸੰਗਤਾਂ ਦੀ ਭਰੀ ਅਸੀਂ ਉੱਥੋਂ ਲੈ ਕੇ ਤੁਰੇ ਸੀਗੇ, ਠੀਕ ਹੈ ਜੋ ਬੱਸਾਂ ਗਈਆਂ ਜੋ ਸਾਰਾ ਪਰਿਵਾਰ ਅਸੀਂ ਅਕਾਲ ਤਖ਼ਤ ਸਾਹਿਬ ਤੇ ਗਏ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਿਆ, ਅਕਾਲ ਤਖ਼ਤ ਸਾਹਿਬ ਤੇ ਜਾ ਕੇ ਜਥੇਦਾਰ ਸਾਹਿਬ ਉਦੋਂ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਵਸੀਅਤ ਸੌਂਪੀ, ਠੀਕ ਗਿਆਨੀ ਗੁਰਬਚਨ ਸਿੰਘ ਕਿਤੇ ਵਿਦੇਸ਼ ਗਏ ਹੋਏ ਸੀ ਉਹ ਵੀ ਮੌਕੇ ਤੇ ਉੱਥੇ ਪਹੁੰਚੇ, ਤਾਂ ਅਸੀਂ ਉਹ ਜਿਹੜੀ ਵਸੀਅਤ ਸੀਗੀ ਉਹਨਾਂ ਨੂੰ ਅਸੀਂ ਉਹ ਜਿਹੜੀ ਸੌਂਪ ਦਿੱਤੀ। ਤੇ ਨਾਲ ਹੀ ਮੈਂ ਇੱਕ ਬੇਨਤੀ ਕੀਤੀ ਸੀ ਕਿਉਂਕਿ 2 ਦਿਨ ਪਹਿਲਾਂ ਅਕਾਲੀ ਵਜ਼ਾਰਤ ਜਿਨ੍ਹਾਂ ਨੇ ਸਹੁੰ ਚੁੱਕੀ ਮੰਤਰੀ ਬਣੇ ਸੀ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀਗੇ, ਠੀਕ ਹੈ ਤੇ ਮੈਂ ਵਿਸਥਾਰ ਚ ਨਾ ਜਾਵਾਂ, ਮੈਂ ਉੱਥੇ ਫਿਰ ਅਨਾਉਂਸ ਕੀਤਾ ਕਿ ਮੈਂ ਕਿਹਾ ਵੀ ਦੇਖੋ ਉਦੋਂ ਸ਼ਾਇਦ ਸਿੱਖ ਚੈਨਲ ਹੀ ਚੱਲਦਾ ਸੀ, ਅੱਜ ਯੂਕੇ ਦੇ ਬਾਕੀ ਚੈਨਲ ਵੀ ਅਜੇ ਨਹੀਂ ਸੀ ਚੱਲਦੇ, ਨਾ ਅਕਾਲ ਚੈਨਲ ਨਾ KTV ਨਾ ਤੁਹਾਡਾ ਚੈਨਲ ਨਾ ਕੋਈ ਹੋਰ, ਨਹੀਂ ਇਕੱਲਾ ਸਿੱਖ ਚੈਨਲ ਹੀ ਉਦੋਂ ਚੱਲਦਾ ਸੀਗਾ ਹਾਂਜੀ ਹਾਂਜੀ ਯੂਕੇ ਦੇ ਵਿੱਚ ਇੰਗਲੈਂਡ, ਤਾਂ ਇਹ ਵੀ ਉੱਥੇ ਪਹੁੰਚਿਆ ਹੋਇਆ ਸੀਗਾ। ਤੇ ਇਹਨਾਂ ਨੇ ਜਦੋਂ ਮੇਰੀ ਸਟੇਟਮੈਂਟ ਲਈ ਤੇ ਬਾਕੀ ਇੰਡੀਆ ਦਾ ਮੀਡੀਆ ਸੀ, ਮੈਂ ਕਿਹਾ ਦੇਖੋ ਮੈਂ ਤਾਂ ਸਿੱਖ ਪੰਥ ਨੂੰ ਇਹ ਬੇਨਤੀ ਕਰਨੀ ਚਾਹੁੰਦਾ
ਕਿ ਜਿਨ੍ਹਾਂ ਨੂੰ ਪੰਜਾਬ 'ਚ ਪੰਥ ਦੀ ਸੇਵਾ ਕਰਦੇ ਆ, ਜਿਨ੍ਹਾਂ ਨੂੰ ਤਖ਼ਤ ਮਿਲਿਆ, ਉਹ ਕੱਲ੍ਹ ਠੀਕ ਹੈ ਮੱਥਾ ਟੇਕਣ ਇੱਥੇ ਆਏ ਸੀਗੇ, ਜਿਨ੍ਹਾਂ ਨੂੰ ਰਾਜ ਠੀਕ ਭਾਗ ਮਿਲਿਆ, ਜਿਹੜੇ ਕਹਿੰਦੇ ਵੀ ਸਾਨੂੰ ਪੰਜਾਬ ਦੀ ਸੇਵਾ ਲਈ ਰਾਜ ਭਾਗ ਮਿਲਿਆ, ਹਾਂਜੀ ਤੇ ਹਾਂਜੀ ਮੈਂ ਕਿਹਾ ਮੈਂ ਉਸ ਸਿੰਘ ਦੀ ਵਸੀਅਤ ਲੈ ਕੇ ਆਇਆ ਜਿਹਨੂੰ ਪੰਥ ਦੀ ਸੇਵਾ ਕਰਦਿਆਂ ਤਖ਼ਤਾ ਮਿਲਿਆ ਫਾਂਸੀ ਦਾ, ਜਿਨ੍ਹਾਂ ਨੂੰ ਤਖ਼ਤ ਮਿਲਿਆ ਉਹ ਕੱਲ੍ਹ ਆਏ ਸੀ, ਜਿਨ੍ਹਾਂ ਨੂੰ ਤਖ਼ਤਾ ਮਿਲਿਆ ਮੈਂ ਉਹਨਾਂ ਦੀ ਵਸੀਅਤ ਲੈ ਕੇ ਆਇਆ, ਆ ਠੀਕ ਹੈ ਸਾਰੀਆਂ ਸੰਗਤਾਂ ਪੰਥ ਪਰਿਵਾਰ ਆਇਆ, ਤੇ ਹੁਣ ਪੰਥ ਸੋਚੇ ਵੀ ਆਪਾਂ ਕਿਸ ਤਰ੍ਹਾਂ ਉਹ ਸਿੱਖ ਨੂੰ ਫਾਂਸੀ ਦੇ ਤਖ਼ਤੇ ਤੋਂ ਲਾਉਣਾ ਵਾ। ਚੋਣਾਂਗੇ ਉਦੋਂ ਤੁਸੀਂ ਭਾਈ ਰਾਜੂਆਣਾ ਕਹਿ ਰਿਹਾ ਸੀਗਾ ਕਿ ਮੈਨੂੰ ਤੇ ਫਾਂਸੀ ਦੀ ਕੋਈ ਪਰਵਾਹ ਨਹੀਂ ਹੈ, ਮੈਨੂੰ ਕੱਲ ਦੀ ਬਜਾਏ ਅੱਜ ਦੇ ਦਿਓ, ਹਨਾ। ਠੀਕ ਤੇ ਹੈ ਪੰਥ ਨੇ ਕਿਵੇਂ ਉਹਨਾਂ ਨੂੰ ਫਾਂਸੀ ਦੇ ਤਖ਼ਤੇ ਤੋਂ ਲਾਉਣਾ ਹੈ ਆਪਾਂ ਪੰਥ ਨੇ ਸੋਚਣਾ, ਤੇ ਚਲੋ ਉਦੋਂ ਬਾਅਦ ਪੂਰਾ ਪੰਜਾਬ ਤੁਹਾਨੂੰ ਪਤਾ ਸੜਕਾਂ ਤੇ, ਹਰ ਜਥੇਬੰਦੀ ਨੇ, ਹਰ ਸੰਗਤ ਨੇ ਜ਼ੋਰ ਲਾਇਆ ਦੇਸਾਂ ਪ੍ਰਦੇਸਾਂ ਚੋਂ, ਹਾਂਜੀ ਹਾਂਜੀ ਤੇ ਪੂਰੇ ਘਰਾਂ ਦੇ ਉੱਤੇ ਜਿਹੜੀਆਂ ਕੇਸਰੀ ਝੰਡੀਆਂ ਵੀ ਲੱਗ ਗਈਆਂ ਸੀ, ਉਦੋਂ ਪਤਾ ਲੱਗਦਾ ਸੀ ਵੀ ਆਹ ਘਰ ਜਿਹੜਾ ਇਹ ਸਿੱਖਾਂ ਦਾ ਘਰ ਆ, ਕਿ ਬਾਹਰ ਕੇਸਰੀ ਝੰਡਾ ਲੱਗਾ ਹੁੰਦਾ ਸੀਗਾ। ਠੀਕ ਹੈ ਭਾਈ ਰਾਜੋਵਾਲਾ ਨੇ ਜਿਹੜਾ ਸੀਗਾ ਆਪਣਾ ਇਹ ਐਲਾਨ ਕੀਤਾ ਸੀਗਾ ਵੀ ਮੈਂ ਖਾਲਿਸਤਾਨ ਦਾ ਜਿਹੜਾ ਹੈਗਾ ਮੈਂ ਸ਼ਹੀਦ ਹੋਊਂਗਾ, ਤੇ ਖਾਲਿਸਤਾਨ ਦੀਆਂ ਝੰਡੀਆਂ ਲੱਗ ਜਾਣੀਆਂ ਚਾਹੀਦੀਆਂ ਨੇ ਘਰਾਂ ਦੇ ਬਾਹਰ, ਠੀਕ ਹੈ ਤੇ ਉਹਨਾਂ ਦੀ ਹਰ ਜਿਹੜੀ ਚਿੱਠੀ ਬਾਅਦ ਚ ਨਸ਼ਰ ਹੁੰਦੀ ਉਹਦੇ ਤੇ ਲਿਖਿਆ ਹੁੰਦਾ ਸੀ ਖਾਲਿਸਤਾਨ ਜਿੰਦਾਬਾਦ, ਹਨਾ। ਠੀਕ ਹੈ ਤਾਂ ਜਿਸ ਵੇਲੇ ਅਸੀਂ ਇਹ ਜਿਹੜੀ ਵਸੀਅਤ ਦਿੱਤੀ, ਉਦੋਂ ਬਾਅਦ ਜਿਹੜਾ ਅਸੀਂ ਪੂਰਾ ਪੰਜਾਬ ਸੜਕਾਂ ਤੇ ਆ ਗਿਆ, ਤੇ ਉਹਦਾ ਜਿਹੜਾ ਚਿੱਠੀ ਮੈਨੂੰ ਉਹਨਾਂ ਨੇ ਕਿਹਾ ਵੀ ਆਹ ਜਿਹੜੀ ਚਿੱਠੀ ਹੈ ਜਿਹੜੀ ਭਾਰਤ ਹਕੂਮਤ ਦੇ ਖਿਲਾਫ਼ ਸੀ, ਤਸ਼ੱਦਦ ਦੇ ਖਿਲਾਫ਼ ਸੀਗੀ, ਤਾਂ ਉਹ ਹਾਂਜੀ ਜਿਹੜੀ ਚਿੱਠੀ ਸੀ ਮੈਂ ਅਖਬਾਰਾਂ ਦੇ ਵਿੱਚ ਜਿਵੇਂ ਸਪੋਕਸਮੈਨ ਅਖਬਾਰ, ਪਹਿਰੇਦਾਰ ਅਖਬਾਰ, ਇਹਨਾਂ ਅਖਬਾਰਾਂ 'ਚ ਪੂਰੀ ਪੂਰੀ ਚਿੱਠੀ ਜਿਹੜੀ ਸੀ ਪੂਰਾ ਪੂਰਾ ਪੇਜ ਲੈ ਕੇ ਛਪਵਾਈ ਠੀਕ ਜਥੇਬੰਦੀ ਵੱਲੋਂ ਵੀ, ਹਾਂਜੀ ਤੇ ਹਾਂਜੀ ਉਹ ਲੱਖਾਂ ਰੁਪਈਆਂ ਦਾ ਖਰਚ ਸੀ, ਚਲੋ ਗੁਰੂ ਦੀ ਕਿਰਪਾ ਨਾਲ ਅਸੀਂ ਉਹ ਕੀਤਾ ਸੰਗਤਾਂ ਦੇ ਸਹਿਯੋਗ ਨਾਲ, ਤੇ ਉਦੋਂ ਬਾਅਦ 'ਚ ਇੱਕ ਚਿੱਠੀ ਭਾਈ ਰਾਜੋਆਣਾ ਦੀ ਆਈ ਜਿਹੜੀ ਜਥੇਬੰਦੀਆਂ ਦੇ ਖਿਲਾਫ ਸੀਗੀ, ਸਿੱਖ ਆਗੂਆਂ ਦੇ ਖਿਲਾਫ ਅੱਛਾ ਜਿਹੜੇ ਜੀ ਹੁਣ ਤੱਕ ਸੰਘਰਸ਼ਸ਼ੀਲ ਸਨ। ਅੱਛਾ ਤਾਂ ਜੀ ਮੈਂ ਫਿਰ ਇਹਨਾਂ ਦੇ ਪਰਿਵਾਰ ਨੂੰ, ਬੀਬੀ ਕਮਲਜੀਤ ਕੌਰ ਨੂੰ ਮੈਂ ਕਹਿਤਾ ਕਿ ਜਿਹੜੀ ਜਥੇਬੰਦੀਆਂ ਜਾਂ ਸਿੱਖ ਆਗੂਆਂ ਦੇ ਖਿਲਾਫ ਆ ਇਹ ਚਿੱਠੀ ਮੈਂ ਅਖਬਾਰਾਂ ਨੂੰ ਆਪਣੀ ਜਥੇਬੰਦੀ ਵੱਲੋਂ ਨਹੀਂ ਦੇ ਸਕਦਾ, ਠੀਕ ਹੈ ਇਹ ਜਿਹੜੀ ਸੀ ਮੈਂ ਮਨਾ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਜਿਹੜਾ ਸੀ ਭਾਈ ਤੇ ਰਾਜੂ ਆਣਾ ਨੂੰ, ਜਿਹੜੀ ਇਹਨਾਂ ਨੂੰ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਵੀ ਮੇਰਾ ਖਿਆਲ ਇਹਨਾਂ ਦਿਨਾਂ 'ਚ ਕੀਤੀ ਗਈ ਸੀ। ਉਦੋਂ ਬਾਅਦ ਚ ਕੀ ਹੋਇਆ ਕਿ ਜਿਸ ਵੇਲੇ ਸਾਨੂੰ ਮੇਰੇ ਮੈਂ ਨਾ ਕਰ ਦਿੱਤੀ ਇਸ ਹਾਂ ਗੱਲ ਹਾਂ ਤੋਂ ਵੀ ਜਿਹੜੀ ਜਥੇਬੰਦੀਆਂ ਆਗੂਆਂ ਦੇ ਖਿਲਾਫ ਆ ਇਹਨੂੰ ਮੈਂ ਨਹੀਂ ਛਪਵਾ ਸਕਦਾ, ਤਾਂ ਫਿਰ ਜਿਹੜਾ ਇਹ ਪਰਿਵਾਰ ਸੀ ਇਹ ਸ਼੍ਰੋਮਣੀ ਕਮੇਟੀ ਦੇ ਤੇ ਅਕਾਲੀ ਦਲ ਦੇ ਪ੍ਰਭਾਵ 'ਚ ਆ ਗਿਆ, ਉਹਨਾਂ ਨੇ ਇਹਨਾਂ ਨੂੰ ਜਿਹੜਾ ਸੀ ਕਵਰ ਕਰ ਲਿਆ। ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਸੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ, ਜਿਵੇਂ ਸ਼ਹੀਦ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਬਾਬਾ ਹਰਨਾਮ ਸਿੰਘ, ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਗਏ, ਉਹਨਾਂ ਨੇ ਜਾ ਕੇ ਅੰਮ੍ਰਿਤ ਛਕਾਇਆ ਸੀ ਉਹਨਾਂ ਨੂੰ, ਉਹਦੀ ਠੀਕ ਬਕਾਇਦਾ ਤਸਵੀਰਾਂ ਵੀ ਨਸ਼ਰ ਹੋਈਆਂ ਸੀਗੀਆਂ ਹਾਂਜੀ ਹਾਂਜੀ ਬਾਅਦ ਵਿੱਚ, ਸ਼ਾਇਦ ਪਤਾ ਨਹੀਂ ਬਾਬਾ ਹਰਨਾਮ ਸਿੰਘ ਸੀ ਜਾਂ ਨਹੀਂ ਮੈਨੂੰ ਯਾਦ ਨਹੀਂ, ਤੁਹਾਨੂੰ ਪਤਾ ਹੋਣਾ, ਭਾਈ ਜਸਵੀਰ ਸਿੰਘ ਰੋਡੇ ਸੀਗੇ ਸ਼ਾਇਦ। ਹਾਂਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੇਰੇ ਖਿਆਲ ਗਿਆਨੀ ਗੁਰਬਚਨ ਸਿੰਘ ਵੀ ਸੀਗੇ ਸ਼ਾਇਦ। ਹਾਂ ਸ਼ਾਇਦ ਉਹ ਸੀਗੇ, ਤੇ ਹਾਂਜੀ ਇਹਨਾਂ ਨੇ ਜਾ ਕੇ ਜਿਹੜਾ ਸੀ ਉਹਨਾਂ ਨੂੰ ਅੰਮ੍ਰਿਤ ਛਕਾਇਆ, ਪੰਜ ਪਿਆਰੇ ਸਿੰਘਾਂ ਨੇ ਅੰਮ੍ਰਿਤ ਦੀ ਦਾਤ, ਬਾਅਦ ਚ ਇਹਨਾਂ ਨਾਲ ਵੀ ਫਰਕ ਪੈ ਗਿਆ ਸੀ ਕਿਉਂਕਿ ਉਦੋਂ ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਤੇ ਉਹਨਾਂ ਨੇ ਬੀਬੀ ਕਮਲਜੀਤ ਕੌਰ ਨੂੰ ਕਿਹਾ ਸੀ ਵੀ ਅਸੀਂ ਇੱਕ ਪਲੰਘਾ ਭੇਜਣਾ ਚਾਹੁੰਦੇ ਹਾਂ ਵੀ ਜਦੋਂ ਭਾਈ ਰਾਜੋਆਣਾ ਨੇ ਅਗਲੇ ਦਿਨ ਫਾਂਸੀ ਤੇ ਜਾਣਾ ਵਾ, ਤੇ ਇਸ ਪਲੰਘੇ ਦੇ ਉੱਤੇ ਆਰਾਮ ਕਰਕੇ ਤੇ ਅਗਲੇ ਦਿਨ ਫਾਂਸੀ ਦੇ ਤਖ਼ਤੇ ਨੂੰ ਜਾਣ। ਅੱਛਾ ਜੀ ਤੇ ਉਧਰ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਜਿਹੜਾ ਸੀਗਾ ਕੋਈ ਸ਼ਾਇਦ ਜਲ ਦੀ ਗਾਗਰ ਭੇਜੀ ਸੀ ਤੇ ਨਾਲ ਚੋਲਾ ਭੇਜਿਆ ਸੀ ਸ਼ਾਇਦ ਸਰੋਵਰ ਤੋਂ। ਹਾਂਜੀ ਫਾਂਸੀ ਚੜ੍ਹਨ ਵਾਸਤੇ, ਉਹਨਾਂ ਠੀਕ ਵੱਲੋਂ ਤਾਂ ਪੂਰਾ ਪ੍ਰਬੰਧ ਸੀਗਾ ਵੀ ਚੜ੍ਹੋ ਫਾਂਸੀ ਤੇ, ਠੀਕ ਹੈ ਉਹਨਾਂ ਨੇ ਤਾਂ ਸ਼ੋਭੇ ਛਾਵਾਂ ਭੇਜ ਦਿੱਤੀਆਂ, ਇਹਦੇ ਪੰਥ ਦਾ ਕੌਮ ਦਾ ਜ਼ੋਰ ਪੈ ਗਿਆ ਵੀ ਅਸੀਂ ਸਾਰਾ ਪੰਜਾਬ ਸੜਕਾਂ ਤੇ ਸੀਗਾ,
ਠੀਕ ਇਸ ਹੈ ਫਾਂਸੀ ਦੇ ਖਿਲਾਫ ਤੇ ਗੁਰੂ ਦੀ ਕਿਰਪਾ ਹੋਈ। ਉਧਰ ਜਦੋਂ ਇਹ ਸਾਰਾ ਸੰਘਰਸ਼ ਚੱਲ ਰਿਹਾ ਸੀਗਾ ਹਾਂ ਤੇ ਹਾਂ ਉਸ ਵੇਲੇ ਸਿਵ ਸੈਨਾ ਵਾਲਿਆਂ ਨੇ ਭਾਈ ਰਾਜੋਵਾਣਾ ਦੇ ਸੰਤ ਜਰਨੈਲ ਸਿੰਘ ਦੇ ਖਿਲਾਫ ਉੱਥੇ ਜਿਹੜਾ ਗੁਰਦਾਸਪੁਰ ਚ ਨਾਅਰੇਬਾਜ਼ੀ ਕੀਤੀ। ਇੱਕ ਸਿੰਘ ਦੀ ਦਸਤਾਰ ਵੀ ਸ਼ਾਇਦ ਉਹਨਾਂ ਨੇ ਜਿਹੜਾ ਸੀਗੀ ਰੋਲੀ ਸੀਗੀ ਅੱਛਾ ਜੀ ਤੇ ਤਿੰਨ ਸਿੰਘਾਂ ਦੇ ਵੱਲੋਂ ਕੰਪਲੇਂਟ ਵੀ ਦਰਜ ਹੋਈ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਸੇਵਾ ਸਿੰਘ ਸੇਖਵਾਂ ਤੇ ਗੁਰਚਰਨ ਕੇ ਗੁਰਬਚਨ ਸਿੰਘ ਬੱਬੇਹਾਲੀ, ਸੁੱਚਾ ਸਿੰਘ ਲੰਗਾਹ ਜਿਹੜੇ ਅਕਾਲੀ ਦਲ ਦੇ ਉਸ ਵੇਲੇ ਸਰਕਰਦਾ ਸਨ, ਹਾਂ ਇਹਨਾਂ ਨੇ ਉਹ ਸਿੰਘਾਂ ਨੂੰ ਹੀ ਪਾਸੇ ਜਿਹੜਾ ਸੀ ਕਰ ਦਿੱਤਾ ਸੀਗਾ। ਜਿਹੜਾ ਉਹ ਕੇਸ ਸ਼ਿਵ ਸੈਨਾ ਵਾਲੇ 16 ਜਣਿਆਂ ਦੇ ਖਿਲਾਫ ਜਿਹੜਾ ਕੇਸ ਬਣਦਾ ਸੀ ਉਹਨਾਂ ਨੂੰ ਬਿਠਾਤਾ ਸੀ ਇਹਨਾਂ ਨੇ ਅਕਾਲੀ ਦਲ ਦੇ ਅਹੁਦੇਦਾਰਾਂ ਨੇ। ਅੱਛਾ ਜੀ ਤੇ ਦੂਸਰੇ ਪਾਸੇ ਜਿਹੜਾ ਸੀਗਾ ਇਹ ਜਿਹੜਾ ਨੌਜਵਾਨ ਭਾਈ ਜਸਪਾਲ ਸਿੰਘ ਚੌੜਸਿੱਧਵਾਂ, ਇਹ ਆਪਣੀ ਕਾਲਜ ਦੀ ਪੜ੍ਹਾਈ ਕਰ ਰਿਹਾ ਸੀ। ਮਾਂ ਬਾਪ ਦਾ ਇਕਲੌਤਾ ਪੁੱਤਰ ਆ ਭਾਈ ਜਸਪਾਲ ਸਿੰਘ ਚੌੜਸਿੱਧਵਾਂ। ਹਾਂਜੀ ਬਾਪੂ ਗਿਆਨ ਸਿੰਘ ਨੇ ਫੌਜ ਦੇ ਵਿੱਚ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕੀਤੀ। ਫਿਰ ਬਾਪ ਗੁਰਚਰਨ ਸਿੰਘ ਆ ਜਿਹੜਾ ਉਹਨਾਂ ਦਾ, ਉਹਨਾਂ ਨੇ ਵੀ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕੀਤੀ। ਦੋਨੇ ਫੌਜ ਚੋਂ ਰਿਟਾਇਰਡ ਆ, ਅੱਛਾ ਜੀ ਉਹਨਾਂ ਦਾ ਪਿਓ ਵੀ ਤੇ ਦਾਦਾ ਵੀ। ਮਾਂ ਬਾਪ ਦਾ ਇਕਲੌਤਾ ਪੁੱਤ ਸੀ, ਨਾਲ ਇਕਲੌਤੀ ਭੈਣ ਸੀਗੀ, ਦੋਨੇ ਭੈਣ ਭਰਾ ਸੀਗੇ, ਚੰਗੀ ਜਾਇਦਾਦ ਸੀ ਘਰ ਚੋਂ, ਚੰਗੇ ਸੁਖਾਲੇ ਸੀਗੇ, ਕਿਸੇ ਗੱਲ ਦੀ ਦਿੱਕਤ ਨਹੀਂ ਸੀ। ਠੀਕ ਹੈ ਗੁਰਸਿੱਖ ਨੌਜਵਾਨ ਜਿਹੜਾ ਸੀਗਾ ਐਕਟਿਵ ਨੌਜਵਾਨ ਸੀਗਾ ਤੇ ਉਹਨੂੰ ਉੱਥੇ ਜਿਸ ਤਰੀਕੇ ਨਾਲ, ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇਹ ਸ਼ਾਇਦ ਹਾਂਜੀ 28 ਜਾਂ 29, ਆਹੀ 29 29 29 ਮਾਰਚ ਤਰੀਕ ਦੀ ਜਾਣਾ ਗੱਲ ਜੀ ਹੈ, 29 ਮਾਰਚ ਦੀ ਹੈ। 29 ਤਰੀਕ ਦੀ, ਜਿਸ ਵੇਲੇ ਉਹਨੂੰ ਸ਼ਹੀਦ ਕੀਤਾ ਤਾਂ ਉਦੋਂ ਹੀ ਨਾਲ ਜਿਹੜੇ ਸਿੱਖ ਆਗੂ, ਕਿਉਂਕਿ 31 ਨੂੰ ਫਾਂਸੀ ਲੱਗਣੀ ਸੀਗੀ ਹਾਂਜੀ ਤੇ ਹਾਂਜੀ ਸਾਨੂੰ, ਅਸੀਂ ਸਾਰੇ ਜਿਹੜੇ ਵਿਰੋਧ ਕਰ ਰਹੇ ਸੀ, ਸਾਨੂੰ 29 ਤਰੀਕ ਤਾਂ ਆਪਣਾ ਜਿਹੜਾ 28 ਤਰੀਕ ਨੂੰ ਸ਼ਾਇਦ ਸਾਨੂੰ ਸਾਰਿਆਂ ਨੂੰ ਫੜ ਲਿਆ ਸੀ ਥਾਂ ਥਾਈ ਤੁਹਾਨੂੰ ਉੱਥੇ ਜਾਣ ਨਹੀਂ ਕਿਤੇ, ਦਿੱਤਾ। ਨਹੀਂ ਸਾਨੂੰ ਗ੍ਰਿਫਤਾਰ ਕਰ ਲਿਆ ਸੀ। ਮੈਨੂੰ, ਅਸੀਂ ਗਏ ਹੋਏ ਸੀਗੇ, ਸਾਡੇ ਦੀਵਾਨ ਸਿੱਧਵਾਂ ਦੋਨਾਂ ਚੱਲ ਰਹੇ ਸੀ ਕਪੂਰਥਲਾ ਅੱਜ, ਤੇ ਅਸੀਂ ਨਕੋਦਰ ਦੇ ਕੋਲੇ ਸ਼ਾਹਕੋਟ ਪਿੰਡ, ਸ਼ਾਹਕੋਟ ਦੇ ਨੇੜੇ ਮਾਣਕਪੁਰ ਪਿੰਡ 'ਚ ਠਹਿਰੇ ਹੋਏ ਸੀ, ਬਾਹਰ ਖੂਹ ਤੇ ਸਾਰਾ ਜਥਾ। ਠੀਕ ਹੈ ਭਾਈ ਮੇਜਰ ਸਿੰਘ ਸਾਡੇ ਪੰਥਕ ਸੇਵਾ ਲਹਿਰ ਦਾਦੂਵਾਲ ਜਥੇਬੰਦੀ ਦੇ ਜਿਹੜੇ ਆਗੂ ਆ ਜਲੰਧਰ ਦੇ, ਉਹਨਾਂ ਦੇ ਅਸੀਂ ਘਰ ਠਹਿਰ ਤੇ ਠਹਿਰੇ ਹੋਏ ਸੀ। ਉੱਥੋਂ ਅਸੀਂ ਦੀਵਾਨ ਤੇ ਜਾਂਦੇ ਸੀ ਅੱਗੇ, ਠੀਕ ਹੈ ਕਿ ਆਉਣ ਜਾਣ ਬਹੁਤ ਦੂਰ ਪੈ ਜਾਂਦਾ ਸੀ ਦਾਦੂ ਸਾਹਿਬ ਤੋਂ, ਤੇ ਉੱਥੇ ਸਿੱਧਵਾਂ ਦੋਨਾਂ ਦੀਵਾਨ ਚੱਲ ਰਹੇ ਸੀਗੇ, ਕੀਰਤਨ ਦੀਵਾਨ ਤੇ ਅੰਮ੍ਰਿਤ ਸੰਚਾਰ ਸੀ। ਠੀਕ ਹੈ ਜਦੋਂ ਅਸੀਂ ਸ਼ਾਮ ਨੂੰ ਤਿਆਰ ਹੋ ਕੇ ਚੱਲੇ ਤੇ ਉਹਦੇ ਜੁਰਿੰਦਰ ਸਿੰਘ ਹੇਰ ਜਲੰਧਰ ਦਿਹਾਤੀ ਦਾ SSP ਸੀ, ਉਹਨੇ ਆ ਕੇ ਸਾਨੂੰ ਬਹੁਤ ਭਾਰੀ ਫੋਰਸ ਨਾਲ ਮਾਣਕਪੁਰ ਤੋਂ ਸਾਨੂੰ ਗ੍ਰਿਫਤਾਰ ਕਰ ਲਿਆ ਸੀਗਾ, ਮੈਨੂੰ ਮੇਰੇ ਚਾਰ ਸਾਥੀਆਂ ਸਮੇਤ। ਠੀਕ ਹੈ ਪੰਜ ਜਾਣਿਆਂ ਨੂੰ ਸਾਨੂੰ ਨਕੋਦਰ ਥਾਣੇ 'ਚ ਲੈ ਗਏ, ਨਕੋਦਰ ਤੋਂ ਰਾਤ ਨੂੰ 2 ਵਜੇ ਕਪੂਰਥਲਾ ਜੇਲ੍ਹ ਵਿੱਚ ਭੇਜ ਦਿੱਤਾ ਸੀ, ਰਾਤ ਨੂੰ 2 ਵਜੇ। ਠੀਕ ਹੈ ਜੀ ਤਾਂ ਅਸੀਂ ਜੇਲ੍ਹ ਵਿੱਚ ਸੀ ਜਦੋਂ ਉਸ ਭਾਈ ਜਸਪਾਲ ਸਿੰਘ ਦਾ ਜਿਹੜਾ ਸੀਗਾ, ਅਸੀਂ ਸਾਰੀ ਉਸ ਸੰਸਕਾਰ ਦੀ ਖਬਰ ਸਾਰਾ ਕੁਝ, ਸਾਨੂੰ ਜਿੰਨੇ ਵੀ ਸਰਗਰਮ ਆਗੂ ਸੀ ਸਾਨੂੰ ਗ੍ਰਿਫਤਾਰ ਕਰ ਲਿਆ ਸੀਗਾ, ਠੀਕ ਹੈ ਜਿਹੜੇ ਜਥੇਬੰਦੀਆਂ ਦੇ ਆਗੂ ਸੀ ਜਾਂ ਜੋ ਫਾਂਸੀ ਰੱਦ ਕਰਨ ਦਾ ਸੰਘਰਸ਼ ਲੜ ਰਹੇ ਸੀ। ਪਰ ਉੱਥੇ ਸੰਸਕਾਰ ਦੇ ਉੱਤੇ ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਕਾਲ ਤਖ਼ਤ ਤੇ ਬਾਬਾ ਹਰਨਾਮ ਸਿੰਘ ਧੁੰਮਾ, ਦਮਦਮੀ ਟਕਸਾਲ ਤੇ ਹੋਰ ਇਹ ਕਾਫੀ ਆਗੂ ਜਿਹੜੇ ਸੀ ਉੱਥੇ ਪਹੁੰਚੇ ਸੀਗੇ। ਠੀਕ ਹੈ ਉੱਥੇ ਬੜੀ ਕਸਮ ਕਸ ਸੀਗੀ, ਬੜਾ ਮਤਲਬ ਉੱਥੇ ਦਾ ਮਾਹੌਲ ਇਦਾਂ ਦਾ ਸੀਗਾ ਕਿ ਸੰਗਤ ਨਹੀਂ ਸੀ ਚਾਹੁੰਦੀ ਸੰਸਕਾਰ ਕੀਤਾ ਜਾਵੇ, ਠੀਕ ਹੈ ਸੰਗਤ ਚਾਹੁੰਦੀ ਸੀਗੀ ਕਿ ਜਿਹੜਾ ਹੈਗਾ ਇਨਸਾਫ਼, ਦੋਸ਼ੀਆਂ ਦੇ ਉੱਤੇ ਮੁਕੱਦਮਾ ਦਰਜ ਹੋਵੇ। ਪਰ ਉਸ ਹਾਂਜੀ ਵੇਲੇ ਜਦੋਂ ਉੱਥੇ ਸੁਖਬੀਰ ਬਾਦਲ ਨਾਲ ਬਾਬੇ ਹਰਨਾਮ ਸੋਹਣੇ ਵੀ ਗੱਲ ਕੀਤੀ, ਕਿਉਂਕਿ ਉਹਨਾਂ ਨੇ ਅਕਾਲੀ ਦਲ ਦਾ ਸਮਰਥਨ ਕੀਤਾ ਹੋਇਆ ਸੀ, ਉਸ ਸਰਕਾਰ 'ਚ ਵੀ ਉਹ ਸਹੁੰ ਵੀ ਚੁਕਾ ਕੇ ਆਏ ਸੀ ਉਹਨਾਂ ਨੂੰ, ਹਨਾ ਠੀਕ ਹੈ ਪਹਿਲੀ ਸਰਕਾਰ 'ਚ ਵੀ ਉਹਨਾਂ ਦਾ ਸਮਰਥਨ ਰਿਹਾ ਸੀ, ਤੇ ਗਿਆਨੀ ਗੁਰਬਚਨ ਸਿੰਘ ਨੇ ਵੀ ਗੱਲਬਾਤ ਕੀਤੀ, ਤੇ ਇਹ ਵੀ ਸੁਣਨ 'ਚ ਆਇਆ ਸੀ ਕਿ ਸੁਖਬੀਰ ਬਾਦਲ ਨੇ ਗਿਆਨੀ ਗੁਰਬਚਨ ਸਿੰਘ ਨੂੰ ਗਾਲਾਂ ਵੀ ਕੱਢੀਆਂ ਸੀ ਫੋਨ ਤੇ।
ਅੱਛਾ ਕਿ ਜੀ ਤੁਸੀਂ ਇੱਥੇ ਲੈਣ ਵਾਸਤੇ ਕੀ ਲੈਣ ਵਾਸਤੇ ਗਏ ਆ, ਤੁਸੀਂ ਗਏ ਹੀ ਕਿਉਂ ਆ ਇੱਥੇ? ਜਦੋਂ ਉਹਨਾਂ ਨੇ ਦੱਸਿਆ ਵੀ ਅਸੀਂ ਘਿਰ ਗਏ ਆ ਸੰਗਤ ਦੇ ਵਿੱਚ, ਸੰਗਤ ਸਾਨੂੰ ਬਾਹਰ ਨਹੀਂ ਨਿਕਲਣ ਦਿੰਦੀ ਤੇ ਨਾ ਹੀ ਸੰਸਕਾਰ ਕਰਨ ਦਿੰਦੀ ਆ, ਠੀਕ ਹੈ ਤਾਂ ਉਦੋਂ ਉਹਨੇ ਸੁਖਬੀਰ ਬਾਦਲ ਨੇ ਗਾਲਾਂ ਵੀ ਕੱਢੀਆਂ ਸੀ ਵੀ ਤੁਸੀਂ ਇੱਥੇ ਲੈਣ ਕੀ ਗਏ ਆ। ਓਕੇ ਪਰ ਚਲੋ ਬਾਅਦ ਵਿੱਚ ਉਹਨਾਂ ਪਰਿਵਾਰ ਨੂੰ ਜਿਹੜਾ ਅਸੀਂ ਭਰੋਸੇ 'ਚ ਲੈ ਕੇ, ਪਰਿਵਾਰ ਨੇ ਹੁਣ ਦੇਖੋ ਜਥੇਦਾਰ ਅਕਾਲ ਤਖ਼ਤ ਕਹਿ ਰਿਹਾ ਹੋਵੇ ਜਾਂ ਦਮਦਮੀ ਟਕਸਾਲ ਦਾ ਮੁਖੀ ਜਾਂ ਹੋਰ ਸਾਰੇ ਕਹਿ ਰਹੇ ਹੋਣ ਤਾਂ ਉਹਨਾਂ ਨੇ ਤਾਂ ਭਾਈ ਗੱਲ ਭਾਈ ਮੰਨਣੀ ਹੁੰਦੀ ਆ ਆਪਾਂ ਦੀ। ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਉਦੋਂ ਉੱਥੇ ਸੀ, ਸ਼ਾਇਦ ਇਹ ਵੀ ਉੱਥੇ ਸੰਸਕਾਰ ਤੇ ਪਤਾ ਨਹੀਂ ਪਹੁੰਚੇ ਕਿ ਨਹੀਂ, ਭੋਗ ਤੇ ਸ਼ਾਇਦ ਪਹੁੰਚੇ ਸੀਗੇ, ਇਹ ਵੀ ਸ਼ਾਇਦ ਉੱਥੇ ਸੀ ਭਾਈ ਰਣਜੀਤ ਸਿੰਘ ਹੋਣੀ। ਹੋਰ ਵੀ ਕਾਫੀ ਸੀਗੇ, ਮੈਂ ਮੁੱਖ ਆਗੂਆਂ ਦੀ ਗੱਲ ਕਰ ਰਿਹਾ, ਵੈਸੇ ਕਾਫੀ ਸੀ ਉੱਥੇ ਜਿਹੜੇ ਪਹੁੰਚੇ ਸੀ, ਠੀਕ ਹੈ ਕਿਉਂਕਿ ਜੀ, ਇਹਨਾਂ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਸਰਕਾਰ ਨੇ, ਸਾਨੂੰ ਗ੍ਰਿਫਤਾਰ ਕੀਤਾ ਸੀ ਸਾਰਿਆਂ ਨੂੰ ਜਿਹੜੇ ਅਸੀਂ ਉਹ ਫਾਂਸੀ ਰੱਦ ਕਰਾਉਣ ਦਾ ਸੰਘਰਸ਼ ਲੜ ਰਹੇ ਸੀਗੇ। ਠੀਕ ਹੈ, ਤਕਰੀਬਨ ਜ਼ਿਆਦਾ ਨਹੀਂ ਤਾਂ 40-50 ਜਿਹੜੇ ਮੇਨ ਮੇਨ ਆਗੂ ਸੀ ਉਹ ਸਾਰੇ ਫੜ ਲਏ ਸੀਗੇ, ਠੀਕ ਹੈ, ਜਿਹੜੇ ਦੋ ਦੂਜੀ ਕਤਾਰ ਦੇ ਆਗੂ ਸੀ ਉਹ ਵੀ ਫੜ ਲਏ ਸੀਗੇ। ਹਾਂਜੀ ਤਾਂ ਹਾਂਜੀ, ਉਸ ਵੇਲੇ ਚਲੋ ਕਿਸ ਤਰ੍ਹਾਂ ਸੰਸਕਾਰ ਹੋਇਆ ਇਹ ਤਾਂ ਉਹੀ ਦੱਸ ਸਕਦੇ, ਸੰਸਕਾਰ ਜਿਹੜਾ ਸੀ ਉਹ ਹੋ ਗਿਆ ਸੀਗਾ। ਠੀਕ ਅਸੀਂ ਇਹ ਸਾਰਾ ਜਿਹੜਾ ਸੀ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਜਿਹੜੇ ਬੈਰਕਾਂ 'ਚ ਟੈਲੀਵਿਜ਼ਨ ਲੱਗੇ ਸੀ ਉਹਨਾਂ ਤੇ ਜਿਹੜੀ ਖਬਰ ਆਈ ਉਹਦੇ 'ਚ ਹੀ ਦੇਖਿਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਸੀਗਾ ਦੇਖੋ, ਸੰਸਕਾਰ ਤੋਂ ਬਾਅਦ ਜਿਹੜਾ ਸੀਗਾ ਭੋਗ ਦਾ ਪ੍ਰੋਗਰਾਮ ਸੀ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨੇ ਸਾਰਾ ਕੈਪਚਰ ਕਰ ਲਿਆ ਸੀਗਾ, ਆਪ ਦਾ ਉਹਨਾਂ ਨੇ ਸੈਕਟਰੀ ਲਾ ਦਿੱਤਾ ਸੀਗਾ। ਜਿਹੜਾ ਉੱਥੇ ਸੈਕਟਰੀ ਲਾਇਆ ਗਿਆ ਸੀਗਾ ਉਹ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਕਵੀਸਰ ਸੀਗਾ। ਠੀਕ ਹੈ, ਉਹਨੇ ਜਿਹੜਾ ਭਾਈ ਰਣਜੀਤ ਸਿੰਘ ਸਿੰਘ ਸਾਹਿਬ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸਮਾਂ ਨਹੀਂ ਸੀ ਦਿੱਤਾ ਸਟੇਜ ਦੇ ਉੱਤੇ, ਠੀਕ ਤੇ ਹੈ, ਬਾਦਲ ਦਲ ਦੇ ਜਿਹੜੇ ਸੰਪਰਕ 'ਚ ਬੰਦੇ ਸੀ ਜਾਂ ਉਹਨਾਂ ਦੇ ਹੱਕ 'ਚ ਬੋਲਣ ਵਾਲੇ, ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਉੱਥੇ ਸਟੇਜ ਤੇ ਬੋਲਣ ਦਾ, ਸ਼ਰਧਾਂਜਲੀ ਸਮਾਗਮ 'ਚ ਸ਼ਰਧਾ ਦੇ ਫੁੱਲ ਭੇਟ ਕਰਨ ਦਾ। ਠੀਕ ਹੈ, ਸੋ ਇਸ ਤਰੀਕੇ ਨਾਲ ਭਾਈ ਜਿਹੜਾ ਜਸਪਾਲ ਸਿੰਘ ਚੌੜ ਸਿੱਧਵਾਂ ਸੀ ਉਹਨਾਂ ਦੀ ਸ਼ਹੀਦੀ ਹੋਈ, ਸੰਸਕਾਰ ਹੋਇਆ, ਭੋਗ ਦਾ ਜਿਹੜਾ ਪਿਆ ਸੀਗਾ, ਪਰਿਵਾਰ ਜਿਹੜਾ ਸੀਗਾ ਉਹ ਮੌਕੇ ਤੇ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ ਕਿ ਉਹਨਾਂ ਨੇ ਜੋ, ਕਿਉਂਕਿ ਆਗੂ ਜਦੋਂ ਜਿਹੜੇ ਸਾਹਮਣੇ ਦਿਸ ਰਹੇ ਹੁਣ, ਜੇ ਉਹੀ ਕਹਿਣ ਵੀ ਤੁਸੀਂ ਇਦਾਂ ਸੰਸਕਾਰ ਕਰ ਲਓ, ਅਸੀਂ ਇਨਸਾਫ਼ ਦਵਾਵਾਂਗੇ, ਇਨਸਾਫ਼ ਦੀ ਲੜਾਈ ਲੜਾਂਗੇ, ਮੁੜ ਕੇ ਪਰਿਵਾਰ ਆ ਕੇ ਗਿਆਨੀ ਗੁਰਬਚਨ ਸਿੰਘ ਨੂੰ ਵੀ ਮਿਲਦਾ ਰਿਹਾ, ਕਹਿੰਦੇ ਰਹੇ ਵੀ ਤੁਸੀਂ ਕਿਹਾ ਸੀਗਾ ਵੀ ਦੱਸੋ ਇਨਸਾਫ਼ ਦਵਾਵਾਂਗੇ, ਕੀ ਇਨਸਾਫ਼ ਦਵਾਇਆ, ਤੇ ਕੋਈ ਹਾਂਜੀ ਇਨਸਾਫ਼ ਜਿਹੜਾ ਭਾਈ ਜਸਪਾਲ ਸਿੰਘ ਦੀ ਜਿਹੜਾ ਸ਼ਹਾਦਤ ਤੋਂ ਬਾਅਦ ਨਹੀਂ ਹੋਇਆ। ਉਹਨਾਂ ਦੀ ਸ਼ਹਾਦਤ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਲਈ, ਇਸ ਤਰ੍ਹਾਂ ਹੀ ਮੈਂ ਸਮਝਦਾ ਕਿ ਜਿਹੜੀ ਫਾਂਸੀ ਭਾਈ ਰਾਜੋਆਣਾ ਨੂੰ ਸੀ ਜਿਹੜੀ ਸ਼ਹੀਦੀ ਵਾਸਤੇ ਉਹ ਤਿਆਰ ਹੋਏ ਸੀ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਉਹਨਾਂ ਤੋਂ ਖੋਹ ਕੇ ਲੈ ਗਿਆ। ਭਾਈ ਜਸਪਾਲ ਸਿੰਘ ਉਹਨਾਂ ਵਾਲੀ ਸ਼ਹੀਦੀ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੇ ਦੇ ਦਿੱਤੀ, ਤੇ ਭਾਈ ਰਾਜੋਆਣਾ ਦੀ ਫਾਂਸੀ ਜਿਹੜੀ ਸੀ ਉਹ ਮੁੜ ਕੇ ਰੱਦ ਕਰਨੀ ਪੈ ਗਈ। ਹਾਲਾਤ ਇਦਾਂ ਦੇ ਬਣ ਗਏ ਸੀ ਕਿ ਹਾਂਜੀ, ਬਾਦਲਾਂ ਨੂੰ ਵੀ ਦਿੱਲੀ ਜਾ ਕੇ ਬੈਠਣਾ ਪੈ ਗਿਆ ਸੀ, ਗ੍ਰਹਿ ਮੰਤਰੀ ਦੇ ਕੋਲ, ਰਾਸ਼ਟਰਪਤੀ ਦੇ ਕੋਲ ਵੀ, ਹਾਲਾਤ ਬਹੁਤ ਖਰਾਬ ਨੇ, ਬਗਾਵਤ ਹੋ ਜੂਗੀ, ਤੇ ਇਸ ਕਰਕੇ ਫਾਂਸੀ ਨੂੰ ਰੱਦ ਕੀਤਾ ਜਾਵੇ। ਤਾਂ ਫਿਰ ਉਹਨਾਂ ਨੇ 31 ਮਾਰਚ ਦੀ ਜਿਹੜੀ ਫਾਂਸੀ ਸੀ ਰਾਸ਼ਟਰਪਤੀ ਨੇ ਰੱਦ ਕਰਕੇ ਤੇ ਉਹਨੂੰ ਸਾਇਲੈਂਟ ਕਰ ਦਿੱਤਾ ਸੀਗਾ ਤੇ ਵੀ ਜਿਹੜਾ ਉਸ। ਜਸਪਾਲ ਸਿੰਘ ਚੌੜ ਸਿੱਧਵਾਂ ਜਿੱਦਾਂ ਇਹਨਾਂ ਦੀ ਸ਼ਹਾਦਤ ਹੋ ਗਈ, ਜਿਹੜੇ ਉਹ ਜ਼ਿੰਮੇਵਾਰ ਲੋਕ ਸੀਗੇ, ਉਸ ਤੋਂ ਬਾਅਦ ਚਲੋ ਜਿਹੜੀ ਅਕਾਲੀ ਸਰਕਾਰ ਨੂੰ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ, ਉਸ ਤੋਂ ਬਾਅਦ ਮਤਲਬ ਹੁਣ ਕਾਂਗਰਸ ਸਰਕਾਰ ਨੂੰ ਵੀ 3 ਸਾਲ ਤੋਂ ਉੱਪਰ ਹੋ ਗਏ, ਅੱਜ ਤੱਕ ਵੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਮੈਂ ਇਹ ਦੱਸਣਾ ਚਾਹੁੰਦਾ ਭਾਈ ਰਘਵੀਰ ਸਿੰਘ ਜੀ, ਜਦੋਂ ਭਾਈ ਜਸਪਾਲ ਸਿੰਘ ਦੀ ਸ਼ਹਾਦਤ ਹੋਈ ਨਾ, ਉਸ ਤੋਂ ਬਾਅਦ ਜਿਹੜਾ ਕੇਸ ਸੀਗਾ ਹਾਂਜੀ, ਜੋ ਅਦਾਲਤ ਦੇ ਵਿੱਚ ਜਿਹੜਾ ਜੱਜ ਸੀ ਨਾ, ਜੱਜ ਦੀ ਪ੍ਰਮੋਸ਼ਨ ਹੋਣੀ ਸੀ, ਜੱਜ ਨੇ ਉਹਨੂੰ ਛੇੜਿਆ ਹੀ ਨਹੀਂ, ਤਰੀਕਾਂ ਪਾਈ ਗਿਆ ਜੱਜ, ਠੀਕ ਹੈ, ਤੇ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਨੇ ਲਿਖ ਕੇ ਦੇ ਦਿੱਤਾ, ਇਨਵੈਸਟੀਗੇਸ਼ਨ ਆਪਣੇ ਤੌਰ ਤੇ ਕੀਤੀ ਸੀ ਤੇ ਉਹਨਾਂ ਨੇ ਲਿਖ ਕੇ ਦੇ ਦਿੱਤਾ ਵੀ ਇਹ ਕੇਸ ਜਿਹੜਾ ਖਾਰਜ ਹੋਣਾ ਚਾਹੀਦਾ, ਕਿਉਂਕਿ ਪੁਲਿਸ ਨੇ ਪੁਲਿਸ ਦਾ ਪੱਖ ਕਰਨਾ ਸੀਗਾ।
ਠੀਕ ਹੈ। ਜਿਹੜਾ ਵਰਿੰਦਰਪਾਲ ਸਿੰਘ SSP ਸੀ, ਵਰਿੰਦਰਪਾਲ ਸਿੰਘ ਮੁੱਖ ਉੱਥੇ ਜਿਹੜਾ SSP ਸੀ, ਤੇ ਇੱਕ DSP ਮਨਪ੍ਰੀਤ ਸਿੰਘ ਸੀਗਾ। ਠੀਕ ਹੈ। ਇਹਨਾਂ ਨੂੰ ਜਿਹੜਾ ਸੀ ਕਲੀਨ ਚਿੱਟ ਦੇ ਦਿੱਤੀ ਸੀ ਪੁਲਿਸ ਦੀ ਇਨਵੈਸਟੀਗੇਸ਼ਨ ਨੇ, ਤੇ ਉਹ ਕੇਸ ਰੱਦ ਕਰਨ ਵਾਸਤੇ। ਪਰ ਬਾਅਦ 'ਚ ਇੱਕ ਲੇਡੀਜ਼ ਜੱਜ ਆਈ, ਲੇਡੀਜ਼ ਜੱਜ ਨੇ ਵੀ ਜਿਹੜਾ ਸੀ ਆਪਣੀ ਮਜਬੂਰੀ ਜ਼ਾਹਰ ਕਰਤੀ ਸੀ ਵੀ ਮੈਂ ਪੁਲਿਸ ਦੇ ਖਿਲਾਫ ਇਸ ਕੇਸ ਨੂੰ ਨਹੀਂ ਦੇਖ ਸਕਦੀ, ਅੱਛਾ ਕਿਉਂਕਿ ਜੀ। ਜਿਹੜੀ ਜੁਡੀਸ਼ਰੀ ਆ, ਡਿਸਟ੍ਰਿਕਟ ਜੁਡੀਸ਼ਰੀ ਆ, ਇਹ ਤਕਰੀਬਨ ਸਰਕਾਰ ਦੇ ਪ੍ਰਭਾਵ 'ਚ ਹੁੰਦੀ ਆ। ਹਾਂ ਸਰਕਾਰ ਉਹਨੂੰ ਜਿਹੜਾ ਹੈਗਾ ਉਹ ਮਰਜ਼ੀ ਨਾਲ ਵਰਤ ਸਕਦੀ ਹੈ, ਸਰਕਾਰ ਦੀ ਦਖਲਅੰਦਾਜ਼ੀ ਹੁੰਦੀ। ਮੈਂ ਤਾਂ ਖੁਦ ਆਪਣੇ ਕੇਸਾਂ 'ਚ ਦੇਖਿਆ ਕਿ ਕਿਵੇਂ ਸਰਕਾਰ ਅੰਦਰ ਜਾ ਕੇ, ਜਿਹੜੀ 57 ਦੀ ਜ਼ਮਾਨਤ ਥਾਣੇ 'ਚ ਹੁੰਦੀ ਆ, ਸਾਨੂੰ SDM DC ਜ਼ਿਲ੍ਹਾ ਡਿਸਟ੍ਰਿਕਟ ਜੱਜ ਜਿਹੜੇ ਸੀ ਉਹ ਵੀ ਨਹੀਂ ਸੀ ਦਿੰਦੇ ਹੁੰਦੇ ਜ਼ਮਾਨਤ, ਜਾ ਕੇ DSP ਨੇ ਜਾਂ SSP ਨੇ ਕਹਿ ਦਿੱਤਾ। ਉਹ ਰਿਟਾਇਰਿੰਗ ਰੂਮ 'ਚ ਜਾ ਕੇ ਜੱਜਾਂ ਨੂੰ ਮਿਲ ਲੈਂਦੇ ਸੀ, ਕਹਿ ਦਿੰਦੇ ਵੀ ਭਾਈ ਨਹੀਂ ਇਹਨਾਂ ਨੂੰ ਦੇਣੀ ਜਿਹੜੀ ਹੈਗਾ ਜ਼ਮਾਨਤ। ਤੇ ਠੀਕ ਹੈ। ਉਦੋਂ ਜਿਹੜਾ ਸੀਗਾ, ਜਿਵੇਂ ਹੁਣ ਵੀ ਆ, ਕਾਂਗਰਸ ਰਾਜ ਵੇਲੇ ਮੈਨੂੰ 20 ਦਿਨ ਕਪੂਰਥਲਾ ਜੇਲ੍ਹ 'ਚ ਭੇਜਿਆ, ਤਾਂ ਜਿਹੜੀ 57 ਦੀ ਜ਼ਮਾਨਤ ਸੀ ਉਹ ਨਾਇਬ ਤਹਿਸੀਲਦਾਰ ਨੇ ਮੌਕੇ ਤੇ ਮੇਰੇ ਵਕੀਲਾਂ ਨੂੰ ਕਹਿ ਦਿੱਤਾ ਵੀ ਇਹਨਾਂ ਦੀ ਜ਼ਮਾਨਤ ਆ, ਤੇ ਅੱਛਾ ਨਾਲ ਦੀ ਨਾਲ DC ਦਾ ਫੋਨ ਆ ਗਿਆ, ਤੇ DC ਨੇ ਕਿਹਾ ਵੀ ਤੁਸੀਂ ਜ਼ਮਾਨਤ ਦਿੱਤੀ ਕਿਵੇਂ ਆ, ਤੇ ਸਾਰੇ ਕਾਗਜ਼ ਤਿਆਰ ਕਰਵਾਏ ਹੋਏ ਜ਼ਮਾਨਤ ਭਰਨ ਲਈ, ਮੁੜ ਕੇ ਨਾਇਬ ਤਹਿਸੀਲਦਾਰ ਨੇ ਰੱਦ ਕਰਾਤੇ ਸੀਗੇ, ਕਿਉਂਕਿ ਉਹ ਅੱਛਾ ਵੀ ਇੱਕ ਜਿਹੜਾ ਹੈਗਾ ਗਜ਼ਟਡ ਆਫੀਸਰ ਹੁੰਦਾ, ਉਹ ਵੀ 57 ਦੀ ਜ਼ਮਾਨਤ ਦੇ ਸਕਦਾ। ਅੱਛਾ ਜੀ। ਮਤਲਬ ਉੱਥੇ ਜਿਹੜੀਆਂ ਡਿਸਟ੍ਰਿਕਟ ਕੋਰਟਾਂ ਨੇ, ਉੱਥੇ ਸਰਕਾਰਾਂ ਦਾ ਪ੍ਰਭਾਵ ਹੁੰਦਾ, ਬਾਦਲ ਸਰਕਾਰ ਦਾ ਵੀ ਉਦੋਂ ਪ੍ਰਭਾਵ ਸੀਗਾ, ਤੇ ਉਹਨਾਂ ਨੇ ਜੱਜ ਜਿਹੜੀ ਸੀ ਉਹਨੇ ਵੀ ਹੱਥ ਖੜੇ ਕਰਤੇ। ਦੂਸਰੀ ਜੱਜ, ਜਿਹੜਾ ਤੀਸਰਾ ਜੱਜ ਆਇਆ ਹੁਣ ਅਰਸ਼ਦੀਪ ਸੈਣੀ, ਹਾਂ ਜਿਹੜਾ ਹੁਣ ਅਰਸ਼ਦੀਪ ਸਿੰਘ ਸੈਣੀ ਜੱਜ ਆ, ਜਿਹਦੇ ਕੋਲ ਸੁਣਵਾਈ ਹੁਣ ਗੁਰਦਾਸਪੁਰ ਕੇਸ ਦੀ ਆ, ਜਿਹੜਾ ਇਹਨਾਂ ਨੇ ਲਾਇਆ ਸੀ ਵੀ ਸਾਡੇ ਨਾਲ ਬੇਇਨਸਾਫੀ ਹੋਈ ਆ, ਪਰਿਵਾਰ ਨੇ ਵੀ ਇਹਦੀ ਸੁਣਵਾਈ ਹੋਣੀ ਚਾਹੀਦੀ ਆ, ਉਹਨੂੰ ਐਕਸੈਪਟ ਕਰ ਲਿਆ। ਤੇ ਜਿਹੜਾ ਹਾਂ ਪੁਲਿਸ ਨੇ ਕਿਹਾ ਸੀ ਵੀ ਇਹ ਜਿਹੜਾ ਕੇਸ ਰੱਦ ਹੋਣਾ ਚਾਹੀਦਾ, ਉਹਨੂੰ ਖਾਰਜ ਕਰ ਦਿੱਤਾ, ਤੇ ਹੁਣ ਉਹ ਜਿਹੜਾ ਕੇਸ ਆ ਉਹ ਗਵਾਹੀਆਂ ਤੇ ਆ ਗਿਆ ਵਾ, ਕਿ ਅੱਛਾ ਜੀ। ਗਵਾਹੀਆਂ ਦਰਜ ਹੋਣੀਆਂ ਨੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਕੇਸ ਦੀਆਂ, ਜਿਹੜੀ ਜੱਜ ਨੇ ਐਕਸੈਪਟ ਕਰ ਲਈ ਆ ਪਰਿਵਾਰ ਦੀ ਅਪੀਲ। ਪਰਿਵਾਰ ਨੇ ਹਾਈ ਕੋਰਟ 'ਚ ਵੀ ਅਪੀਲ ਪਾਈ ਸੀਗੀ ਕਿ CBI ਦੀ ਜਾਂਚ ਜਿਹੜੀ ਇਹਦੇ 'ਚ ਲਾਈ ਜਾਵੇ, ਪਰ ਠੀਕ ਉਹ ਹਾਈ ਕੋਰਟ ਨੇ ਰੱਦ ਕਰਤੀ ਸੀ, CBI ਨੂੰ ਜਾਂਚ ਨਹੀਂ ਸੀ ਦਿੱਤੀ। ਠੀਕ ਤੇ ਹੈ। ਇਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਉਦੋਂ ਬਾਦਲ ਸਰਕਾਰ ਨੇ ਇੰਨੀ ਜ਼ਿਆਦਾ ਦਖਲਅੰਦਾਜ਼ੀ ਬਾਦਲ ਪਰਿਵਾਰ ਨੇ ਕੀਤੀ ਕਿ ਨਾ ਤਾਂ ਉਹਨਾਂ ਨੇ ਕਿਸੇ ਦੋਸ਼ੀ ਪੁਲਿਸ ਅਫਸਰ ਨੂੰ ਸਜ਼ਾ ਦਿੱਤੀ, ਠੀਕ ਉਹਨਾਂ ਦੇ ਰਾਜ 'ਚ ਤਾਂ ਵੈਸੇ ਜਿੰਨੀਆਂ ਸ਼ਹਾਦਤਾਂ ਹੋਈਆਂ ਉਹਨਾਂ ਨੇ ਕਿਸੇ ਸਿੱਖ ਨੂੰ ਇਨਸਾਫ਼ ਦਿੱਤਾ ਹੀ ਨਹੀਂ। ਡੇਰਾ ਠੀਕ ਸਰਸਾ ਕਾਂਡ ਦੇ ਵਿੱਚ ਦੇਖੋ, ਭਾਈ ਕਮਲਜੀਤ ਸਿੰਘ ਸੁਨਾਮ ਸ਼ਹੀਦ ਹੋਇਆ ਹਾਂਜੀ 17 ਮਈ 2007 ਨੂੰ, ਜਿੱਦਣ ਹੁਕਮਨਾਮਾ ਜਾਰੀ ਹੋਇਆ ਸੀ ਤਖ਼ਤ ਦਮਦਮਾ ਸਾਹਿਬ ਤੋਂ, ਠੀਕ ਹੈ। ਉਸ ਦਿਨ ਸ਼ਹੀਦ ਹੋਇਆ ਸੀ ਸੁਨਾਮ, ਗੋਲੀਆਂ ਮਾਰ ਦਿੱਤੀਆਂ ਸੀ ਭਾਈ ਕਮਲਜੀਤ ਸਿੰਘ ਸੁਨਾਮ ਨੂੰ ਡੇਰੇ ਸਰਸੇ ਦੇ ਪੈਰੋਕਾਰਾਂ ਨੇ, ਕੋਈ ਕਿਸੇ ਪੁਲਿਸ ਮੁਲਾਜ਼ਮ ਜਾਂ ਕਿਸੇ ਦੇ ਉੱਤੇ ਕੋਈ ਕਾਰਵਾਈ ਨਹੀਂ। ਭਾਈ ਬਲਕਾਰ ਸਿੰਘ ਜਾਮਾ ਰਾਏ ਬੰਬੇ ਸ਼ਹੀਦ ਹੋਇਆ, ਭਾਈ ਹਰਿਮੰਦਰ ਸਿੰਘ ਡੱਬਵਾਲੀ ਸ਼ਹੀਦ ਹੋਇਆ, ਹਾਂਜੀ ਉਦੋਂ ਬਾਅਦ 'ਚ ਨੂਰ ਮਹਿਲੀਆਂ ਦਾ ਕਾਂਡ ਸੀਗਾ, ਝੂਠੇ ਆਪਣਾ ਨੂਰ ਮਹਿਲੀਏ ਦਾ ਜਿਹੜਾ ਲੁਧਿਆਣੇ ਪ੍ਰੋਗਰਾਮ ਸੀਗਾ ਆਸ਼ੂਤੋਸ਼ ਦਾ, ਜਿਹੜਾ ਅੱਜ ਫਰਿੱਜ 'ਚ ਪਿਆ ਵਾ, ਹਾਂਜੀ ਹਾਂਜੀ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਜਿਹੜਾ ਭਾਈ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਇਆ ਸੀਗਾ, ਹਾਂਜੀ ਹਾਂਜੀ ਅਸੀਂ ਤੇ ਸਾਰੇ ਸੜਕਾਂ ਤੇ ਬੈਠੇ ਰਹਿ ਗਏ ਉਹਦੇ ਇਨਸਾਫ਼ ਦੀ ਲੜਾਈ ਲੜਦੇ ਸਾਰੇ, ਹਾਂ ਤੇ ਬਾਦਲ ਪਰਿਵਾਰ ਨੇ ਆਪਣੇ SGPC ਮੈਂਬਰਾਂ ਦੇ ਰਾਹੀਂ ਉਹਨੂੰ ਪਰਿਵਾਰ ਨੂੰ ਕੈਪਚਰ ਕਰਕੇ 10 ਲੱਖ ਰੁਪਈਆ ਦੇ ਦਿੱਤਾ, ਤੇ ਨਾਲ ਉਹਨੂੰ ਸਰਕਾਰੀ ਪੁਲਿਸ ਦੀ ਨੌਕਰੀ ਮੁੰਡੇ ਨੂੰ ਕਹਿ ਕੇ ਪਰਿਵਾਰ ਨੂੰ ਕਬਜ਼ੇ 'ਚ ਕਰ ਲਿਆ, ਤੇ ਹਾਂਜੀ ਉਹਦਾ ਵੀ ਕੋਈ ਇਨਸਾਫ਼ ਜਿਹੜਾ ਸੀ ਦੋਸ਼ੀ ਜਿਹੜੇ ਬੰਦੇ ਸੀ ਉਹਨਾਂ ਨੂੰ, ਪੁਲਿਸ ਮੁਲਾਜ਼ਮਾਂ ਨੂੰ ਕਿਸੇ ਨੂੰ। ਬਾਦਲ ਰਾਜ ਵਿੱਚ ਜਿੰਨੇ ਵੀ ਸਿੰਘ ਸ਼ਹੀਦ ਕੀਤੇ ਗਏ, ਹਾਂਜੀ ਕਿਸੇ ਵੀ ਦੋਸ਼ੀ, ਚਾਹੇ ਉਹ ਡੇਰੇ ਸਰਸੇ ਦਾ ਪੈਰੋਕਾਰ ਸੀ, ਚਾਹੇ ਪੁਲਿਸ ਮੁਲਾਜ਼ਮ ਜਾਂ ਅਫਸਰ ਸੀ, ਕਿਸੇ ਨੂੰ ਕੋਈ ਜਿਹੜਾ ਸੀਗਾ ਉਹਨੂੰ ਸਜ਼ਾ ਨਹੀਂ ਦਿੱਤੀ ਗਈ, ਉਲਟਾ ਤਰੱਕੀਆਂ। ਜਿੱਦਾਂ ਹੁਣ ਬਾਦਲ ਰਾਜ, ਅਕਾਲੀ ਅਕਾਲੀ ਬਾਬਾ, ਰਾਜ ਦੇ ਵਿੱਚ ਦੇਖੋ ਰਘਵੀਰ ਸਿੰਘ ਜੀ, ਜੇ ਨਕੋਦਰ ਗੋਲੀ ਕਾਂਡ ਹੋਇਆ, 4 ਸਿੰਘ ਸ਼ਹੀਦ ਹੋਏ,
ਹਾਂਜੀ ਤਾਂ ਉਸ ਹਾਂਜੀ ਵੇਲੇ ਦਰਬਾਰਾ ਸਿੰਘ ਗੁਰੂ ਜਿਹੜਾ ADC ਸੀਗਾ ਤੇ ਜਿਹੜਾ ਇਜ਼ਰਾ ਆਲਮ ਉਹ SSP ਸੀ ਜਲੰਧਰ, ਠੀਕ ਹੈ ਹਾਂਜੀ ਤੇ ਉਹ ਜਿਹੜੇ ਦੋਨੇ ਹੀ ਬਾਦਲ ਦਲ ਨੇ ਆਪਣੇ ਅਕਾਲੀ ਦਲ ਚ ਅਹੁਦੇਦਾਰ ਲਏ। ਦਰਬਾਰਾ ਸਿੰਘ ਗੁਰੂ ਨੂੰ ਕਿੰਨੀਆਂ ਇਲੈਕਸ਼ਨਾਂ ਲੜਾਈਆਂ, MLA ਦੀਆਂ, MP ਦੀਆਂ, ਤੇ ਹੁਣ ਸਿੱਖਾਂ ਦੀ ਜਿਹੜੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਦੀ ਉਹਦਾ ਚਾਂਸਲਰ ਲਾਇਆ ਹੋਇਆ, ਉਹਦਾ ਅਹੁਦੇਦਾਰ ਲਾਇਆ ਹੋਇਆ। ਠੀਕ ਉਹ ਹੈ ਜਿਹੜਾ ਇਜ਼ਰਾ ਆਲਮ ਸੀਗਾ ਉਹਨੂੰ ਅਕਾਲੀ ਦਲ ਦੇ ਵਿੱਚ ਮੀਤ ਪ੍ਰਧਾਨ ਸ਼ਾਇਦ ਉਹਨੂੰ ਬਣਾਇਆ ਸੀਗਾ, ਤੇ ਉਹਦੀ ਘਰਵਾਲੀ ਨੂੰ MLA ਲੜਾਇਆ ਤੇ MLA ਲੜਾ ਕੇ ਉਹਨੂੰ ਪਾਰਲੀਮਾਨੀ ਸਕੱਤਰ ਬਣਾਇਆ ਸੀ ਬਾਦਲ ਦਲ ਨੇ। ਠੀਕ ਹੈ ਹੁਣ ਇਹ ਤੁਸੀਂ ਦੇਖੋ ਵੀ ਜਿਹੜੇ ਜਿਹੜਾ ਕਿਹੜੇ ਪੁਲਿਸ ਅਫਸਰਾਂ ਨੇ ਜਾਂ ਪੁਲਿਸ ਅਫਸਰ ਦੋਸ਼ੀਆਂ ਨੇ ਗੋਲੀਆਂ ਮਾਰ ਕੇ ਸਿੰਘ ਸ਼ਹੀਦ ਦਿੱਤੇ, ਬਾਦਲ ਦਲ ਨੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ, ਉਹਨਾਂ ਨੂੰ ਇਨਾਮ ਦਿੱਤੇ, ਜਿਵੇਂ ਸੁਮੇਧ ਸੈਣੀ ਸਿੱਖਾਂ ਦਾ ਕਾਤਲ ਸੀ ਤੇ ਉਹਨੂੰ DGP ਲਾ ਛੱਡਿਆ ਬਾਦਲਾਂ ਨੇ। ਸੋ ਇਸ ਕਰਕੇ ਮੈਂ ਸਮਝਦਾ ਕਿ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਕੇਸ ਵਿੱਚ ਵੀ ਪਹਿਲੀ ਸਰਕਾਰ ਨੇ ਕੋਈ ਇਨਸਾਫ਼ ਨਹੀਂ ਕੀਤਾ। ਇੱਕ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਪਰਿਵਾਰ ਆ ਉਹ ਮਤਲਬ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੋੜ ਲਿਆ ਜਾਂਦਾ ਜਾਂ ਉਹਨਾਂ ਨੂੰ ਕੋਈ ਚੀਜ਼ ਜਾਂ ਇਹ ਇਹ ਕਹਿ ਲਓ ਵੀ ਕਿਉਂਕਿ ਜਿਹੜੀ ਸ਼ਹੀਦੀ ਆ ਉਹਦਾ ਮੁੱਲ ਤਾਂ ਨਹੀਂ ਧਾਰਿਆ ਜਾ ਸਕਦਾ, ਪਰ ਲੋਕੀ ਜਾਂ ਪਰਿਵਾਰ ਜਿੱਦਾਂ ਦਰਸ਼ਨ ਸਿੰਘ ਲਾਹੌਰੀ ਦੀ ਗੱਲ ਕੀਤੀ ਆ, ਤੁਸੀਂ ਇਹਨਾਂ ਪਰਿਵਾਰਾਂ ਦੀ ਵੀ ਗੱਲ ਕੀਤੀ ਵੀ ਇਹਨਾਂ ਦੀਆਂ ਗੱਲਾਂ ਜਾ ਗਏ ਜਿੱਦਾਂ ਵੀ ਅਸੀਂ ਇਨਸਾਫ਼ ਲੈ ਕੇ ਦਿਆਂਗੇ ਜਾਂ ਅਕਾਲ ਤਖ਼ਤ ਸਾਹਿਬ ਤੇ ਜਾਂ ਸ਼੍ਰੋਮਣੀ ਕਮੇਟੀ ਨੇ ਸ਼ਾਇਦ ਇਹ ਵੀ ਕਿਹਾ ਸੀਗਾ ਕਿ ਉਹਨਾਂ ਦੀ ਫੋਟੋ ਵੀ ਜਿਹੜਾ ਸਿੱਖ ਅਜਾਇਬ ਘਰ ਆ ਉਹਦੇ 'ਚ ਲਾਈ ਜਾਵੇਗੀ, ਲਾਈ ਗਈ ਆ ਜਾਂ ਨਹੀਂ ਲਾਈ ਗਈ ਜਾਂ ਉਸ ਤੋਂ ਬਾਅਦ ਇਨਸਾਫ਼ ਨਹੀਂ ਮਿਲਿਆ। ਇਹ ਆਪਾਂ ਪਰਿਵਾਰਾਂ ਦਾ ਵੀ ਕੋਈ ਇਹਦੇ 'ਚ ਹੈਗੀ ਆ ਗੱਲ ਵੀ ਉਹਨਾਂ ਨੂੰ ਉਸ ਵੇਲੇ ਇਹੋ ਜਿਹੀ ਗੱਲ 'ਚ ਨਹੀਂ ਆਉਣਾ ਚਾਹੀਦਾ? ਦੇਖੋ ਬਿਲਕੁਲ ਨਹੀਂ, ਜਦੋਂ ਜਿਹੜੇ ਬੰਦੇ ਸੰਘਰਸ਼ ਲੜ ਰਹੇ ਹੋਣ, ਜਿਹੜੇ ਸੜਕਾਂ ਤੇ ਬੈਠੇ ਆ, ਜਿਹੜੀਆਂ ਸੰਗਤਾਂ ਜਥੇਬੰਦੀਆਂ, ਉਹਨਾਂ ਦੇ ਸੰਪਰਕ 'ਚ ਰਹਿਣਾ ਚਾਹੀਦਾ ਵਾ ਪਰਿਵਾਰਾਂ ਨੂੰ। ਉਸ ਵੇਲੇ ਦਰਸ਼ਨ ਸਿੰਘ ਲੁਹਾਰਾਂ ਦਾ ਪਰਿਵਾਰ ਤਾਂ ਬਿਲਕੁਲ ਹੀ ਸਰਕਾਰ ਦੇ ਕਬਜ਼ੇ ਚਲੇਗਾ, ਉਹਦਾ ਤਾਂ ਅੱਜ ਤੱਕ ਪਤਾ ਹੀ ਨਹੀਂ ਆ। ਠੀਕ ਪਰ ਹੈ ਜਿਹੜਾ ਜਸਪਾਲ ਸਿੰਘ ਚੌੜ ਸਿੱਧਵਾਂ ਦਾ ਪਰਿਵਾਰ ਆ, ਇਹ ਭਰੋਸੇ 'ਚ ਆਇਆ ਸੀ ਉਹਨਾਂ ਦੇ ਕਿ ਇਹਨਾਂ ਨੂੰ ਵਿਚਾਰੇ ਤਾਂ ਸੋਕ 'ਚ ਸੀਗੇ, ਹਾਂ ਹਾਂ ਮੈਂ ਇਹਨਾਂ ਦਾ ਕਸੂਰ ਨਹੀਂ ਸਮਝਦਾ। ਮੈਂ ਇਹ ਤਾਂ ਉਸ ਵੇਲੇ ਇਕਲੌਤਾ ਪੁੱਤ ਸੀਗਾ, ਉਹ ਸ਼ਹੀਦ ਹੋ ਗਿਆ ਤਾਂ ਬੌਂਦਲੇ ਪਏ ਸੀ ਉਸ ਵੇਲੇ ਵਿਚਾਰੇ। ਤੁਸੀਂ ਸਮਝ ਸਕਦੇ ਆ ਵੀ ਨੌਜਵਾਨ ਪੁੱਤ ਘਰ ਸ਼ਹੀਦ ਹੋ ਜੇ ਤੇ ਉਹਦੇ ਪਰਿਵਾਰ ਦੀ ਕੀ ਹਾਲਤ ਹੋਊਗੀ, ਤੇ ਹਾਂਜੀ ਇਹਨਾਂ ਹਾਂਜੀ ਨੇ ਕੌਮ ਦੇ ਜਿਹੜੇ ਰਹਿਨੁਮਾ ਸੀ ਉਹਨਾਂ ਤੇ ਸਾਰੀ ਗੱਲ ਛੱਡ ਦਿੱਤੀ। ਮੈਂ ਇਹਨਾਂ ਨੂੰ ਇਸ ਗੱਲੋਂ ਸੁਰਖਰੂ ਕਰਦਾ ਵੀ ਇਹ ਉਹਨਾਂ ਦੇ ਭਰੋਸੇ 'ਚ ਆ ਗਏ, ਪਰ ਇਹਨਾਂ ਨੂੰ ਉਸ ਵੇਲੇ ਬੌਂਦਲੇ ਪਏ ਸੀ। ਇਹਨਾਂ ਨੇ ਸੋਚਿਆ ਵੀ ਇਹ ਆਗੂ ਨੇ ਇਹ ਕਰਨਗੇ, ਸਾਨੂੰ ਇਨਸਾਫ਼ ਲੈ ਕੇ ਦੇਣਗੇ, ਪਰ ਪਰ ਬਾਅਦ ਨਹੀਂ ਚ ਮਿਲਿਆ। ਜਦੋਂ ਉਹਨਾਂ ਨੂੰ ਜਿਹੜਾ ਸੀ ਸੰਭਲੇ ਪਰਿਵਾਰ ਤੇ ਉਹਨਾਂ ਨੇ ਦੇਖਿਆ ਵੀ ਇਹਨਾਂ ਆਗੂਆਂ ਨੇ ਤਾਂ ਸਾਡੇ ਨਾਲ ਧੋਖਾ ਕੀਤਾ ਵਾ, ਤੇ ਉਹ ਪਰਿਵਾਰ ਅੱਜ ਤੱਕ ਵੀ ਉਹ ਪੰਥਕ ਪਰਿਵਾਰ ਆ ਜਸਪਾਲ ਸਿੰਘ ਚੌੜ ਸਿੱਧਵਾਂ ਦਾ, ਉਹ ਅੱਜ ਤੱਕ ਲੜਾਈ ਲੜ ਰਿਹਾ ਇਨਸਾਫ਼ ਦੀ। ਠੀਕ ਉਹ ਕਿਸੇ ਸਰਕਾਰ ਦੇ ਪੱਲੜੇ 'ਚ ਨਹੀਂ ਗਿਆ, ਉਹਨਾਂ ਨੇ ਬਾਦਲ ਰਾਜ ਵੇਲੇ ਵੀ ਲੜਾਈ ਲੜੀ, ਹੁਣ ਕਾਂਗਰਸ ਰਾਜ ਵੇਲੇ ਵੀ ਉਹ ਲੜਾਈ ਲੜ ਰਿਹਾ, ਕਿਉਂਕਿ ਹੁਣ ਜਿਹੜੀ ਗੱਲ ਆ ਕੋਰਟ 'ਚ ਚਲੇ ਗਈ ਆ, ਹੁਣ ਗੱਲ ਜਿਹੜੀ ਆ ਉਹ ਕਚਹਿਰੀ 'ਚ ਆ। ਉਹਨਾਂ ਦੀ ਫੋਟੋ ਜਿੱਦਾਂ ਅਜਾਇਬ ਘਰ ਦੇ ਵਿੱਚ ਲੱਗੀ ਹੋਈ ਆ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੀ, ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਆ ਕਿ ਉਹ ਉਹਨਾਂ ਨੇ ਆਪਣਾ ਵਚਨ ਕਿਉਂਕਿ ਪੂਰਾ ਕੀਤਾ ਕਿ ਨਹੀਂ ਉਦੋਂ ਮੇਰੇ ਕੌਮੀ ਖਿਆਲ ਕਮੇਟੀ ਨੂੰ ਮੁਕਰ ਨੂੰ ਬਲਵੰਤ ਜਾਣਾ। ਸਿੰਘ ਰਾਜੋਆਣੇ ਨੇ ਵੀ ਉਹਨਾਂ ਨੇ ਵੀ ਸਾਰਿਆਂ ਨੇ ਡਿਮਾਂਡ ਕੀਤੀ ਸੀਗੀ ਵੀ ਉਹਨਾਂ ਦੀ ਫੋਟੋ ਮੇਰੇ ਖਿਆਲ ਲੱਗੀ ਹੋਈ ਆ, ਸ਼ਾਇਦ ਮੇਰੇ ਕੋਲ ਵੀ ਇਸ ਵੇਲੇ ਪੂਰੀ ਜਾਣਕਾਰੀ ਨਹੀਂ। ਮੈਨੂੰ ਇੰਨਾ ਕੁ ਪਤਾ ਕਿ ਉਦੋਂ ਅਖਬਾਰਾਂ ਦੇ ਵਿੱਚ ਆਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਸ਼ਹੀਦ ਪ੍ਰਵਾਨ ਕਰਕੇ ਤੇ ਉਹਨਾਂ ਦੀ ਫੋਟੋ ਜਿਹੜੀ ਆ ਅਜਾਇਬ ਘਰ ਦੇ ਵਿੱਚ ਲਾਈ ਹੋਈ ਹੈ। ਤੇ ਜਿਹੜਾ ਦੇਖੋ ਮੈਂ ਕਹਿੰਦਾ ਅਜਾਇਬ ਘਰ ਵਿੱਚ ਵੀ ਜਿਹੜੀ ਫੋਟੋ ਲਾਉਣ ਵਾਲੀ ਗੱਲ ਆ ਨਾ ਭਾਈ ਰਘਵੀਰ ਸਿੰਘ ਜੀ, ਲਾਉਣੀ ਚਾਹੀਦੀ ਆ। ਠੀਕ ਪਰ ਹੈ ਹੁਣ ਅਜਾਇਬ ਘਰ ਦੇ ਵਿੱਚ ਵੀ ਜਿਹੜਾ ਸ਼੍ਰੋਮਣੀ ਕਮੇਟੀ ਮੌਜੂਦਾ ਪ੍ਰਬੰਧ ਆ ਬਾਦਲਾਂ ਦਾ, ਉਹਨਾਂ ਹਾਂਜੀ ਨੇ ਤਾਂ ਹਾਂਜੀ ਮਰਜ਼ੀ ਕੀਤੀ ਆ। ਹੁਣ ਤੁਸੀਂ ਦੇਖੋ ਇੱਕ ਪਾਸੇ ਤਾਂ ਉੱਥੇ ਲੌਂਗੋਵਾਲ ਦੀ ਫੋਟੋ ਲਾਈ ਹੋਈ ਆ ਤੇ ਇੱਕ ਠੀਕ ਪਾਸੇ ਸੰਤ ਜਰਨੈਲ ਸਿੰਘ ਦੀ ਲਾਈ ਹੋਈ ਆ ਉਸੇ ਅਜਾਇਬ ਘਰ ਦੀ। ਜਦੋਂ ਅਜਾਇਬ ਘਰ ਦੇ ਦਰਸ਼ਨ ਕਰਨ ਜਾਊਗਾ ਇਹ ਸੰਗਤ ਤੇ ਉਹ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਸਮਝੂ ਕਿ ਲੌਂਗੋਵਾਲ ਨੂੰ ਸ਼ਹੀਦ ਸਮਝੂ, ਦੱਸੋ?
ਉਸੇ ਅਜਾਇਬ ਘਰ ਇਹ ਤਾਂ ਦੇ ਹੁਣ ਵਿੱਚ, ਜਦੋਂ ਤੁਸੀਂ ਜਦੋਂ ਉਸੇ ਅਜਾਇਬ ਘਰ ਦੇ ਵਿੱਚ ਜਿਹੜੀ ਫੋਟੋ ਵਾ ਭਾਈ ਕਮਲਜੀਤ ਸਿੰਘ ਸੁਨਾਮ ਦੀ ਲਾਈ ਹੋਈ ਆ, ਹਾਂਜੀ ਹਾਂਜੀ ਉੱਥੇ ਆਪਣਾ ਜਿਹੜਾ ਹੈਗਾ ਭਾਈ ਬਲਕਾਰ ਸਿੰਘ ਦੀ ਜਾਂ ਭਾਈ ਹਰਮੰਦਰ ਸਿੰਘ ਦੀ ਲਾਈ ਹੋਈ ਆ, ਤੇ ਠੀਕ ਉਸੇ ਹੈ ਦੇ ਵਿੱਚ ਜਿਨ੍ਹਾਂ ਨੇ ਮਾਫੀਨਾਮਾ ਦਿੱਤਾ ਸੀ ਸਰਸੇ ਵਾਲੇ ਨੂੰ, ਠੀਕ ਜਿਨ੍ਹਾਂ ਨੇ ਉਸ ਜਥੇਦਾਰ ਨੇ ਜਿਹਦੇ ਦਸਤਖਤ ਕੀਤੇ ਸੀ ਉਹਦੀ ਵੀ ਫੋਟੋ ਲਾਈ ਹੋਈ ਆ। ਤੇ ਹੁਣ ਤੁਸੀਂ ਦੱਸੋ, ਹੈ ਸਿੱਖਾਂ ਦਾ ਕੇਂਦਰੀ ਅਜਾਇਬ ਘਰ ਆ, ਬੜਾ ਇੱਕ ਧਿਆਨ ਮੰਗਦਾ ਸਾਡਾ। ਮੈਂ ਭਾਈ ਰਘਵੀਰ ਸਿੰਘ ਜੀ ਸਾਰੀ ਕੌਮ ਨੂੰ ਬੇਨਤੀ ਕਰੂੰਗਾ ਹਾਂਜੀ, ਉਹ ਕਿ ਤਾਂ ਭਾਈ ਪ੍ਰਬੰਧ ਦੀ ਗੱਲ ਹੈ ਨਾ ਵੀ, ਕਿ ਮਤਲਬ ਜੇ ਹੁਣ ਤੁਹਾਡੇ ਹੱਥ ਆਉਂਦਾ ਹੀ ਨਹੀਂ ਗਾ ਤਾਂ ਕੀ ਕਰੋਗੇ ਤੁਸੀਂ? ਹਾਂ, ਪਰ ਉਹਦੇ 'ਚ ਸੋਚਣ ਦੀ ਲੋੜ ਆ। ਮੈਂ ਸਮਝਦਾ ਜਦੋਂ ਪੰਥ ਦੇ ਹੱਥ ਪ੍ਰਬੰਧ ਆਵੇ ਤੇ ਜਿਹੜੀਆਂ ਗਦਾਰਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੀਆਂ ਨੇ ਉਹ ਚੱਕ ਕੇ ਬਾਹਰ ਸਿੱਟ ਦੇਣੀਆਂ ਚਾਹੀਦੀਆਂ, ਤੇ ਠੀਕ ਹੈ ਕੇਵਲ ਸ਼ਹੀਦਾਂ ਦੀਆਂ ਫੋਟੋਆਂ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਉਹਨਾਂ ਦੀਆਂ ਲੱਗਣੀਆਂ ਚਾਹੀਦੀਆਂ ਉੱਥੇ ਫੋਟੋਆਂ, ਤੇ ਕਿਉਂਕਿ ਉਹ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਆ। ਜਦੋਂ ਸਿੱਖ ਉੱਥੇ ਜਾਣ, ਉਹਨਾਂ ਨੂੰ ਸ਼ਹੀਦਾਂ ਦੀਆਂ ਫੋਟੋਆਂ, ਸਿੱਖਾਂ ਦੀਆਂ ਜਿਹੜੇ ਧਰਮ ਲਈ ਜੂਝੇ ਜਾਂ ਧਰਮ ਲਈ ਕਿੰਨਾ ਕੁਛ ਕੀਤਾ, ਸੇਵਾ ਕੀਤੀ, ਉਹਨਾਂ ਦੀਆਂ ਫੋਟੋਆਂ ਹੁਣ ਕੌਮ ਦੇ ਗਦਾਰਾਂ ਦੀਆਂ ਫੋਟੋਆਂ ਉੱਥੇ ਨਾ ਹੁਣ। ਉੱਥੇ ਤਾਂ ਹੁਣ ਕੇਂਦਰੀ ਅਜਾਇਬ ਘਰ 'ਚ ਗਦਾਰਾਂ ਦੀਆਂ ਵੀ ਉੱਥੇ ਲਾਈਆਂ ਤੇ ਸਰਦਾਰਾਂ ਦੀਆਂ ਵੀ ਉੱਥੇ ਲਾਈਆਂ ਨੇ, ਸ਼ਹੀਦਾਂ ਸ਼ਹੀਦਾਂ ਦੀਆਂ ਦੀਆਂ ਵੀ ਵੀ ਉੱਥੇ ਆ ਤੇ ਗਦਾਰੀਆਂ ਕਰਨ ਵਾਲਿਆਂ ਦੀਆਂ ਵੀ ਉੱਥੇ ਆ। ਸੋ ਤੇ ਇਸ ਜਿੱਦਾਂ ਕਰਕੇ ਸਾਨੂੰ ਇਸ ਜਿਹੜਾ ਗੱਲ ਦੀ ਵੀ ਸੁਚੇਤਤਾ ਹੁਣ ਦੀ ਲੋੜ ਆ, ਸੁਚੇਤਤਾ ਦੀ ਲੋੜ ਜਿਹੜਾ ਆ। ਆਪਾਂ ਹੁਣ ਗੱਲ ਕਰ ਰਹੇ ਹਾਂ, ਅੱਜ ਤੱਕ ਲੀਵਨ 2012 ਤੋਂ ਲੈ ਕੇ 2020 ਆ ਗਿਆ, 8 ਸਾਲ ਹੋ ਗਏ ਆ, ਤੇ 8 ਸਾਲਾਂ ਦੇ ਵਿੱਚ ਜਿਹੜਾ ਹੁਣ ਭਾਈ ਜਸਪਾਲ ਸਿੰਘ ਹੁਣਾਂ ਦਾ, ਜਿੱਦਾਂ ਕਿਉਂਕਿ ਤੁਸੀਂ ਦੱਸਿਆ ਕਿ ਉਹਦੇ ਬਾਬਾ ਵੀ, ਉਹ ਵੀ ਫੌਜ ਦੇ ਵਿੱਚ ਸਨ, ਉਹਨਾਂ ਦਾ ਪਿਤਾ ਉਹ ਵੀ ਫੌਜ ਦੇ ਵਿੱਚ ਸੀ, ਮਤਲਬ ਜਿਨ੍ਹਾਂ ਨੇ ਦੇਸ਼ ਦੀ ਮਤਲਬ ਆਪਣਾ ਮਤਲਬ ਸਾਰੀ ਜ਼ਿੰਦਗੀ ਦੇਸ਼ ਵਾਸਤੇ ਲਾਤੀ, ਉਹਨਾਂ ਨੂੰ ਵੀ ਉਸ ਦੇਸ਼ ਦੇ ਵਿੱਚ ਇਨਸਾਫ ਨਹੀਂ ਮਿਲ ਰਿਹਾ। ਬਿਲਕੁਲ ਨਹੀਂ ਜੀ, ਦੇਖੋ ਉਹਨਾਂ ਨੂੰ ਇਨਸਾਫ ਜੇ ਮਿਲਦਾ ਹੁੰਦਾ, ਤੁਸੀਂ ਦੇਖੋ ਨਾ, ਪਹਿਲਾਂ ਤਾਂ ਸਰਕਾਰ ਲਓ, ਸਟੇਟ ਗੌਰਮੈਂਟ, ਹਾਂ ਫਿਰ ਆਪਾਂ ਲਾਂਗੇ ਕੇਂਦਰੀ ਗੌਰਮੈਂਟ। ਜਿਹੜੀ ਸਟੇਟ ਗੌਰਮੈਂਟ ਸੀ ਉਸ ਵੇਲੇ, ਉਹ ਕਹਿੰਦੇ ਪੰਥ ਦੀ ਆ, ਪੰਥ ਦਾ ਰਾਜ ਆ ਜੀ, ਪੰਥ ਦੀ ਸਰਕਾਰ ਆ, ਬਾਦਲ ਦਲ। ਠੀਕ ਪਰ ਇਹ ਅਫਸੋਸ ਕਰਨ ਵੀ ਨਹੀਂ ਗਏ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅੱਜ ਤੱਕ 8 ਸਾਲਾਂ 'ਚ ਉਸ ਪਰਿਵਾਰ ਨਾਲ ਅਫਸੋਸ ਕਰਨ ਨਹੀਂ ਗਿਆ। ਠੀਕ ਉਲਟਾ ਜਿਹੜੇ ਇਹਨਾਂ ਦੇ ਉੱਥੇ ਦੇ ਸਪਾਹ ਸਲਾਰ ਸੀ, ਚਾਹੇ ਉਸ ਵੇਲੇ ਉਹ ਆਪਣਾ ਸੁੱਚਾ ਸਿੰਘ ਲੰਘਾ, ਚਾਹੇ ਉਹ ਗੁਰਬਚਨ ਸਿੰਘ ਬੱਬੇ ਹਾਲੀ, ਚਾਹੇ ਉਦੋਂ ਸੇਵਾ ਸਿੰਘ ਸੇਖਵਾਂ, ਅੱਜ ਉਹਨਾਂ ਤੋਂ ਬਾਹਰ ਆ, ਪਰ ਉਸ ਹਾਂ ਵੇਲੇ ਉਹ ਵੀ ਨਾਲ ਉਹਨਾਂ ਨੇ, ਸਗੋਂ ਜਿਹੜੇ ਉਹ ਦੋਸ਼ੀ ਸੀ ਉਹਨਾਂ ਨੂੰ ਬਰੀ ਕਰਵਾਇਆ, ਜਿਹੜੇ ਦੂਸਰੇ ਸੀ ਉਹਨਾਂ ਨੂੰ ਬਿਠਾਇਆ, ਜਿਹੜੇ ਕੰਪਲੇਂਟਰ ਸੀ ਸਿੱਖ ਜਿਨ੍ਹਾਂ ਦੀ ਬੇਅਦਬੀ ਕੀਤੀ ਗਈ ਸੀਗੀ। ਠੀਕ ਹੈ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ ਇੱਕ ਪਾਸੇ ਅੱਜ ਭਾਵੇਂ ਉਹ ਪਰਿਵਾਰ ਵੀ ਬਾਦਲ ਦਲ ਦੇ ਨਾਲ ਹੋਵੇ, ਭਾਈ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਨੂੰ ਸੋਧਿਆ ਸੀਗਾ, ਹਾਂਜੀ ਹਾਂਜੀ ਉਹ ਪਰਿਵਾਰ ਦਾ ਦੇਖੋ, ਬਾਪੂ ਤਰਲੋਕ ਸਿੰਘ ਦਿੱਲੀ ਆਪਣਾ ਅੰਮ੍ਰਿਤਸਰ ਹਸਪੀਟਲ ਚ ਦਾਖਲ ਸੀ, ਬਿਮਾਰ ਸੀ ਕਿਸੇ ਗੱਲ ਤੋਂ, ਬਿਮਾਰੀ ਹਾਂਜੀ ਤੋਂ, ਠੀਕ ਹੈ ਤੇ ਉਹ ਬਿਮਾਰ ਸੀਗੇ, ਦਾਖਲ ਸੀ, ਤੇ ਉਹਨਾਂ ਦੇ ਨਾਲ ਦੇ ਕਮਰੇ ਚੋਂ ਕੋਈ ਹੋਰ, ਕੋਈ ਸ਼ਿਵ ਸੈਨਾ ਦਾ ਸ਼ਾਇਦ ਵਰਕਰ ਸੀ, ਕੋਈ ਹਿੰਦੂ ਜਥੇਬੰਦੀ ਦਾ ਸੀ, ਉਹਦਾ ਪਤਾ ਲੈਣ ਪ੍ਰਕਾਸ਼ ਸਿੰਘ ਬਾਦਲ ਉਸ ਹਸਪੀਟਲ ਚ ਗਿਆ ਸੀਗਾ, ਠੀਕ ਹੈ ਪਰ ਉਹ ਉਸ ਬੰਦੇ ਦਾ ਪਤਾ ਲੇ ਆ, ਪਰ ਸਤਵੰਤ ਸਿੰਘ ਦੇ ਪਿਤਾ ਦਾ, ਸ਼ਹੀਦ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਦਾ ਪਤਾ ਨਹੀਂ ਸੀ, ਨਾਲ ਲੈ ਕੇ ਆਇਆ ਨਾਲ ਦੇ ਕਮਰੇ, ਦੱਸਿਆ ਵੀ ਗਿਆ ਕਿ ਇੱਥੇ ਭਾਈ ਸਤਵੰਤ ਸਿੰਘ ਦਾ ਬਾਪੂ ਦਾਖਲ ਆ, ਬਿਮਾਰ ਆ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦਾ ਪਤਾ ਨਹੀਂ ਸੀ ਲਿਆ। ਹੁਣ ਠੀਕ ਹੈ ਤੁਸੀਂ ਦੇਖੋ, ਪਹਿਲੀ ਗੱਲ ਤਾਂ ਜਿਹੜਾ ਪੰਥ ਕਹਿੰਦੇ ਸੀ ਪੰਥ ਦੀ ਸਰਕਾਰ, ਉਹ ਹੀ ਸ਼ਹੀਦਾਂ ਦਾ ਸਨਮਾਨ ਨਹੀਂ, ਸ਼ਹੀਦਾਂ ਦਾ ਸਤਿਕਾਰ ਨਹੀਂ, ਤੇ ਫਿਰ ਕੇਂਦਰ ਨੇ ਤਾਂ ਕਰਨਾ ਹੀ ਕੀ ਆ? ਕੇਂਦਰ ਤਾਂ ਹਮੇਸ਼ਾ ਹੀ, ਤੁਹਾਨੂੰ ਪਤਾ ਵੀ ਜੋ ਉੱਥੇ 1947 ਤੋਂ ਲੈ ਕੇ 1978, 1984 ਅੱਜ ਤੱਕ ਜੋ ਕੇਂਦਰ ਦਾ ਸਾਡੇ ਨਾਲ ਸਲੂਕ ਰਿਹਾ ਵਾ, ਹਾਂਜੀ ਉਹ ਤੁਹਾਨੂੰ ਵੀ ਪਤਾ ਵਾ, ਸਾਰੀ ਕੌਮ ਨੂੰ ਪਤਾ, ਉਹ ਕਿਸੇ ਤੋਂ ਗੁੱਝਾ ਨਹੀਂ ਆ ਕਿ ਸਾਨੂੰ ਕੁਰਬਾਨੀਆਂ ਵੇਲੇ
ਜਾਂ ਹੁਣ ਜਿੰਨੀਆਂ ਸੇਵਾਵਾਂ ਚੱਲ ਰਹੀਆਂ ਨੇ, ਦੇਖੋ ਸਾਡੀ ਵਾਹਵਾ ਵਾਹਵਾ ਤਾਂ ਕਰੀ ਜਾਂਦੇ ਆ ਵੀ ਗੁਰੂ ਘਰ ਸੇਵਾ ਕਰ ਰਹੇ ਜੀ, ਪੰਥਕ ਜਥੇਬੰਦੀਆਂ ਸੇਵਾ ਕਰ ਰਹੀਆਂ ਜੀ, ਲੰਗਰ ਲਾਤੇ ਜੀ ਗੁਰਦੁਆਰੇ, ਲੰਗਰਾਂ ਦਰਵਾਜ਼ੇ ਖੋਲਤੇ, ਪਰ ਕੱਲੀ ਆਹ ਸੁੱਕੀ ਸਾਬਾਸ਼ਾ, ਦੇਣਾ ਲੈਣਾ ਕੌਮ ਨੂੰ ਕੁਛ ਨਹੀਂ ਆ। ਕੌਮ ਇਨਸਾਫ ਆਪਣੇ ਗੁਰੂ ਕੇ ਸਿਧਾਂਤ ਤੇ ਚੱਲਦੀ, ਭਾਈ ਘਨੱਈਏ ਵਾਲੇ ਸਿਧਾਂਤ ਤੇ ਚੱਲਦੀ ਆ, ਕੌਮ ਆਪਣੇ ਸਿਧਾਂਤ ਤੇ ਚੱਲਦੀ ਆ, ਪਰ ਸਰਕਾਰ ਸਾਨੂੰ ਦਿੰਦੀ ਲੈਂਦੀ ਕੁਛ ਨਹੀਂ ਆ। ਹਮੇਸ਼ਾ ਸਾਡਾ ਜਿਹੜਾ ਆਹ, ਮੈਂ ਸਮਝਦਾ ਜਿਹੜਾ ਆ ਕਾਬਲ ਦੇ ਵਿੱਚ ਹਮਲਾ ਹੋਇਆ, ਹਾਂਜੀ ਹਾਂਜੀ ਇਹ ਵੀ ਜਿਹੜਾ ਭਾਰਤ ਸਰਕਾਰ ਨੇ 370 ਧਾਰਾ ਤੋੜੀ ਤੇ ਉਹਦੀ ਹਮਾਇਤ ਕੀਤੀ ਕੇਂਦਰ ਦੇ ਵਿੱਚ, ਹਰਸਿਮਰਤ ਕੌਰ ਬਾਦਲ ਨੇ, ਸੁਖਬੀਰ ਬਾਦਲ ਨੇ, ਸੀਏ ਬਿੱਲ ਦੇ ਹੱਕ 'ਚ, ਤੇ ਹਾਂ ਜਦੋਂ ਹਮਾਇਤ ਕਰਦੇ ਆ ਉਹ ਤਾਂ ਆਪਣੇ ਵਪਾਰ ਲਈ, ਆਪਣੇ ਬਿਜ਼ਨਸ ਲਈ ਲਿਲਕੜੀਆਂ ਕੱਢ ਰਹੇ ਹੁੰਦੇ ਆ, ਪਰ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਚਿਹਰਾ ਜਾਂਦਾ ਵੀ ਆ ਦੇਖੋ ਵੀ ਸਿੱਖਾਂ ਨੇ ਵੀ ਹਮਾਇਤ ਕਰਦੀ, ਤੇ ਮੈਂ ਸਮਝਦਾ ਵੀ ਉਹਦਾ ਹਰਜਾਨਾ ਸਾਨੂੰ ਭੁਗਤਣਾ ਪੈਂਦਾ ਇਹੋ ਜਿਹੇ ਦੇਸ਼ਾਂ ਦੇ ਵਿੱਚ ਜਿਵੇਂ ਕਾਬਲ ਚ ਭੁਗਤਣਾ ਪਿਆ। ਜਿਹੜੀ ਧਾਰਾ 370 ਦਾ, ਉਹ ਕਹਿੰਦੇ ਅਸੀਂ ਬਦਲਾ ਲਿਆ ਵਾ ਅੱਛਾ ਜੀ, ਇਸਲਾਮਿਕ ਸਟੇਟ ਵਾਲੇ ਜਾਂ ਉਹ ਜਿਹੜੇ ISI ਜਾਂ ਹਾਂਜੀ ਉਹਨਾਂ ਨੇ ISI ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਕੀ ਲਈ ਆ ਆ ਉਹ ਜੋ ਵੀ ਆ, ਇਸਲਾਮਿਕ ਸਟੇਟ ਉਹਨਾਂ ਨੇ ਜੀ, ਜ਼ਿੰਮੇਵਾਰੀ ਲਈ ਆ, ਹਾਂਜੀ ਤੇ ਉਹਨਾਂ ਨੇ ਦੇਖੋ ਕਹਿੰਦੇ ਅਸੀਂ ਉਹਦਾ ਬਦਲਾ ਲਿਆ ਹਨਾ, ਤੇ ਉਹਦਾ ਸਮਰਥਨ ਜਦੋਂ ਉਹ ਧਾਰਾ ਤੋੜੀ ਗਈ ਆ ਕਸ਼ਮੀਰ ਦੀ, ਉਦੋਂ ਸਮਰਥਨ ਕੀਤਾ ਸੁਖਬੀਰ ਸਿੰਘ ਬਾਦਲ ਹੋਣਾ ਨੇ, ਹਾਂਜੀ ਹਰਸਿਮਰਤ ਕੌਰ ਬਾਦਲ ਨੇ, ਤੇ ਉਹ ਗੱਲ ਜਾਂਦੀ ਇੰਟਰਨੈਸ਼ਨਲ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ, ਦੇਖੋ ਸਿੱਖਾਂ ਨੇ ਵੀ ਉਹਦਾ ਸਮਰਥਨ ਕੀਤਾ ਤੇ ਫਿਰ ਸਿੱਖਾਂ ਨੂੰ ਭੁਗਤਣਾ ਪੈ ਰਿਹਾ। ਗਲਤੀ ਹੁੰਦੀ ਬਾਦਲਾਂ ਦੀ, ਇਹ ਤਾਂ ਆਪਣੇ ਨਿੱਜੀ ਆਪਣੇ ਜਿਹੜੇ ਹੈਗੇ ਆ ਉਹ ਵਪਾਰ ਨੂੰ ਬਿਜ਼ਨਸ ਨੂੰ ਵਧਾਉਣ ਲਈ, ਤੇ ਆਪ ਜਿਹੜੀਆਂ ਇਹਨਾਂ ਦੇ ਕਰਪਸ਼ਨਾਂ ਭ੍ਰਿਸ਼ਟਾਚਾਰ ਉਹਨੂੰ ਲੁਕਾਉਣ ਲਈ ਇਹ ਸੈਂਟਰ ਦੀ ਕਰਦੇ ਆ। ਦੇਖੋ ਇੱਕ ਪਾਸੇ ਤਾਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਇਹ ਪਿੱਠ ਦਿੰਦੇ ਆ ਕਿ ਆਨੰਦਪੁਰ ਦਾ ਮਤਾ ਜਿਹੜਾ ਅਕਾਲੀ ਦਲ ਦਾ ਮਤਾ ਸੀਗਾ, ਧਰਮ ਯੁੱਧ ਹਾਂਜੀ ਮੋਰਚੇ 'ਚ ਦਾਖਲ ਕੀਤਾ ਸੀ ਸੰਤ ਭਿੰਡਰਾਂ ਵਾਲਿਆਂ ਨੇ, ਤਾਂ ਹਾਂਜੀ ਉਹ ਜਿਹੜਾ ਮਤਾ ਆਨੰਦਪੁਰ ਦਾ ਉਹਦੇ 'ਚ ਸੀਗਾ ਸਟੇਟਾਂ ਨੂੰ ਵੱਧ ਅਧਿਕਾਰਾਂ ਦਾ, ਰਾਜਾਂ ਨੂੰ ਹਾਂਜੀ ਵੱਧ ਅਧਿਕਾਰਾਂ ਦਾ ਜਿਹੜਾ ਸੀਗਾ ਉਹ ਮਤਾ ਸੀਗਾ। ਉਸ ਏਜੰਡੇ ਤੋਂ ਪਾਸੇ ਜਾ ਕੇ ਇਹਨਾਂ ਨੇ ਧਾਰਾ 370 ਦੇ ਖਿਲਾਫ ਆਪਣੀ ਵੋਟਿੰਗ ਦਿੱਤੀ ਸੈਂਟਰ ਨੂੰ, ਹਨਾ, ਕੇਂਦਰ ਨੂੰ, ਮੋਦੀ ਸਰਕਾਰ ਨੂੰ, ਤੇ ਜਦੋਂ ਉਹਦਾ ਹਰਜਾਨਾ ਭੁਗਤਣਾ ਪਿਆ ਕਾਬਲ ਦੇ ਵਿੱਚ, ਤਾਂ ਮੈਂ ਸਮਝਦਾ ਵੀ ਇਹ ਉਹਦੇ ਜੇ ਹਮੇਸ਼ਾ ਆਪਣੇ ਬਾਬਾ ਜੀ ਜਿੱਦਾਂ ਆਪਾਂ ਇਹ, ਚਲੋ ਆਪਾਂ ਨੂੰ ਜੇ ਆਪਾਂ ਕਹਿ ਵੀ ਲਈਏ ਵੀ ਜਿੱਦਾਂ ਤੁਹਾਡੇ ਜਿਹੜੇ ਵਿਚਾਰ ਆ ਉਹਨਾਂ ਦੇ ਅਨੁਸਾਰ ਮੰਨ ਵੀ ਲਈਏ ਵੀ ਇਹਨਾਂ ਦਾ ਬਾਦਲਾਂ ਦਾ ਸਾਰਾ ਕਸੂਰ ਆ, ਤੇ ਬਾਕੀਆਂ ਨੇ ਵੀ ਕਿਹੜਾ ਉੱਥੇ ਕੁਛ ਕਰ ਦਿੱਤਾ ਜਿਹਦੇ ਕਰਕੇ ਆਪਾਂ ਇਹ ਕਹੀਏ ਵੀ ਹਾਂਜੀ ਇਹਨਾਂ ਨੇ ਸਾਨੂੰ ਬਹੁਤ ਇਨਸਾਫ ਲੈ ਦਿੱਤਾ, ਹੁਣ ਕਾਂਗਰਸ ਸਰਕਾਰ ਆ ਉਹ ਵੀ ਤਾਂ ਉਦਾਂ ਦੀ ਆ, ਜਾਂ ਜਿਹੜੇ ਸਿੱਖ ਉਹਨਾਂ ਦੀ ਹਮਾਇਤ ਕਰਦੇ ਕਾਂਗਰਸ ਆ ਜਿਹੜੀ ਆ, ਉਹਨਾਂ ਦੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਦੇਖੋ ਕਾਂਗਰਸ ਇਹ ਤਾਂ ਨਹੀਂ ਨਾ ਕਹਿੰਦੀ ਪੰਥ ਦੀ ਸਰਕਾਰ ਆ, ਬਾਦਲ ਕਹਿੰਦੇ ਆ ਨਾ ਪੰਥ ਦੀ ਸਰਕਾਰ ਆ, ਤੇ ਪੰਥ ਨਾ ਕਾਂਗਰਸ ਦਾ ਵੋਟਾਂ ਤਾਂ ਪਾਵੇ ਆਪਣੇ ਉਹਨਾਂ ਨੂੰ ਸਾਹਮਣੇ ਕਿਉਂ ਹੈ ਹੀ ਵੋਟਾਂ ਆ, ਕਿ ਪਾਉਂਦੇ ਨੇ। ਕਾਂਗਰਸ ਨੇ 1984 ਦਾ ਕਤਲੇਆਮ ਕੀਤਾ, ਕਾਂਗਰਸ ਨੂੰ ਅਸੀਂ ਕਿਵੇਂ ਭੁੱਲ ਸਕਦੇ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ, ਫੌਜਾਂ ਚਾੜੀਆਂ, ਬੇਕਸੂਰ ਨੌਜਵਾਨਾਂ ਦਾ ਕਤਲੇਆਮ ਬੇਅੰਤ ਸਿੰਘ KPS ਗਿੱਲ ਨੇ ਕੀਤਾ, ਹਾਂਜੀ ਉਹ ਤਾਂ ਹਾਂਜੀ ਸਾਡੀ ਦੁਸ਼ਮਣ ਹੈ ਹੀ ਹੈ, ਪਰ ਜਿਹੜੇ ਸਾਡੇ ਆਪਣੇ ਸੀ ਉਹ ਕਹਿੰਦੇ ਹੁੰਦੇ ਆਪਣਾ ਮਾਰੂਗਾ ਤੇ ਸਾਵੇਂ ਤਾਂ ਛਿੱਟੂਗਾ, ਪਰ ਇਹਨਾਂ ਨੇ ਤਾਂ ਸਾਵੇਂ ਵੀ ਨਹੀਂ ਤੇ ਛਿੱਟਿਆ, ਆਪਾਂ ਜਿਹੜੇ ਹੁਣ ਆਪਣੇ ਆਪਣੇ ਸੀ। ਕਿੰਨੀ ਕੁ ਵਾਰੀ ਪਰਖਾਂਗੇ ਆਪਾਂ, ਕਿੰਨੀ ਵਾਰੀ ਪਰਖੀ ਜਾਵਾਂਗੇ, ਜਿਹੜੀ ਉਹਦੀ ਆਪੋਜੀਸ਼ਨ ਵੀ ਆਪਣੇ ਕੋਲ ਤਿਆਰ ਨਹੀਂ ਨਾ ਹੋਈ, ਆਪਾਂ ਵੀ ਕੁਛ ਦੇ ਨਹੀਂ ਸਕੇ ਉਹਨਾਂ ਨੂੰ। ਇਹੀ ਬੇਨਤੀ ਕਰ ਰਿਹਾ ਨਾ ਕੌਮ ਨੂੰ, ਵੀ ਕੌਮ ਨੂੰ ਅੱਜ ਇਹਨਾਂ ਦੇ ਖਲਜਗਣ ਚੋਂ ਨਿਕਲ ਕੇ ਆਪਣੀ ਲੀਡਰਸ਼ਿਪ ਤਿਆਰ ਕਰਨੀ ਚਾਹੀਦੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਸਹੀ ਹੱਥਾਂ ਦੇ ਵਿੱਚ ਪ੍ਰਬੰਧ ਜਾਵੇ, ਭਾਈ ਲਾਲੋ ਦੇ ਵਾਰਸਾਂ ਦੇ ਹੱਥ ਜਾਵੇ, ਗੁਰੂ ਕੇ ਸਿੱਖਾਂ ਦੇ ਹੱਥ ਜਾਵੇ, ਤੇ ਉਹ ਆਪਣੀ ਸਿੱਖ ਪਛਾਣ ਵਾਸਤੇ ਜਿਹੜਾ ਹੈਗਾ ਉਹ ਗੱਲ ਕਰਨ, ਆਨੰਦਪੁਰ ਦੇ ਮਤੇ ਦੀ ਗੱਲ ਕਰਨ, ਸਟੇਟਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ, ਜਾਂ ਜਿਹੜੀ ਵੀ ਉਹ ਗੱਲ ਕਰਨ, ਉਹ ਹਾਂਜੀ ਸਹੀ ਹੱਥਾਂ 'ਚ ਜਿੰਨਾ ਚਿਰ ਸਾਡੀਆਂ ਸੰਸਥਾਵਾਂ ਨਹੀਂ ਜਾਂਦੀਆਂ ਉਨਾ ਚਿਰ ਨਹੀਂ ਉਹ ਹੋਣੀ। ਇਹਨਾਂ ਦੀਆਂ ਗਲਤੀਆਂ ਜਿਹੜੀਆਂ ਸਾਨੂੰ ਇੰਟਰਨੈਸ਼ਨਲ ਪੱਧਰ ਤੇ ਭੁਗਤਣੀਆਂ ਪੈ ਰਹੀਆਂ ਨੇ। ਜਿੱਦਾਂ ਹੁਣ ਆਪਾਂ ਗੱਲ, ਕਿਉਂਕਿ ਸਮਾਪਤੀ ਵੱਲ ਵਧੀਏ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ
ਜਿੱਦਾਂ ਮੈਂ ਗੱਲ ਕੀਤੀ ਕਿ ਉਹਨਾਂ ਦਾ ਦਾਦਾ ਜੀ ਵੀ ਤੇ ਉਹਨਾਂ ਦੇ ਪਿਤਾ ਜੀ ਵੀ ਉਹਨਾਂ ਨੇ ਮਤਲਬ ਫੌਜ ਦੇ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਆ, ਲੇਕਿਨ 8 ਸਾਲ ਹੋਣ ਦੇ ਬਾਵਜੂਦ ਵੀ ਜੋ ਜਿਹੜਾ ਇਨਸਾਫ ਚਾਹੁੰਦੇ ਸੀ, ਜਿਹੜੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਉੱਥੇ ਹਾਲੇ ਤੱਕ ਵੀ ਨਹੀਂ ਪਹੁੰਚ ਸਕੇ, ਉਹਦੇ ਲਈ ਕੀ ਕਰਨਾ ਚਾਹੀਦਾ? ਦੇਖੋ, ਇਹ ਤਾਂ ਕਾਨੂੰਨੀ ਲੜਾਈ ਜਿਹੜੀ ਲੜੀ ਜਾ ਰਹੀ, ਉਹਦੇ 'ਚ ਸਰਕਾਰ ਨੂੰ ਜਿਹੜਾ ਹੈ ਉਹ ਸਹਿਯੋਗ ਦੇਣਾ ਚਾਹੀਦਾ, ਪਰ ਸਹਿਯੋਗ ਨਹੀਂ ਦਿੰਦੀ ਕਿਉਂਕਿ ਪੁਲਿਸ ਪ੍ਰਸ਼ਾਸਨ, ਜਿੱਥੇ ਪੁਲਿਸ ਪ੍ਰਸ਼ਾਸਨ ਦੀ ਗੱਲ ਆ ਜਾਂਦੀ ਆ, ਇਹ ਹਾਂ ਜਿਹੜੀਆਂ ਵੀ ਸਰਕਾਰਾਂ ਨੇ ਲੀਡਰ ਨੇ, ਚਾਹੇ ਉਹ ਬਾਦਲ ਦਲ ਦੇ ਆ ਚਾਹੇ ਕਾਂਗਰਸ ਦੇ ਆ, ਠੀਕ ਇਹ ਹੈ, ਬਚਦੇ ਆ ਸਿਰਫ ਪੁਲਿਸ ਪ੍ਰਸ਼ਾਸਨ ਕਰਕੇ। ਜੇ ਪੰਜਾਬ ਦੀ ਪੁਲਿਸ ਨਾ ਹੋਵੇ ਹਾਂ ਤਾਂ ਇਹ ਜਿਹੜੇ ਲੀਡਰ ਆ ਇਹਨਾਂ ਨੂੰ ਲੋਕ ਘਰਾਂ ਚੋਂ ਕੱਢ ਕੇ ਕੁੱਟਣ, ਸੜਕਾਂ ਤੇ ਤਾਂ ਅੱਛਾ ਤੁਰਨ ਹੀ ਨਾ ਦੇਣ, ਪਰ ਇਹਨਾਂ ਨੂੰ ਘਰਾਂ ਚੋਂ ਕੱਢ ਕੇ ਕੁੱਟਣ, ਜਿਹੜੇ ਹਾਲਾਤ ਆ ਅੱਛਾ ਇਹ ਜੀ, ਬਚੇ ਆ ਪੁਲਿਸ ਪ੍ਰੋਟੈਕਸ਼ਨ ਦੇ ਨਾਲ। ਇਸ ਕਰਕੇ ਜਦੋਂ ਬਾਦਲ ਦਲ ਹੁੰਦਾ ਉਹ ਵੀ ਪੁਲਿਸ ਨੂੰ ਕੁਝ ਨਹੀਂ ਕਹਿੰਦਾ, ਤੇ ਜਦੋਂ ਹਾਂ ਚਾਹੇ ਕੈਪਟਨ ਹੋਵੇ ਤੇ ਚਾਹੇ ਕੋਈ ਹੋਰ ਹੋਵੇ, ਉਹ ਵੀ ਪੁਲਿਸ ਨੂੰ ਕੁਝ ਨਹੀਂ ਕਹਿੰਦੇ। ਹੁਣ 4 ਪੁਲਿਸ ਅਫਸਰਾਂ ਦਾ ਨਾਂ ਆਇਆ ਬਹਿਬਲ ਗੋਲੀ ਕਾਂਡ 'ਚ, ਹਾਂਜੀ IG ਦਾ ਆਇਆ, SSP ਦਾ ਆਇਆ, ਉਹਨਾਂ ਤੇ ਮੁਕੱਦਮਾ ਦਰਜ ਕਰਤਾ, ਬਾਅਦ 'ਚ ਉਹਨਾਂ ਦੀਆਂ ਜ਼ਮਾਨਤਾਂ ਤੇ ਉਹ ਖੁੱਲ੍ਹੇਆਮ ਘੁੰਮ ਰਹੇ ਆ, ਉਹਨਾਂ ਨੂੰ ਹਾਂਜੀ ਕੋਈ ਜਿਹੜਾ ਹੈਗਾ ਉਹ ਜਾਂਚ ਨੂੰ ਵੀ ਜਿਹੜਾ ਹੈਗਾ ਉਹ ਕਛੂ ਕੰਮੇ ਵਾਲੀ ਚਾਲ ਕੀਤਾ ਹੋਇਆ ਵਾ, ਠੀਕ ਬਿਲਕੁਲ ਹੈ, ਉਹਨੂੰ ਜਿਹੜਾ ਹੈਗਾ ਫਲੋ ਕਰਤਾ, ਕੋਈ ਇਨਸਾਫ ਨਹੀਂ। ਇਹ ਕਿਉਂ ਕਰਦੇ ਆ? ਕਿਉਂਕਿ ਉਹਨਾਂ ਦੀ ਪ੍ਰੋਟੈਕਸ਼ਨ ਆ ਪੁਲਿਸ। ਠੀਕ ਜੇ ਹੈ, ਪੰਜਾਬ ਪੁਲਿਸ ਨਾ ਹੋਵੇ ਤਾਂ ਇਹਨਾਂ ਨੂੰ ਲੋਕ ਘਰਾਂ ਚੋਂ ਕੱਢ ਕੇ ਕੁੱਢਣ, ਲੀਡਰਾਂ ਨੂੰ, ਚਾਹੇ ਕੋਈ MP ਆ, MLA ਆ, ਚਾਹੇ ਕੋਈ ਮੰਤਰੀ ਆ, ਕਿਉਂਕਿ ਠੀਕ ਜੋ ਹੈ, ਸਰਕਾਰਾਂ ਦੇ ਕੰਮ ਆ। ਹੁਣ ਤਾਂ ਖੁਦ ਕੈਪਟਨ ਦੇ ਮੰਤਰੀ ਜਿਹੜੇ ਆ, ਤੁਸੀਂ ਬਾਜਵੇ ਦਾ ਬਿਆਨ ਸੁਣਿਆ, ਤੁਸੀਂ ਰੰਧਾਵੇ ਦਾ ਸੁਣਿਆ, ਉਹਨਾਂ ਨੇ ਹਾਂਜੀ ਖੁਦ ਕਿਹਾ ਵੀ ਸਾਡੇ ਕੋਲ ਇਨਸਾਫ ਨਹੀਂ ਹੋਇਆ ਤੇ ਲੋਕ ਸਾਨੂੰ ਪੁੱਛਣਗੇ ਅਸੀਂ ਲੋਕਾਂ 'ਚ ਕਿਵੇਂ ਜਾਵਾਂਗੇ, ਸਾਡਾ ਮੁੱਖ ਮੰਤਰੀ ਨਹੀਂ ਕਰ ਰਿਹਾ। ਉਹ ਮੰਤਰੀਆਂ ਦੇ ਬਿਆਨ ਵੀ ਆ ਗਏ ਹੁਣ ਕਿ ਅਸੀਂ ਜਾ ਕੇ ਵਾਅਦਾ ਕੀਤਾ ਸੀ ਬਰਗਾੜੀ ਦੀ ਸਟੇਜ ਤੇ, ਅਸੀਂ ਜੋ ਕਹਿ ਕੇ ਆਏ ਆ ਸਰਕਾਰ ਦੇ ਕਹਿਣ ਤੇ, ਸਰਕਾਰ ਹੁਣ ਉਹਦੇ ਤੋਂ ਪਿਛਾਂਹ ਹਟ ਰਹੀ ਆ, ਅਸੀਂ ਠੀਕ ਹੈ, ਲੋਕਾਂ 'ਚ ਕਿਵੇਂ ਜਾਵਾਂਗੇ, ਸਾਨੂੰ ਲੋਕ ਘੇਰਨਗੇ। ਤੇ ਇਸ ਕਾਰਨ ਕਰਕੇ ਮੈਂ ਕਹਿੰਦਾ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹੀ ਇਹਨਾਂ ਦੀ ਪ੍ਰੋਟੈਕਸ਼ਨ ਹੁੰਦੀ ਆ, ਤਾਂ ਕਰਕੇ ਪੁਲਿਸ ਦੇ ਖਿਲਾਫ ਕੁਛ ਨਹੀਂ ਕਰਦੇ। ਪੁਲਿਸ ਫ੍ਰੀ ਹੈਂਡ ਕੀਤੀ ਹੋਈ ਇਹਨਾਂ ਨੇ। ਪਿੱਛੇ ਜੇ ਜਦੋਂ ਕੋਈ ਗੱਲ ਵੀ ਆਈ ਸੀ ਤੇ ਉਹਨੇ DGP ਨੇ ਕਿਹਾ ਸੀਗਾ ਵੀ ਇਹਦੇ ਨਾਲ ਪੁਲਿਸ ਜਿਹੜੀ ਡਿਮੋਰਲਾਈਜ਼ ਹੋਊਗੀ, ਪੁਲਿਸ ਕਮਜ਼ੋਰ ਹੁੰਦੀ ਆ ਜੇ ਅਸੀਂ ਪੁਲਿਸ ਤੇ ਕਾਰਵਾਈ ਕਰੀਏ, ਤੇ ਇਹਦਾ ਮਤਲਬ ਕਿ ਪੁਲਿਸ ਨੂੰ ਤੁਸੀਂ ਖੁੱਲੇ ਹੱਥ ਕਰ ਦਿਓ ਕਿ ਜੋ ਮਰਜ਼ੀ ਕਰੀ ਜਾਵੇ, ਉਹ ਜਿਵੇਂ ਮਰਜ਼ੀ ਲੋਕਾਂ ਨੂੰ ਮਾਰੀ ਜਾਵੇ। ਆ ਹੁਣ ਜਿਵੇਂ ਕੋਰੋਨਾ ਵਾਇਰਸ ਦੀ ਬਿਮਾਰੀ ਕਰਕੇ ਕਰਫਿਊ ਲੱਗਾ ਤਾਂ ਕਿਵੇਂ ਲੋਕਾਂ ਨੂੰ ਉਹਨਾਂ ਨੇ ਕੁੱਟਿਆ, ਕਿਵੇਂ ਹਾਂ ਹੁਣ ਜੇ ਲੋਕਾਂ ਨੇ ਵਿਰੋਧ ਕੀਤਾ ਦੁਨੀਆ ਭਰ ਚੋਂ ਵਿਰੋਧ, ਤਾਂ ਹੁਣ ਪੁਲਿਸ ਜਿਹੜੀ ਉਹ ਸ਼ਾਂਤ ਹੋਈ ਤੇ ਸੇਵਾ ਭਾਵਨਾ ਜਾਈ, ਹੁਣ ਪੁਲਿਸ ਜਿਹੜੀ ਆ ਉਹ ਜਾ ਕੇ ਘਰਾਂ 'ਚ ਰਾਸ਼ਨ ਵੀ ਵੰਡ ਰਹੀ ਆ, ਲੋਕਾਂ ਨਾਲ ਭਾਈਚਾਰੇ ਵਾਲਾ ਸਹਿਯੋਗ ਕਰ ਹਾਂਜੀ, ਰਹੀ ਆ। ਪਰ ਪਹਿਲਾਂ ਕਿਵੇਂ ਪੁਲਿਸ ਨੇ ਕੁੱਟਿਆ ਲੋਕਾਂ ਨੂੰ, ਕਿਵੇਂ ਕੋਈ ਵਿਚਾਰਾ ਕਿਸੇ ਦੀ ਬਾਂਹ ਤੋੜਦੀ, ਕਿਸੇ ਦੀ ਲੱਤ ਤੋੜਦੀ, ਕੋਈ ਗਰਭਵਤੀ ਬੀਬੀ ਲਈ ਦਵਾਈ ਲੈਣ ਜਾ ਰਿਹਾ ਉਹਦਾ ਘਰ ਵਾਲਾ ਕੁੱਟਤਾ, ਕਿਸੇ ਦੀ ਬਾਂਹ ਟੁੱਟੀ ਆ ਉਹਨੂੰ ਦਵਾਈ ਹਾਂਜੀ ਲੈਣ ਹਾਂਜੀ, ਜਾਣ ਦੇ ਰਹੇ, ਹਨਾ। ਇਹ ਸਾਰਾ ਕੁਝ ਕਿਉਂ ਹੁੰਦਾ ਵਾ ਜਦੋਂ ਉਹਨੂੰ ਫ੍ਰੀ ਹੈਂਡ ਕਰਦੇ ਆ? ਉਹ ਕਹਿੰਦੇ ਪੁਲਿਸ ਨੂੰ ਕੁਝ ਨਹੀਂ ਕਹਿਣਾ, ਇਹ ਜੀ ਕਮਜ਼ੋਰ ਹੋ ਜੂ। ਤਾਂ ਹੀ ਪਿਛਲੇ ਸਮੇਂ 'ਚ ਜਿਹੜੇ ਬਾਦਲ ਦਲ ਦਾ ਜਦੋਂ ਰਾਜ ਰਿਹਾ, ਉਹਨਾਂ ਨੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਇਹ ਪੁਲਿਸ ਅਫਸਰਾਂ ਦਾ, ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਬਾਦਲ ਦਲ ਨੇ, ਉਹੀ ਕੈਪਟਨ ਨੇ ਕੀਤਾ। ਹੁਣ ਕੋਈ ਫਰਕ ਨਹੀਂ ਕੈਪਟਨ ਗਾ, ਦੇ ਰਾਜ ਵੀ ਤਾਂ ਕਿਹੜਾ ਫਰਕ ਕੋਈ ਨਹੀਂ ਪੈਂਦਾ, ਬਾਦਲ ਬਦਲ ਜੇ ਕੈਪਟਨ ਆ ਜੇ, ਕੈਪਟਨ ਬਦਲ ਤੇ ਬਾਦਲ ਆ ਜੇ, ਕੋਈ ਹੋਰ ਆ ਜੇ। ਇੱਥੋਂ ਜਿਹੜੀ ਮਤਲਬ ਗੱਲ ਬਾਬਾ ਜੀ ਇਹ ਆ ਜਹੇਦਾਰ ਸਾਹਿਬ, ਬਈ ਜਿਹੜੀ ਬਾਦਲ ਵਿਰੋਧੀ ਜਾਂ ਕਾਂਗਰਸ ਵਿਰੋਧੀ ਪੰਜਾਬ ਦੀ ਲੀਡਰਸ਼ਿਪ ਆ, ਚਾਹੇ ਉਹ ਕਿੰਨਿਆਂ ਵੀ ਧੜਿਆਂ 'ਚ ਵੰਡੀ ਹੋਈ ਆ, ਉਹ ਵੀ ਸਹਿਰਦ ਨਹੀਂ ਗੀ, ਉਹ ਵੀ ਇੱਕ ਉਹਦੇ ਚ ਇੱਕ ਪਰਸਨੈਲਿਟੀ ਕਲੇਸ਼ ਆ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਇੱਕ ਦੂਜੇ ਪ੍ਰਤੀ ਬੇਵਿਸ਼ਵਾਸੀ ਇੰਨੀ ਪੈਦਾ ਕਰ ਦਿੱਤੀ ਆ, ਤੇ ਇੱਕ ਹਾਂ ਪਰਸਨੈਲਿਟੀ ਕਲੇਸ਼ ਆ। ਹਾਂ ਉਹ ਵੀ ਕਹਿੰਦੇ ਆ, ਹੁਣ ਦੇਖੋ ਬੈਂਸ ਕਹਿੰਦਾ ਵਾ ਕਿ ਜੇ ਖਹਿਰਾ ਮੈਨੂੰ ਮੁੱਖ ਮੰਤਰੀ ਮੰਨ ਲੇ ਤੇ ਤਾਂ ਆਇਆ ਕਰਾ ਏਕਤਾ, ਤੇ ਖਹਿਰਾ ਕਹਿੰਦਾ ਵਾ ਜੇ ਸਿੱਧੂ ਮੈਨੂੰ ਮੰਨ ਲੇ ਤੇ ਤਾਂ ਏਕਤਾ, ਹੁਣ ਰਣਜੀਤ ਸਿੰਘ ਬ੍ਰਹਮਪੁਰਾ ਕਹਿੰਦਾ ਜੇ ਮੈਨੂੰ ਆਗੂ ਮੰਨ ਲਓ ਢੀਂਡਸੇ ਨਾ ਤਾਂ ਏਕਤਾ, ਢੀਂਡਸਾ ਕਹਿੰਦਾ ਵੀ ਮਤਲਬ ਇਹ ਸਾਰੇ ਜਿੰਨੇ ਹੈਗੇ ਆ ਨਾ, ਹੁਣ ਜਿੰਨੇ ਚਾਹੇ ਉਹ ਗਾਂਧੀ ਆ ਚਾਹੇ ਆਮ ਪਾਰਟੀ ਆ,
ਇਹ ਸਾਰੇ ਜਿੰਨੇ ਆਪਸ ਦੇ ਵਿੱਚ ਆ ਉਹ ਵੀ ਪਰਸਨੈਲਿਟੀ ਕਲੇਸ਼ ਹੈ, ਇੱਕ ਦੂਜੇ ਪ੍ਰਤੀ ਬੇਵਿਸ਼ਵਾਸੀ, ਇੱਕ ਦੂਜੇ ਦੇ ਨਾਲ ਮਿਲ ਕੇ ਨਹੀਂ ਚੱਲਦੇ। ਤਾਂ ਹੀ ਜਿਹੜੇ ਮਿਲ ਕੇ ਚੱਲਣ ਵਾਲੇ, ਮੈਂ ਤਾਂ ਕਹਿੰਦਾ ਹੁੰਦਾ ਉਹ ਤਾਂ ਕਾਂਗਰਸ 'ਚ ਚਲੇ ਗਏ ਜਾਂ ਉਹ ਬਾਦਲ ਦਲ 'ਚ ਚਲੇ ਗਏ ਜਾਂ ਬੀਜੇਪੀ 'ਚ ਚਲੇ ਗਿਆ। ਜਿੰਨੇ ਬਾਕੀ ਜਿਨ੍ਹਾਂ ਨੂੰ ਅਸੀਂ ਪੰਥਕ ਜਥੇਬੰਦੀਆਂ ਕਹਿੰਦੇ ਹਾਂ, ਪੰਥਕ ਆਗੂ ਨੇ ਜਾਂ ਦੂਸਰੇ ਜਿਹੜੇ ਆਮ ਪਾਰਟੀ ਦੇ ਆਗੂ ਆ ਜਾਂ ਕੋਈ ਹੋਰ ਆ, ਇਹਨਾਂ 'ਚ ਵੀ ਆਪਸ ਦੇ ਵਿੱਚ ਜਿਹੜਾ ਇੱਕ ਦੂਜੇ ਪ੍ਰਤੀ ਬੇਵਿਸ਼ਵਾਸੀ ਤੇ ਪਰਸਨੈਲਿਟੀ ਕਲੇਸ਼ ਆ ਵੀ ਏਕਤਾ ਤਾਂ ਕਰ ਲਈਏ ਪਰ ਪ੍ਰਧਾਨ ਮੈਂ ਹੋਵਾਂ, ਇਸ ਕਾਰਨ ਬਰਗਾੜੀ ਕਰਕੇ ਜਿਹੜਾ ਬਰਗਾੜੀ ਮੋਰਚੇ ਪਲੇਟਫਾਰਮ ਹੈ ਤਿਆਰ ਨਹੀਂ ਹੋ ਰਿਹਾ, ਜਿਹੜਾ ਬਾਬਾ ਜੀ, ਤੀਜੀ ਧਿਰ ਦਾ ਪਲੇਟਫਾਰਮ ਹੈ, ਇਸ ਕਾਰਨ ਕਰਕੇ ਤੀਜਾ ਫਰੰਟ ਕੋਈ ਤਿਆਰ ਨਹੀਂ ਹੋ ਰਿਹਾ, ਸਿਆਸੀ ਤੌਰ ਤੇ ਵੀ, ਧਾਰਮਿਕ ਤੌਰ ਤੇ। ਧਾਰਮਿਕ ਤੌਰ ਤੇ ਵੀ ਕਲੇਸ਼ ਬਹੁਤ ਹੈ, ਇੱਕ ਦੂਜੇ ਨੂੰ ਕੋਈ ਮੰਨ ਕੇ ਰਾਜੀ ਨਹੀਂ, ਇੱਕ ਦੂਜੇ ਨਾਲ ਤੁਰ ਕੇ ਰਾਜੀ ਨਹੀਂ ਆ, ਇਸ ਕਾਰਨ ਕਰਕੇ ਮੈਂ ਸਮਝਦਾ ਵੀ ਉਹਨਾਂ ਦਾ ਦਾਅ ਲੱਗਾ ਹੋਇਆ ਤੇ ਉਹ ਆਪਦਾ ਜਿਹੜਾ ਹੈਗਾ ਜੋ ਵੀ ਆ ਵਾਣੀ ਵਾਹੀ ਜਾਂਦੇ ਆ। ਪੂਰੀ ਦੁਨੀਆ ਦੀਆਂ ਨਜ਼ਰਾਂ ਬਰਗਾੜੀ ਮੋਰਚੇ ਦੇ ਉੱਪਰ ਲੱਗੀਆਂ ਸੀ। ਉਦੋਂ ਬਰਗਾੜੀ ਮੋਰਚੇ ਦੇ ਵਿੱਚ ਲੋਕ ਇਹ ਸਮਝਣ ਲੱਗ ਗਏ ਸੀ ਵੀ ਹੁਣ ਸਾਨੂੰ ਤੀਸਰੀ ਧਿਰ ਜਿਹੜੀ ਆ ਪੰਜਾਬ 'ਚ ਰਾਜ ਲਿਆ ਸਕਦੀ ਉਹ ਮਿਲ ਗਈ ਆ, ਪਰ ਉਹ ਵੀ ਮਤਲਬ ਅਖੀਰ ਦੇ ਵਿੱਚ ਨੇਸਤੋ ਨਬੂਦ, ਮਤਲਬ ਇੱਕ ਕਿਸਮ ਦੀ ਉਹ ਵੀ ਲੀਡਰਸ਼ਿਪ ਖਤਮ ਹੀ ਕਰ ਦਿੱਤੀ। ਬਿਲਕੁਲ, ਜਦੋਂ ਦੇਖੋ ਸਰਕਾਰਾਂ ਦੀਆਂ ਚਾਲਾਂ ਜਦੋਂ ਚੱਲਦੀਆਂ ਨੇ, ਜਿਹੜੇ ਬਾਦਲ ਦਲ ਸੀ ਜਾਂ ਕਾਂਗਰਸ ਸੀ ਜਾਂ ਸੈਂਟਰ ਹਾਂਜੀ ਸੀ, ਉਹ ਨਹੀਂ ਸੀ ਚਾਹੁੰਦਾ ਕਿ ਬਰਗਾੜੀ ਤੋਂ ਕੋਈ ਇਦਾਂ ਦੀ ਪੰਥਕ ਧਿਰ ਉੱਭਰੇ। ਹਾਂ, ਅਸੀਂ ਤਾਂ ਇਹ ਸਾਰੇ ਪੰਜਾਬ ਦੇ ਹਿੱਤਾਂ ਦੀ ਧਿਰ ਉੱਭਰੇ, ਅਸੀਂ ਤਾਂ ਸਾਰਾ ਜ਼ੋਰ ਲਾ ਕੇ ਇੱਕ ਏਡਾ ਕਰ ਦਿੱਤਾ ਸੀਗਾ ਕਿ ਉੱਥੇ ਸਾਰੇ ਇਕੱਠੇ ਕਰ ਦਿੱਤੇ ਸੀਗੇ, ਲੱਖਾਂ 'ਚ ਸੰਗਤਾਂ ਇਕੱਠੀਆਂ ਕਰਦੀਆਂ ਸਿਖਰ ਤੇ ਲੈ ਗਏ। ਪਰ ਜਿਹੜਾ ਸਾਡਾ ਮੋਰਚਾ ਡਿਕਟੇਟਰ ਸੀਗਾ ਉਹ ਵੀ ਐਨ ਮੌਕੇ ਤੇ ਆ ਕੇ ਪਤਾ ਨੀ ਕਿਵੇਂ ਸਰਕਾਰ ਦੀਆਂ ਗੱਲਾਂ 'ਚ ਆਇਆ, ਕੈਪਟਨ ਅਮਰਿੰਦਰ ਸਿੰਘ ਦੀਆਂ ਗੱਲਾਂ 'ਚ ਆ ਗਿਆ, ਕਿਵੇਂ ਉਹਨੇ ਜਿਹੜਾ ਸੀ ਬੇਵਿਸ਼ਵਾਸੀ 'ਚ ਬਿਨਾਂ ਕਿਸੇ ਨੂੰ ਭਰੋਸੇ 'ਚ ਲਏ ਤੇ ਆਪਣਾ ਮੋਰਚਾ ਚੱਕਣ ਦਾ ਐਲਾਨ ਕਰ ਦਿੱਤਾ, ਉਹ ਕਿਸੇ ਦੀ ਗੱਲ ਹੀ ਨਹੀਂ ਮੰਨੀ। ਔਰ ਅੱਜ ਉਹ ਵੀ ਪਛਤਾ ਰਿਹਾ ਵਾ, ਅੱਜ ਜੋ ਖਬਰਾਂ ਆਉਂਦੀਆਂ ਅੱਜ ਉਹ ਵੀ ਪਛਤਾ ਰਿਹਾ ਵਾ ਕਿ ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਹੁਣੀ ਪਛਤਾਏ ਸੀਗੇ ਵੀ ਕੌਮ ਨੂੰ ਵੱਖਰਾ ਰਾਜ ਲੈ ਦਿੰਦੇ ਤੇ ਆਹ ਦਿਨ ਨਹੀਂ ਸੀ ਦੇਖਣੇ ਪੈਣੇ, ਅੱਜ ਉਹ ਵੀ ਬੰਦਾ ਪਛਤਾ ਰਿਹਾ ਵੀ ਜੇ ਸਰਕਾਰ ਦੀਆਂ ਗੱਲਾਂ 'ਚ ਨਾ ਆਉਂਦਾ ਤੇ ਅੱਜ ਆਹ ਦੇਖਣ ਦੇ ਨਾ ਦੇਖਣੇ ਪੈਂਦੇ ਤੇ ਕੌਮ ਦਾ ਕੁਛ ਬਣ ਜਾਂਦਾ। ਆਖਰੀ ਸਮੇਂ ਦੇ ਉੱਤੇ ਆ ਕੇ ਜਿਹੜਾ ਸੀਗਾ ਉਹਦੇ 'ਚ ਵੀ ਜਿਹੜਾ ਮੈਂ ਸਮਝਦਾ ਤਿਲਕਣਬਾਜ਼ੀ 'ਚ ਤਿਲਕ ਗਏ ਤੇ ਜਿਸ ਕਾਰਨ ਕਰਕੇ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਪੈਦਾ ਹੋਏ ਆ। ਸਰਕਾਰ ਨੇ ਆਪਣੇ ਜਿਹੜੇ ਵੀ ਹੱਥ ਕੰਡੇ ਉਹਨਾਂ ਤੋਂ ਵਰਤਾਏ ਗਏ, ਉਹਨਾਂ ਨੇ ਵਰਤੇ ਆ। ਤਾਂ ਹੀ ਮੈਂ ਉਸ ਦਿਨ ਤੋਂ, ਪਹਿਲੇ ਦਿਨ ਤੋਂ ਹੀ ਮੈਂ ਇਹੀ ਬੇਨਤੀ ਕਰਦਾ ਆ ਰਿਹਾ ਕਿ ਜੇ ਕਿਤੇ ਸਾਡਾ ਆਗੂ ਸਾਡੀ ਮੰਨ ਲੈਂਦਾ ਹਾਂ ਸਾਰਿਆਂ ਦੀ ਵੀ ਅਸੀਂ ਜੋ ਬੇਨਤੀ ਕਰ ਰਹੇ ਸੀ ਵੀ ਕੁਝ ਚਿਰ ਹੋਰ ਤੁਸੀਂ ਬੈਠ ਜਾਓ, ਸਾਰਿਆਂ ਨੂੰ ਭਰੋਸੇ 'ਚ ਲੈ ਲਈਏ, ਸੰਗਤਾਂ ਨੂੰ ਜਥੇਬੰਦੀਆਂ ਨੂੰ ਆਗੂਆਂ ਨੂੰ, ਫੇਰ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਪਾਂ ਸਾਰਿਆਂ ਦੀ ਸਲਾਹ ਦੇ ਨਾਲ ਮੋਰਚਾ, ਚਲੋ ਇੱਕ ਦਿਨ ਦਾ ਚੁੱਕਣਾ ਹੀ ਸੀਗਾ ਪਰ ਹਾਂ ਕੁਝ ਪ੍ਰਾਪਤੀਆਂ ਹੋ ਰਹੀਆਂ ਨੇ, ਚਿੱਠੀਆਂ ਲਿਖੀਆਂ ਜਾ ਰਹੀਆਂ ਨੇ, ਬੰਦੇ ਆਉਣ ਦੀ ਤਿਆਰੀ ਆ, ਤੁਸੀਂ ਇਹ ਜਿਹੜਾ ਥੋੜਾ ਚਿਰ ਸਾਹ ਲਓ ਇਸ ਦਿਨ ਨੂੰ ਉਡੀਕ ਲਓ। ਪਰ ਉਹ ਜਥੇਦਾਰ ਜੋ ਸਾਡਾ ਸੀਗਾ ਉਹਨੇ ਮੋਰਚਾ ਡਿਕਟੇਟਰ ਨੇ ਕਿਹਾ ਵੀ ਕੌਮ ਮੇਰੇ ਪਿੱਛੇ ਲੱਗ ਗਈ ਆ, ਮੇਰਾ ਮੋਰਚਾ ਵਾ, ਜੋ ਜਿਵੇਂ ਮੈਂ ਕਰਦਾ ਉਦਾਂ ਕਰਨੀ, ਤੁਸੀਂ ਕੌਣ ਆ ਉਹਦੇ ਇਹਦੇ ਵਿੱਚ? ਕਿਤੇ ਨਾ ਕਿਤੇ ਤੁਹਾਨੂੰ ਵੀ ਲੋਕੀ ਵੀ ਸਮਝਦੇ ਆ ਵੀ ਜ਼ਿੰਮੇਵਾਰੀ ਤੁਹਾਡੀ ਵੀ ਬਣਦੀ ਸੀ, ਤੁਸੀਂ ਵੀ ਸਹੀ ਨਹੀਂ ਨਿਭਾਈ ਜ਼ਿੰਮੇਵਾਰੀ ਦੇਖੋ ਇਹਦੇ ਬਾਰੇ ਵੀ। ਤੁਹਾਨੂੰ ਤਾਂ ਪਤਾ ਹੀ ਆ ਕਿ ਮੈਂ 4 ਦਿਨ, ਤੁਹਾਨੂੰ ਤਾਂ ਪਤਾ ਹੀ ਆ ਕਿ ਮੈਂ 4 ਦਿਨ ਪਹਿਲਾਂ ਆਪਣੀ ਸਟੇਟਮੈਂਟ ਤੁਹਾਡੇ ਇਸ ਚੈਨਲ ਤੇ ਦੇ ਦਿੱਤੀ ਸੀਗੀ ਕਿ ਮੈਨੂੰ ਕੋਈ ਪਤਾ ਨਹੀਂ ਆ ਕਿ ਸਮਝੌਤਾ ਕਿਹਦੇ ਨਾਲ ਹੋ ਰਿਹਾ ਤੇ ਕੌਣ ਕਰ ਰਿਹਾ। ਠੀਕ ਹੈ, ਜਿਹੜੀ ਗੱਲ ਦੀ ਜਾਣਕਾਰੀ ਮੈਨੂੰ ਜਥੇਦਾਰ ਮੰਡ ਨੇ ਦਿੱਤੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਉਹੀ ਮੈਂ ਲਾਈਵ ਸਾਂਝੀ ਕੀਤੀ ਸੀ 4 ਦਿਨ ਪਹਿਲਾਂ ਵੀ ਮੈਨੂੰ ਜਥੇਦਾਰ ਮੰਡ ਨੇ ਦੱਸਿਆ ਵਾ ਵੀ ਸਰਕਾਰ ਸਾਡੀਆਂ ਮੰਗਾਂ ਮੰਨਣ ਲਈ ਤਿਆਰ ਹੋ ਗਈ ਆ, ਉਹ 9 ਤਰੀਕ ਨੂੰ ਇੱਥੇ ਆਊਗੀ, ਉਹ ਐਲਾਨ ਕਰਨਗੇ ਤੇ ਉਦੋਂ ਬਾਅਦ 'ਚ ਅਗਲੇ ਮੋਰਚੇ ਦਾ ਐਲਾਨ ਹੋਊਗਾ, ਅਗਲੀ ਠੀਕ ਰੂਪ ਹੈ। ਰੇਖਾ ਦਾ। ਉਹ 4 ਦਿਨ ਪਹਿਲਾਂ ਮੈਂ ਐਲਾਨ ਕਰ ਦਿੱਤਾ ਸੀਗਾ। ਹੁਣ ਜਿਹੜੀਆਂ ਹਾਂਜੀ ਸੰਗਤਾਂ ਉਹਨਾਂ ਨੂੰ ਤਾਂ ਪਤਾ ਹੀ ਆ, ਉਹਨਾਂ ਨੂੰ ਤਾਂ ਮੈਂ ਸਮਝਦਾ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਆ, ਠੀਕ ਤੇ ਹੈ। ਜਿਹੜੀ ਜਿਨ੍ਹਾਂ ਨੇ ਸਮਝਣਾ ਹੀ ਨਹੀਂ, ਜਿਹੜੇ ਬਾਦਲ ਦਲ ਵਾਲੇ ਆ ਜਾਂ ਢੱਡਰੀਆਂ ਵਾਲਾ ਹੋਇਆ ਪੰਥਪ੍ਰੀਤ ਹੋਇਆ, ਜਿਹੜੇ ਆਪ ਕੋਟਕਪੂਰੇ ਦੇ ਭਗੌੜੇ ਆ, ਹਾਂਜੀ ਜਿਹੜੇ ਹਾਂਜੀ ਉਹਨਾਂ ਦੇ ਪੈਰੋਕਾਰ ਬਣੇ ਹੋਏ ਫਾਲੋਅਰ, ਉਹਨਾਂ ਨੇ ਤਾਂ ਮੇਰਾ ਵਿਰੋਧ ਕਰਨਾ ਹੀ ਕਰਨਾ ਵਾ।
ਠੀਕ ਹੈ। ਉਹਦੀ ਮੈਨੂੰ ਪਰਵਾਹ ਨਹੀਂ, ਉਹਨਾਂ ਨੂੰ ਮੈਨੂੰ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ। ਜਿਵੇਂ ਕੋਈ ਵਿਦਵਾਨ ਕਹਿੰਦਾ ਵੀ ਜਿਹੜੇ ਤੁਹਾਡੇ ਸਮਝਦੇ ਆ ਉਹਨਾਂ ਨੂੰ ਤਾਂ ਤੁਹਾਡੇ ਸਪਸ਼ਟੀਕਰਨ ਦੀ ਲੋੜ ਨਹੀਂ ਆ, ਤੇ ਠੀਕ ਜਿਨ੍ਹਾਂ ਨੇ ਹੈ, ਤੁਹਾਡੇ ਮੰਨਣਾ ਹੀ ਨਹੀਂ ਉਹਨੂੰ, ਚਾਹੇ ਸਪਸ਼ਟੀਕਰਨ ਵੀ ਦੇਈ ਜਾਓ ਤਾਂ ਵੀ ਨਹੀਂ ਮੰਨਣਾ, ਉਹਨਾਂ ਨੂੰ ਮੈਂ ਸਪਸ਼ਟੀਕਰਨ ਦੇਣਾ ਵੀ ਨਹੀਂ ਠੀਕ ਸਮਝਦਾ। ਬਾਕੀ ਹਾਂਜੀ ਹਾਂਜੀ ਤੁਹਾਨੂੰ ਪਤਾ, ਤੁਸੀਂ ਤਾਂ ਇਸ ਗੱਲ ਦੇ ਗਵਾਹ ਹੈਗੇ ਆ ਨਾ ਕਿ ਮੈਂ 4 ਦਿਨ ਪਹਿਲਾਂ ਤੁਹਾਨੂੰ ਹਾਂਜੀ, ਨਹੀਂ ਦੱਸਤਾ ਤੁਸੀਂ ਸੀਗਾ। ਤਾਂ ਅਵਾਜ਼ੇ ਕੌਮ ਤੇ ਉਦੋਂ ਇੰਟਰਵਿਊ ਦੇ ਦਿੱਤੀ ਸੀਗੀ। ਮੈਂ ਗੱਲ ਕਰਦਾ ਵੀ ਲੋਕ ਅੱਜ ਵੀ ਗਏ ਇਦਾਂ ਸਮਝਦੇ ਹਾਂ ਵੀ ਲੋਕਾਂ ਤੁਸੀਂ ਦੀ ਜਿਹੜੀ ਗੱਲ ਆ, ਹੁਣ ਦੇਖੋ ਨਾ ਤਾਂ ਦੁਨੀਆ ਜਿਵੇਂ ਕਹਿੰਦੇ ਹੁੰਦੇ ਆ ਵੀ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਆ, ਇਹਨਾਂ ਦੁਨੀਆ ਦੇ ਦੋਨੇ ਪਾਸੇ ਆ, ਹਾਂਜੀ ਤੇ ਹਾਂਜੀ ਜਿਨ੍ਹਾਂ ਨੇ ਸਮਝਣਾ ਹੀ ਨਹੀਂ ਆ, ਜਿਹੜੇ ਵਿਰੋਧੀ ਹੁਣ ਬਾਦਲ ਦਲ ਦੇ ਜਾਂ ਕਾਂਗਰਸੀ ਜਿਹੜੇ ਆ, ਜਿਨ੍ਹਾਂ ਦੇ ਅਸੀਂ ਹੁਣ ਜਦੋਂ ਖਿਲਾਫ ਜੋ ਸੱਚ ਆ ਉਹ ਸਾਹਮਣੇ ਲਿਆਉਂਦੇ ਆ, ਜਾਂ ਹਾਂਜੀ ਪੰਥ ਬਰੀਡਾ ਢੱਡਰੀਆਂ ਵਾਲਾ ਵਾ, ਜਿਹੜੇ ਗੁਰੂ ਇਤਿਹਾਸ ਤੇ ਗੁਰੂ ਸਰੋਵਰਾਂ ਤੇ ਗੁਰੂ ਦੀਆਂ ਇਮਾਰਤਾਂ ਤੇ ਗੁਰਦੁਆਰਿਆਂ ਤੇ ਅਕਾਲ ਤਖਤ ਸਾਹਿਬ ਤੇ ਜਾਂ ਸੱਚਖੰਡ ਦਰਬਾਰ ਸਾਹਿਬ ਤੇ ਟੀਕਾ ਟਿੱਪਣੀ ਕਰਦੇ, ਜਦੋਂ ਉਹਨਾਂ ਦਾ ਵਿਰੋਧ ਕਰਦੇ ਆ ਅਸੀਂ, ਸੱਚਾਈ ਸੰਗਤ ਦੇ ਸਾਹਮਣੇ ਲਿਆਉਂਦੇ ਆ, ਤਾਂ ਫਿਰ ਜਿਹੜੇ ਉਹਨਾਂ ਦੇ ਪੈਰੋਕਾਰ, ਉਹਨਾਂ ਨੇ ਤਾਂ ਸਾਨੂੰ ਬਖਸ਼ਣਾ ਹੀ ਨਹੀਂ ਆ। ਉਹਨਾਂ ਨੇ ਤਾਂ ਉਹਨਾਂ ਦੇ ਕਹੇ ਤੇ ਸਾਡੇ ਖਿਲਾਫ ਜਿਹੜੇ ਕਮੈਂਟ ਕਰਨੇ ਹੀ ਕਰਨੇ ਆ, ਸਾਡੇ ਖਿਲਾਫ ਚੱਲਣਾ ਠੀਕ ਹੀ ਚੱਲਣਾ ਜਿਹੜੇ ਉਹਨਾਂ ਦੇ ਭਗਤ ਬਣ ਚੁੱਕੇ ਆ। ਸੋ ਇਸ ਕਰਕੇ ਉਹਨਾਂ ਦੀ ਸਾਨੂੰ ਪਰਵਾਹ ਕੋਈ ਨਹੀਂ, ਅਸੀਂ ਆਪਣੇ ਗੁਰੂ ਤੋਂ ਸੁਰਖਰੂ ਆ, ਪੰਥ ਤੋਂ ਸੁਰਖਰੂ ਆ, ਤੇ ਆਪਣੀ ਅੰਤਰ ਆਤਮਾ ਤੋਂ ਸੁਰਖਰੂ ਆ, ਤਾਂ ਹੀ ਅਸੀਂ ਉਸ ਦਿਨ ਤੋਂ ਹੀ ਦੁਨੀਆ ਭਰ ਚ ਵਿਚਰ ਰਹੇ ਆ, ਤੇ ਹਰ ਫਰੰਟ ਤੇ ਜਾ ਕੇ, ਹਰ ਟੀਵੀ ਚੈਨਲ ਤੇ, ਹਰ ਡਿਬੇਟ ਚ ਜਾ ਕੇ ਆਪਾਂ ਗੱਲ ਕੀਤੀ ਆ ਵੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਮੇਰੇ ਬਾਰੇ ਭੁਲੇਖਾ ਹੋਵੇ, ਬਰਗਾੜੀ ਬਾਰੇ ਜਾਂ ਕਿਸੇ ਹਾਂਜੀ ਹੋਰ ਮਸਲੇ ਬਾਰੇ, ਡੇਰੇ ਸਰਸੇ, ਗਿਆਨ ਗੋਦੜੀ, ਕਿਸੇ ਸੰਘਰਸ਼ ਬਾਰੇ, ਤਾਂ ਮੈਂ ਹਰ ਵੇਲੇ ਤਿਆਰ ਹਾਂ। ਕੋਈ ਵੀ ਸਿੱਖ ਬੈਠ ਕੇ ਜਿੱਥੇ ਮਰਜ਼ੀ ਮੇਰੇ ਨਾਲ ਗੱਲ ਕਰ ਸਕਦਾ, ਮੈਂ ਬੜੀ ਨਿਮਰਤਾ ਦੇ ਨਾਲ ਉਹਦੀ ਹਰ ਗੱਲ ਦਾ ਜਵਾਬ ਦਊਂਗਾ, ਕਿਉਂਕਿ ਅਸੀਂ ਗੁਰੂ ਗ੍ਰੰਥ ਪੰਥ ਦੀ ਸੇਵਾ ਕੀਤੀ ਹੈ। ਇਸ ਸੇਵਾ ਦੇ ਵਿੱਚ ਅਸੀਂ ਜੇਲ੍ਹਾਂ ਕੱਟੀਆਂ, ਮੁਕੱਦਮੇ ਝੱਲੇ, ਅਸੀਂ ਦਿਨ ਰਾਤ ਪੰਥ ਦੀ ਸੇਵਾ ਜੀ, ਅਸੀਂ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਸਾਡੀਆਂ ਤੇ ਸਪਾਰੀਆਂ ਵੀ ਦਿੱਤੀਆਂ ਗਈਆਂ ਉਹਨਾਂ ਲੋਕਾਂ ਵੱਲੋਂ ਸਾਨੂੰ ਮਾਰਨ ਲਈ, ਡੇਰੇ ਸਰਸੇ ਵਾਲਿਆਂ ਵਰਗੋਂ ਵੱਲੋਂ, ਅਸੀਂ ਫੇਰ ਵੀ ਪੰਥ ਦੀ ਕਚਹਿਰੀ 'ਚ ਸੰਗਤ ਦੇ ਸਹਿਯੋਗ ਨਾਲ, ਬਿਨਾਂ ਕਿਸੇ ਸਿਕਿਉਰਿਟੀ ਤੋਂ, ਬਿਨਾਂ ਕਿਸੇ ਪੁਲਿਸ ਪ੍ਰੋਟੈਕਸ਼ਨ ਤੋਂ ਅਸੀਂ ਕੌਮ ਵਿੱਚ ਜਾਂਦੇ ਹਾਂ, ਸੰਗਤ 'ਚ ਜਾਂਦੇ, ਕਿਉਂਕਿ ਅਸੀਂ ਅੰਤਰ ਆਤਮੇ ਸੁਰਖਰੂ ਹਾਂ ਇਸ ਗੱਲ ਤੋਂ। ਸਾਨੂੰ ਠੀਕ ਪਤਾ ਹੈ ਵੀ ਅਸੀਂ ਪੰਥ ਨਾਲ, ਕੌਮ ਨਾਲ ਕੋਈ ਜਿਹੜਾ ਹੈਗਾ ਕੋਈ ਬੇਵਸਾਈ ਨਹੀਂ ਕੀਤੀ, ਅਸੀਂ ਸੇਵਾ 'ਚ ਹਾਂ। ਹੁਣ ਸਾਡੇ ਜਿਹੜੇ ਆਗੂ ਸੀ ਮੋਰਚਾ ਡਿਕਟੇਟਰ, ਜੇ ਉਹਨਾਂ ਦਾ ਪੈਰ ਤਿਲਕ ਗਿਆ ਇਸ ਗੱਲ ਤੋਂ, ਤਾਂ ਹਾਂ ਉਹਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਉਹੀ ਜਵਾਬ ਦੇ ਸਕਦੇ ਉਹਦੇ ਬਾਰੇ ਵੀ ਆਖਿਰ ਕੀ ਸੀ ਆਉਣ ਵਾਲੇ। ਜਿਹੜਾ ਜੀ ਮੈਂ ਤਾਂ ਕਈ ਮਤਲਬ ਵਾਰੀ ਹੁਣ ਕਹਿ ਆਪਾਂ ਚੁੱਕਿਆ, ਮੈਂ ਤਾਂ ਕਈ ਵਾਰੀ ਕਹਿ ਚੁੱਕਿਆ ਕਿ ਜਥੇਦਾਰ ਮੰਡ ਨੂੰ ਚਾਹੀਦਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਾਰ ਮੂਹਰੇ ਜਾ ਕੇ ਧਰਨਾ ਲਾਵੇ, ਤੇ ਉਹਨੂੰ ਕਹੇ ਵੀ ਜਿਹੜਾ ਮੇਰੇ ਨਾਲ ਵਾਅਦਾ ਕੀਤਾ ਸੀ ਪੂਰਾ ਕਰ, ਨਹੀਂ ਤਾਂ ਤੇਰੇ ਇੱਥੇ ਜਿਹੜਾ ਹੈਗਾ ਧਰਨਾ ਲਾਊਂ ਜਾਂ ਆਤਮਦਾਹ ਕਰੂੰਗਾ ਤੇਰੇ ਇੱਥੇ। ਮੈਂ ਤਾਂ ਕਿੰਨੀ ਵਾਰੀ ਕਹਿ ਚੁੱਕਿਆ, ਪਰ ਨਹੀਂ ਆਖੇ ਲੱਗਦੇ। ਉਹ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਛ। ਮੈਂ ਤਾਂ ਉਹ ਕਿਉਂਕਿ ਵਾਇਆ ਮੀਡੀਆ ਹੀ ਕਿਹਾ ਨਾ, ਮੈਂ ਹਾਂਜੀ ਮਿਲਿਆ ਨਹੀਂ ਆ, ਕਿਉਂਕਿ ਉਹ 4 ਦਿਨ ਬਾਅਦ ਚ ਜਦੋਂ ਮੋਰਚਾ ਉਹਨਾਂ ਨੇ ਸਮਾਪਤ ਕੀਤਾ, 4 ਦਿਨ ਬਾਅਦ ਚ ਮੇਰੇ ਕੋਲ ਆਏ ਸੀ। ਉਦੋਂ ਬਾਅਦ ਚ ਇੱਕ ਦੋ ਕਿਤੇ ਫੰਕਸ਼ਨਾਂ ਚ ਮੇਲ ਹੋਇਆ, ਉਦਾਂ ਸਾਡਾ ਕਦੇ ਕੋਈ ਮੇਲ ਨਹੀਂ ਹੋਇਆ, ਨਾ ਠੀਕ ਕਦੇ ਕੋਈ ਗੱਲਬਾਤ ਹੋਈ ਆ। ਜਥੇਦਾਰ ਜੀ, ਆਖਿਰ ਦੇ ਵਿੱਚ ਤੁਹਾਨੂੰ ਵੀ ਪਤਾ, ਚਲੋ ਇਸ ਵੇਲੇ ਜਿਹੜਾ ਸਮਾਂ ਕਰੋਨਾ ਵਾਇਰਸ ਕਰਕੇ ਸਾਰੀ ਦੁਨੀਆ ਦੇ ਵਿੱਚ ਇੱਕ ਦਹਿਸ਼ਤ ਜਿਹੀ ਪਾਈ ਜਾ ਰਹੀ ਹੈ, ਫੇਰ ਵੀ ਜਿੱਦਾਂ ਸ਼੍ਰੋਮਣੀ ਕਮੇਟੀ ਦੀਆਂ ਕੱਲ੍ਹ ਨੂੰ ਚੋਣਾਂ ਆਉਣੀਆਂ ਆ, ਜਾਂ 2022 ਦੀ ਪੰਜਾਬ ਦੀ ਇਲੈਕਸ਼ਨ ਆਉਂਦੀ ਆ, ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਹਟਿਆ ਵੀ ਬੇਸ਼ੱਕ ਚਲੋ ਮੋਰਚੇ ਲੱਗਦੇ ਆ, ਕਈ ਕਾਮਯਾਬ ਹੁੰਦੇ ਕਈ ਨਹੀਂ ਹੁੰਦੇ, ਪਰ ਅੱਜ ਵੀ ਜੇ ਆਪਾਂ ਪੰਥ ਨੇ ਮਤਲਬ ਉਹਨਾਂ ਲੋਕਾਂ ਦੇ ਖਿਲਾਫ ਮੋਰਚਾ ਪੰਥ ਦਾ ਲੜਨਾ ਆ, ਤੇ ਉਹਦੇ ਲਈ ਕੀ ਕਰਨਾ ਚਾਹੀਦਾ, ਕੀ ਸੁਝਾਅ ਆ ਤੁਹਾਡੇ ਕੋਲ, ਕੀ ਪ੍ਰੋਗਰਾਮ ਮੈਂ ਹੈ ਜਿਹਦੇ? ਬੇਨਤੀ ਕਰਨੀ ਚਾਹੁੰਦਾ, ਜਿਹੜੀਆਂ ਪੰਥ ਲਈ ਸੁਹਿਰਦ ਧਿਰਾਂ ਨੇ, ਹਾਂਜੀ ਟਕਸਾਲਾਂ ਸੰਪਰਦਾਵਾਂ, ਜਿਨ੍ਹਾਂ ਦਾ ਮਾਨਾ ਮੱਤਾ ਇਤਿਹਾਸ ਆ, ਹਾਂਜੀ ਉਹਨਾਂ ਨੂੰ ਇਤਿਹਾਸ, ਉਹਨਾਂ ਨੂੰ ਚਾਹੀਦਾ ਕਿ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ, ਅਸੀਂ ਉਹਨਾਂ ਨੂੰ ਜਦੋਂ ਵੀ ਉਹ ਇਸ ਦੀ ਆਵਾਜ਼ ਦੇਣ ਅਸੀਂ ਉਹਦੇ ਵਿੱਚ ਸਮਰਥਨ ਕਰਾਂਗੇ।
ਸਾਡੀਆਂ ਪੰਥਕ ਜਥੇਬੰਦੀਆਂ ਪੰਥਕ ਆਗੂ ਇਸ ਤਰ੍ਹਾਂ ਦਾ ਪਲੇਟਫਾਰਮ ਤਿਆਰ ਕਰਨ, ਤੇ ਹੋਣਾ ਮੈਨੂੰ ਲੱਗਦਾ ਉਦੋਂ ਹੀ ਆ ਜਦੋਂ SGPC ਚੋਣਾਂ ਦਾ ਐਲਾਨ ਹੋਇਆ, ਉਦੋਂ ਪਹਿਲਾਂ ਨਹੀਂ ਹੋਣਾ ਇਹ, ਅੱਛਾ ਜਦੋਂ ਜੀ ਐਲਾਨ ਹੋਊਗਾ ਉਦੋਂ ਹਾਂ ਬਾਅਦ ਹੀ ਇਹ ਜੋੜ ਤੋੜ ਸ਼ੁਰੂ ਹੋਣੇ ਆ, ਤੇ ਅਸੀਂ ਪੂਰੀ ਸੁਹਿਰਦਤਾ ਨਾਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਸਹੀ ਹੱਥਾਂ 'ਚ ਲਿਜਾਣ ਵਾਸਤੇ ਆਪਣਾ ਪੂਰਾ ਸਮਰਥਨ ਕਰਾਂਗੇ। ਭਾਈ ਜਸਪਾਲ ਸਿੰਘ ਚੌੜ ਸਿਦਮਾ ਦੀ ਸ਼ਹਾਦਤ ਨੂੰ ਜਿੱਥੇ ਨਤਮਸਤਕ ਆ, ਮੈਂ ਕਹਿਣਾ ਚਾਹੁੰਦਾ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ, ਉਹਨਾਂ ਦੇ ਨਗਰ ਦੇ ਵਿੱਚ ਅੱਜ ਹਾਂਜੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ, ਕਿਉਂਕਿ ਉਹਨਾਂ ਦੀ ਯਾਦ 'ਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਪਿੰਡ ਠੀਕ ਦੇ ਹੈ ਵਿੱਚ ਪਹਿਲਾਂ ਇੱਕ ਗੁਰਦੁਆਰਾ ਸੀ, ਉਹਦੀ ਬਿਲਡਿੰਗ ਬੜੀ ਖਸਤਾ ਸੀ, ਉਸ ਹਾਂ ਗੁਰੂ ਘਰ ਦੀ ਇਹ ਜਗ੍ਹਾ ਸੀ ਜਿਹਦੇ ਵਿੱਚ ਭਾਈ ਜਸਪਾਲ ਸਿੰਘ ਦੇ ਨਾਂ ਤੇ ਗੁਰਦੁਆਰਾ ਸਾਹਿਬ ਤਿਆਰ ਹੋਇਆ, ਸੰਗਤਾਂ ਨੇ ਸੇਵਾ ਕੀਤੀ, ਪਰਿਵਾਰ ਨੇ ਸੇਵਾ ਕੀਤੀ ਆ, ਠੀਕ ਥੋੜੀ ਹੈ ਸੇਵਾ ਅਸੀਂ ਵੀ ਉਹਦੇ ਵਿੱਚ ਜਿਹੜੀ ਅੱਜ ਨਹੀਂ ਸਾਡੇ ਤੋਂ ਸਰਦਾ ਬਣਦਾ, ਅਸੀਂ ਵੀ ਉਹਦੇ 'ਚ ਸੇਵਾ 'ਚ ਹਿੱਸਾ ਪਾਇਆ, ਤੇ ਅੱਜ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਹੋਈ ਆ, ਲੰਗਰ ਹਾਲ ਬਣਨਾ ਵਾ, ਅੱਜ ਠੀਕ ਉੱਥੇ ਹੈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ, ਪਰ ਕਰਫਿਊ ਕਰਕੇ ਇਕੱਠ ਨਹੀਂ ਹੋ ਸਕਿਆ, ਤੇ ਠੀਕ ਮੈਂ ਹੈ ਸਮਝਦਾ ਕਿ ਇਹ ਉਹਨਾਂ ਸ਼ਹੀਦਾਂ ਦੀ ਜਿਹੜਾ ਹੈਗਾ ਯਾਦਗਾਰ ਬਣੀ, ਉੱਥੇ ਅੱਜ 8ਵੀਂ ਬਰਸੀ ਦਾ ਪ੍ਰੋਗਰਾਮ ਸੀਗਾ ਉਹਨਾਂ ਦੇ, ਤੇ ਹਾਂ ਮੈਂ ਤਕਰੀਬਨ ਕਈ ਸ਼ਹੀਦੀ ਸਮਾਗਮਾਂ ਦੇ ਵਿੱਚ ਜਿਹੜਾ ਕਿੰਨੇ ਉੱਥੇ ਪਹੁੰਚਿਆ, ਹਾਜ਼ਰੀ ਵੀ ਭਰੀ ਆ, ਦੀਵਾਨ ਵੀ ਸਜਾਏ ਆ। ਇੱਕ ਵਾਰ ਠੀਕ ਤਾਂ ਮੈਂ ਬਹੁਤ ਲੰਬਾ ਸਫ਼ਰ ਕਰਕੇ ਪਹਿਲਾਂ ਦਾਦੂਵਾਲ ਤੋਂ ਜੰਮੂ ਗਿਆ, ਜੰਮੂ ਤੋਂ ਫਿਰ ਉੱਥੇ ਆਇਆ, ਉੱਥੋਂ ਦੀਵਾਨ ਲਾ ਕੇ ਫਿਰ ਵਾਪਸ ਜੰਮੂ ਗਿਆ, ਸੋ ਇਸ ਹਾਂਜੀ ਤਰ੍ਹਾਂ ਕਾਫ਼ੀ ਲੰਬਾ ਸਫ਼ਰ ਕੀਤਾ ਸੀ ਉਹ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਵਾਸਤੇ। ਸੋ ਮੈਂ ਸਮਝਦਾ ਕਿ ਉਹ ਸ਼ਹੀਦਾਂ ਦੀ ਯਾਦ ਵਿੱਚ ਸਥਾਨ ਜਿਹੜਾ ਉਹ ਬਣ ਚੁੱਕਾ ਠੀਕ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ, ਹੁਣ ਸਾਰਾ ਨਗਰ ਉਸੇ ਗੁਰੂ ਘਰ ਦੇ ਵਿੱਚ ਹੀ ਦਰਸ਼ਨ ਕਰਨ ਜਾਂਦਾ, ਕਿਉਂਕਿ ਸਾਰਿਆਂ ਨੇ ਮਤਾ ਪਾ ਕੇ ਜਿਹੜਾ ਸੀ ਪੁਰਾਣੀ ਬਿਲਡਿੰਗ 'ਚੋਂ ਮਹਾਰਾਜ ਦਾ ਸਰੂਪ ਪ੍ਰਕਾਸ਼ ਜਿਹੜਾ ਸੀਗਾ ਉਹ ਹਟਾ ਕੇ ਤੇ ਇਸ ਗੁਰੂ ਘਰ 'ਚ ਕਰ ਦਿੱਤਾ ਸੀਗਾ। ਹੁਣ ਠੀਕ ਹੈ ਸਾਰਾ ਨਗਰ ਜਿਹੜਾ ਕੋਈ ਉੱਥੇ 8 ਦਾ 8 7 800 ਹਜ਼ਾਰ ਜਿੰਨੀ ਵੀ ਉੱਥੇ ਸੰਗਤ ਦੀ ਵਸੋਂ ਆ, ਉਹ ਸਾਰੇ ਇਸ ਗੁਰੂ ਘਰ ਦੇ ਵਿੱਚ ਜਾਂਦੇ ਆ, ਤੇ ਉੱਥੇ ਸ਼ਹੀਦ ਸਿੰਘ ਦੀ ਯਾਦ ਮਨਾਈ ਜਾਂਦੀ ਆ। ਸੰਗਤਾਂ ਨੇ ਦੇਸ਼ ਪ੍ਰਦੇਸ਼ 'ਚੋਂ ਸੇਵਾ ਕੀਤੀ, ਉਹਨਾਂ ਦਾ ਪਰਿਵਾਰ ਦੇਸ਼ ਪ੍ਰਦੇਸ਼ 'ਚ ਜਿੱਥੇ ਬੈਠਾ ਵਾ, ਤੇ ਮੈਂ ਸਾਰਿਆਂ ਨੂੰ ਨਤਮਸਤਕ ਹਾਂ ਕਿ ਜਿਨ੍ਹਾਂ ਨੇ ਕੌਮ ਵਾਸਤੇ ਜਿਹੜੀ ਆ ਸ਼ਹਾਦਤ ਦਿੱਤੀ। ਭਾਈ ਜਸਪਾਲ ਸਿੰਘ ਚੌੜ ਸਿਦਵਾ ਨੇ ਭਾਈ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਾਉਣ ਲਈ, ਭਾਈ ਰਾਜੋਆਣਾ ਭਾਵੇਂ ਬਾਅਦ ਵਿੱਚ ਆਪਣੀ ਜਿਹੜਾ ਸੀਗੀ ਉਹ ਬਦਲ ਵੀ ਗਏ, ਪਰ ਅਸੀਂ ਫੇਰ ਵੀ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹਾਂ ਕਿ ਉਹਨਾਂ ਨੇ ਬਿਆਸਿਓ ਦਾ ਭੋਗ ਪਾਉਣ 'ਚ ਜਿਹੜਾ ਆਪਣਾ ਰੋਲ ਅਦਾ ਕੀਤਾ। ਭਾਵੇਂ ਅੱਜ ਉਹਨਾਂ ਨੇ ਸ਼ਾਇਦ ਉਹਨਾਂ ਦੇ ਪਿੱਛੇ ਜੇ ਇੰਟਰਵਿਊ ਉਹਨਾਂ ਦੀ ਭੈਣ ਬੀਬੀ ਕਮਲਜੀਤ ਕੌਰ ਦੀਆਂ ਵੀ ਤੁਸੀਂ ਸੁਣੀਆਂ ਕਿ ਉਹਨਾਂ ਕਿਹਾ ਸਾਡਾ ਖਾਲਿਸਤਾਨ ਨਾਲ ਕੋਈ ਵਾਹ ਵਾਸਤਾ ਨਹੀਂ ਆ, ਤੇ ਉਹਨਾਂ ਨੇ ਆਪਣੀ ਗੱਲ ਤੋਂ ਵੀ ਹੁਣ ਜਿਹੜੀਆਂ ਚਿੱਠੀਆਂ ਆਉਂਦੀਆਂ ਨੇ ਉਹਨਾਂ ਤੇ ਖਾਲਿਸਤਾਨ ਜਿੰਦਾਬਾਦ ਵੀ ਨਹੀਂ ਲਿਖਿਆ ਹੁੰਦਾ, ਤੇ ਬਾਅਦ ਵਿੱਚ ਉਹ ਅਕਾਲੀ ਦਲ ਨੂੰ ਵੀ ਉਹਨਾਂ ਨੇ ਸਮਰਥਨ ਕੀਤਾ, ਆਪ ਵੀ ਇਲੈਕਸ਼ਨ ਲੜਾਈ ਆਪਣੀ ਭੈਣ ਨੂੰ ਵੀ ਉਹਨਾਂ ਨੇ ਪਟਿਆਲੇ ਤੋਂ, ਹਨਾ। ਪਰ ਹਾਂਜੀ ਚਲੋ ਉਹ ਇਹ ਉਹਨਾਂ ਤਾਂ ਦਾ ਜਿੱਦਾਂ ਉਹਨਾਂ ਨੂੰ ਕਹਿੰਦੇ ਉਸ ਤੋਂ ਬਾਅਦ ਤਾਂ ਬਹੁਤ ਜੋ ਚੇਂਜਿੰਗ ਉਹਨਾਂ ਨੂੰ ਹੋ ਗਈ ਕੀ ਆ, ਜਿੱਥੇ ਉਹ ਤੁਹਾਨੂੰ ਮਤਲਬ ਆਪ ਸੱਦਦੇ ਸੀਗੇ ਵੀ ਮੈਂ ਤੁਹਾਡੇ ਨਾਲ ਮੁਲਾਕਾਤ ਕਰਨੀ ਆ, ਬਾਅਦ 'ਚ ਵਿਰੋਧ ਉਹਨਾਂ ਨੇ ਤੁਹਾਡਾ ਵੀ ਕੀਤਾ ਉਹਨਾਂ ਦੀ। ਹਾਂ ਭਾਈ ਰਾਜੋਵਾਲਾ ਦੇ ਲਿਖਤੀ ਲੈਟਰ ਮੇਰੇ ਹੱਕ ਦੇ ਵਿੱਚ ਮੇਰੇ ਕੋਲ ਅੱਜ ਵੀ ਹੈਗੇ ਆ, ਜਿਹੜੇ ਮੇਰੇ ਹਾਂਜੀ ਵਾਸਤੇ ਉਹਨਾਂ ਨੇ ਜਾਰੀ ਕੀਤੇ ਸੀ, ਸ਼ਲਾਘਾ ਕੀਤੀ ਸੀ ਮੇਰੀਆਂ ਸਰਗਰਮੀਆਂ ਦੀ, ਉਹ ਮੇਰੇ ਕੋਲ ਅੱਜ ਵੀ ਸਾਂਭੇ ਪਏ ਆ, ਬਕਾਇਦਾ ਉਹ ਹਾਂਜੀ ਮੇਰੇ ਕੋਲ ਹਾਂਜੀ ਹੈਗੇ ਆ। ਭਾਈ ਠੀਕ ਰਾਜੋਵਾਲਾ ਦੇ ਮੂੰਹੋਂ ਮੈਂ ਕਦੇ ਕੋਈ ਗੱਲ ਨਹੀਂ ਮੈਂ ਆਪਣੇ ਖਿਲਾਫ ਸੁਣੀ, ਪਰ ਭੈਣ ਬੀਬੀ ਕਮਲਜੀਤ ਜਾਂ ਉਹਨਾਂ ਦੀ ਲਿਖਤੀ ਵੀ ਨਹੀਂ ਸੁਣੀ, ਬੀਬੀ ਕਮਲਜੀਤ ਕੌਰ ਜਦੋਂ ਜ਼ਰੂਰ ਅਕਾਲੀ ਦਲ ਬਾਦਲ ਦੇ ਜਾਂ SGPC ਦੇ ਜਿਹੜਾ ਸੀਗਾ ਭਰੋਸੇ 'ਚ ਆ ਗਏ ਸੀ, ਤਾਂ ਉਹਨਾਂ ਨੇ ਮੇਰੇ ਹਾਂ ਬਾਰੇ ਜ਼ਰੂਰ ਗੱਲਾਂ ਕੀਤੀਆਂ, ਤੇ ਗੱਲ ਵੀ ਕੋਈ ਹੋਰ ਨਹੀਂ, ਸਿਰਫ ਇੰਨੀ ਗੱਲ ਕੀਤੀ ਕਿ ਕੋਈ ਅਮਰੀਕਾ 'ਚ ਹਰਜੀਤ ਸਿੰਘ ਆ, ਠੀਕ ਉਹਨੇ ਕਿਹਾ ਸੀ ਸਾਨੂੰ ਵੀ ਤੁਸੀਂ ਦਾਦੂਵਾਲ ਦੇ ਨਾਲ ਰਹੋ ਤੇ ਦਾਦੂਵਾਲ ਦੀ ਕੌਮ 'ਚ ਗੱਲ ਆ, ਤੇ ਉਹ ਤੁਹਾਡੀ ਗੱਲ ਨੂੰ ਗਾਂਹ ਤੋੜਦੇ ਰਹਿਣਗੇ, ਤੇ ਕਹਿੰਦੀ ਹਾਂਜੀ ਜਿਹੜਾ ਹਰਜੀਤ ਸਿੰਘ ਆ ਉਹਨੂੰ ਅਸੀਂ ਗਲਤ ਸਮਝਦੇ ਆ, ਤੇ ਇਸ ਕਾਰਨ ਠੀਕ ਕਰਕੇ ਅਸੀਂ ਦਾਦੂਵਾਲ ਨੂੰ ਵੀ ਜਿਹੜਾ ਸੀਗਾ ਸੰਬੰਧ ਤੋੜਤਾ, ਇਹ ਇਲਜ਼ਾਮ ਉਹਨਾਂ ਨੇ ਮੇਰੇ ਤੇ ਲਾਇਆ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਹਰਜੀਤ ਸਿੰਘ ਲਤਾਲਾ ਕੋਈ ਅਮਰੀਕਾ 'ਚ, ਮੈਂ ਅੱਜ ਤੱਕ ਵੀ ਉਹਨੂੰ ਨਹੀਂ ਜਾਣਦਾ ਵੀ ਉਹ ਕੌਣ ਆ, ਨਾ ਮੈਂ ਕਦੇ ਉਹਨੂੰ ਮਿਲਿਆ। ਠੀਕ ਹੈ।
ਜਿਹੜਾ ਜਿਹੜਾ ਬੀਬੀ ਕਮਲਜੀਤ ਕੌਰ ਨੇ ਜ਼ਿਕਰ ਹਾਂਜੀ ਕੀਤਾ, ਹਾਂਜੀ, ਮੈਂ ਉਹਨਾਂ ਦੇ ਅੱਜ ਤੱਕ ਬਿਆਨ ਨਾ ਲੱਗਦੇ ਉਹਨੂੰ ਨੇ ਅਖਬਾਰਾਂ ਦੇ ਜਾਣਦਾ, ਵਿੱਚ। ਨਾ ਕਦੇ ਮਿਲਿਆ, ਠੀਕ ਹੈ, ਨਾ ਮੈਂ ਕਦੇ ਮਿਲਿਆ ਨਾ ਜਾਣਦਾ। ਉਹਦੇ ਬਾਰੇ ਕੀ ਸੀ ਬੀਬੀ ਕਮਲਜੀਤ ਕੌਰ ਦੇ ਮਨ 'ਚ ਤਾਂ ਉਹੀ ਦੱਸ ਸਕਦੀ ਆ, ਪਰ ਅਸੀਂ ਜਿੰਨਾ ਹੋ ਸਕਿਆ ਅਸੀਂ ਉਹਦੇ ਲਈ ਸੇਵਾ ਵੀ ਕੀਤੀ, ਅਸੀਂ ਹਰ ਤਰ੍ਹਾਂ ਦੀ ਮਦਦ ਕੀਤੀ, ਤੇ ਉਹ ਮਦਦ ਉਹਨਾਂ ਦੀ ਆਪਣੀ ਵੈਬਸਾਈਟ ਦੇ ਉੱਤੇ ਵੀ ਬੋਲਦੀ ਹੈ। ਉਹਨਾਂ ਦੀ ਵੈਬਸਾਈਟ ਤੁਸੀਂ SanghARSHDASACH.com ਤੁਸੀਂ ਦੇਖ ਸਕਦੇ ਆ। ਉਹਨਾਂ ਦੇ ਹੱਕ ਹਾਂਜੀ ਚ ਅਪੀਲ ਵੀ ਕੀਤੀ ਤੇ ਉਹਨਾਂ ਲਈ ਵਾਸਤੇ ਜੋ ਸੀ ਆਪਣਾ ਫਰਜ਼ ਸਮਝਦਿਆਂ ਹੋਇਆਂ, ਕੋਈ ਆਸਾਨ ਨਹੀਂ, ਅਸੀਂ ਆਪਣਾ ਫਰਜ਼ ਸਮਝਦਿਆਂ ਹੋਇਆਂ ਸੇਵਾ ਜਿਹੜੀ ਸੀ ਉਹ ਕੀਤੀ ਸੀ। ਆਖਿਰ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ, ਜਿੱਦਾਂ ਨੌਜਵਾਨ ਜਸਪਾਲ ਸਿੰਘ ਜੀ ਸ਼ਹੀਦ ਹੋਏ ਆ, ਹੋਰ ਵੀ ਕੌਮ ਦੇ ਬਹੁਤ ਜਿਹੜੇ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ, ਕੌਮ ਕਿਹਦੇ ਤੇ ਆਸ ਲਾ ਕੇ ਰੱਖੇ? ਮੈਂ ਸਾਰੇ ਸ਼ਹੀਦਾਂ ਨੂੰ ਨਤਮਸਤਕ ਹਾਂ, ਚਾਹੇ ਉਹ ਭਾਈ ਰਾਜੋਆਣਾ ਜਿਹੜੇ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਿਤਾਬ ਦਿੱਤਾ ਗਿਆ, ਬਾਕੀ ਜਿਹੜੇ ਸਾਥੀ ਸਿੰਘ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਨੇ, ਜਗਤਾਰ ਸਿੰਘ ਭਿਓਰਾ ਨੇ, ਜਾਂ ਹਾਂਜੀ ਜਿਹੜੇ ਪਰਮਜੀਤ ਸਿੰਘ ਭਿਓਰਾ ਨੇ, ਜਗਤਾਰ ਸਿੰਘ ਤਾਰਾ ਨੇ, ਭਾਈ ਆਪਣਾ ਸ਼ਮਸ਼ੇਰ ਸਿੰਘ ਨੇ, ਭਾਈ ਇੰਜੀਨੀਅਰ ਗੁਰਮੀਤ ਸਿੰਘ ਨੇ, ਭਾਈ ਲਖਵਿੰਦਰ ਸਿੰਘ, ਮੈਂ ਤਕਰੀਬਨ ਉਹਨਾਂ ਨੂੰ ਮਿਲਿਆ ਔਰ ਮੁਲਾਕਾਤਾਂ ਕੀਤੀਆਂ ਨੇ ਬਹੁਤੇ ਸਿੰਘਾਂ ਦੀਆਂ, ਤਾਂ ਹਾਂਜੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਨਤਮਸਤਕ, ਉਹਨਾਂ ਦੀ ਕੁਰਬਾਨੀ ਨੂੰ, ਬਾਕੀ ਸਿੰਘਾਂ ਦੀਆਂ ਵੀ ਕੁਰਬਾਨੀਆਂ ਨੂੰ ਨਤਮਸਤਕ ਹਾਂ। ਤਾਂ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਵਾਹਿਗੁਰੂ ਅਕਾਲ ਪੁਰਖ ਦੇ ਭਰੋਸੇ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਉਹ ਰਹਿਣਾ ਚਾਹੀਦਾ, ਜਿੱਥੇ ਜਿੱਥੇ ਵੀ ਸੇਵਾ ਗੁਰੂ ਪੰਥ ਬਖਸ਼ਿਸ਼ ਕਰਦਾ ਉੱਥੇ ਉੱਥੇ ਆਪਣੀ ਸੇਵਾ ਨਿਭਾਉਣੀ ਚਾਹੀਦੀ, ਤੇ ਉਹ ਪਰਿਵਾਰ ਵੀ ਜਿਹੜੇ ਨੇ ਜਿਨ੍ਹਾਂ ਨੇ ਸ਼ਹੀਦ ਕੌਮ ਨੂੰ ਦਿੱਤੇ ਆ ਉਹ ਵੀ ਸਤਿਕਾਰਯੋਗ ਨੇ, ਉਹਨਾਂ ਨੂੰ ਵੀ ਸਜਦਾ ਕਰਦਾ। ਬਾਕੀ ਜਿਹੜਾ ਇਨਸਾਫ਼ ਵਾਸਤੇ ਆ, ਵੀ ਇਨਸਾਫ਼ ਵਾਸਤੇ ਸਾਨੂੰ ਸਾਰੀ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ, ਤਾਂ ਹੀ ਕੋਈ ਇਨਸਾਫ਼ ਜਿਹੜਾ ਮੈਂ ਸਮਝਦਾ ਵੀ ਅੱਜ ਉਹ ਜਿਵੇਂ ਕਹਿੰਦਾ ਹੁੰਦਾ ਵੀ ਕਿਸੇ ਵਿਦਵਾਨ ਨੇ ਲਿਖਿਆ ਹੋਇਆ ਕਿ ਤਖਤ ਮਿਲਦੇ ਨਹੀਂ ਮੱਲੇ ਜਾਂਦੇ ਆ, ਹਨਾ, ਹਾਂਜੀ ਜ਼ੁਲਮ ਹਾਂਜੀ ਮੁੱਕਦੇ ਨਹੀਂ, ਜ਼ੁਲਮ ਮੁੱਕਦੇ ਨਹੀਂ ਠੱਲੇ ਜਾਂਦੇ ਆ, ਠੀਕ ਤੇ ਤਖਤ ਮਿਲਦੇ ਨਹੀਂ ਮੱਲੇ ਜਾਂਦੇ ਆ, ਇਸੇ ਠੀਕ ਤਰ੍ਹਾਂ ਇਨਸਾਫ਼ ਜਿਹੜਾ ਵਾ ਉਹ ਲਿਆ ਜਾਂਦਾ। ਇਸ ਤਰ੍ਹਾਂ ਇਨਸਾਫ਼ ਜਿਹੜਾ ਗੁਲਾਮ ਕੌਮਾਂ ਨੂੰ ਕਦੇ ਕੋਈ ਇਨਸਾਫ਼ ਜਿਹੜਾ ਮੈਂ ਸਮਝਦਾ ਨਹੀਂ ਮਿਲਦਾ, ਉਹ ਜਿੰਨਾ ਠੀਕ ਚਿਰ ਗਲ ਗੁਲਾਮੀ ਆ ਉਹਨਾਂ ਚਿਰ ਇਨਸਾਫ਼, ਜਿਵੇਂ ਅੱਜ ਗੁਲਾਮੀ ਆ ਕਿ 29 ਮਾਰਚ 1849 ਨੂੰ ਜਿਵੇਂ ਸਿੱਖ ਹਾਂਜੀ ਰਾਜ ਦੀ ਗੱਲ ਜਿਹੜੀ ਆ ਉਹ ਜਾਂਦੀ ਵੀ ਸਾਡੇ ਹੱਥੋਂ ਸਿੱਖ ਰਾਜ ਜਾਂਦਾ ਰਿਹਾ, 171 ਸਾਲ ਹੋ ਗਿਆ, ਇਹ ਗੁਲਾਮੀ ਹਾਂਜੀ ਜਿਹੜੀ ਆ ਮੈਂ ਸਮਝਦਾ ਜਦੋਂ ਕੱਟੀ ਜਾਊ ਉਦੋਂ ਹੀ ਕੋਈ ਇਨਸਾਫ਼ ਦੀ ਗੱਲ ਹੋ ਸਕਦੀ, ਉਹਨਾਂ ਚਿਰ ਸ਼ਹਾਦਤਾਂ ਕੁਰਬਾਨੀਆਂ ਇਹੀ ਰਾਜ ਆ ਉਹਨਾਂ ਚਿਰ। ਬਹੁਤ ਬਹੁਤ ਧੰਨਵਾਦ ਜੀ ਜਹੇਦਰ ਸਾਹਿਬ, ਤੁਸੀਂ ਸਮਾਂ ਦਿੱਤਾ ਭਾਈ ਜਸਪਾਲ ਸਿੰਘ ਜੀ ਹੁਣਾਂ ਦੀ ਪੂਰੀ ਗਾਥਾ ਭਾਈ ਬਲਵੰਤ ਸਿੰਘ ਜੀ ਰਾਜੋਆਣ ਤੋਂ ਜਿਹੜੀ ਸ਼ੁਰੂ ਹੋਈ ਆ ਤੇ ਉਹਨਾਂ ਦੀ ਸ਼ਹਾਦਤ ਤੱਕ, ਤੇ ਅੱਜ 8ਵੀਂ ਬਰਸੀ ਤੇ ਤੁਸੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਆਵਾਜ਼ੇ ਕੌਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਸਾਰੀਆਂ ਸੰਗਤਾਂ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਜੀ ਕੀ ਫਤਿਹ। ਵਾਹਿਗੁਰੂ ਜੀ ਕੀ।